ਜਿਹੜਾ ਅੱਜਕੱਲ ਦਾ ਰਿਲੇਸ਼ਨਸ਼ਿਪ ਆ ਇਹ ਕਿਦਾਂ ਦਾ ਹੋ ਗਿਆ ਪਹਿਲਾਂ ਨਹੀਂ ਐਨੇ ਬ੍ਰੇਕਅਪਸ ਹੁੰਦੇ ਸੀ ਵੀ ਬਟ ਅੱਜਕੱਲ ਮੈਨੂੰ ਲੱਗਦਾ ਕਿ ਛੋਟੀ ਚੀਜ਼ ਨੂੰ ਬਹੁਤ ਵੱਡਾ ਬਣਾ ਦਿੱਤਾ ਜਾਂਦਾ ਸਟੇਜਨਸ ਲੈਵਲ ਜਿਹੜਾ ਉਹ ਬਹੁਤ ਘਟ ਗਿਆ ਜੀ ਜੀ ਆ ਜਾਂ ਤੁਸੀਂ ਰਿਲੇਸ਼ਨਸ਼ਿਪ ਚੋਂ ਤੁਹਾਡੀ ਮੈਰिज ਨਹੀਂ ਹੋਈ ਹਜੇ ਉਹਦੋਂ ਰਿਲੇਸ਼ਨਸ਼ਿਪ ਤੁਹਾਨੂੰ ਸਿਰਫ ਉਹਦੀਆਂ ਚੰਗੀਆਂ ਹੀ ਚੰਗੀਆਂ ਚੀਜ਼ਾਂ ਪਤਿਆ ਪਰੇਸ਼ਾਨੀ ਸਟ्रेस ਐਂਜਾਇਟੀ ਡਿਪਰੈਸ਼ਨ ਸਾਨੂੰ ਇੱਕ ਹੀ ਚੀਜ਼ ਲੱਗਦੀ ਹੈ ਇਹ ਤਾਂ ਸਾਰੇ ਦੋਵਾਂ ਨੂੰ ਮੈਂ ਸਿਰਫ ਇੰਨਾ ਕਹਿਣਾ ਚਾਹੂੰਗੀ ਕਿ ਅੱਜਕੱਲ ਨਾ ਆਪਾਂ ਨੂੰ ਇਹ ਭਾਰੀ ਭਰਕਮ ਵਰਡ ਯੂਜ਼ ਕਰਨ ਦੀ ਬੜੀ ਆਦਤ ਜੀ ਪੈ ਗਈ ਛੋਟੇ ਜਿਹੇ ਬੱਚੇ ਨੂੰ ਵੀ ਕਹੋਗੇ ਨਾ ਮੇਰੇ ਕੋਲ ਤਾਂ ਡਿਪਰੈਸ਼ਨ ਹੋ ਗਿਆ ਪਹਿਲਾਂ ਉਹਦਾ ਨਾ ਤੁਸੀਂ ਦੇਖੋ ਕਿ ਧੋਖਾ ਹੋਇਆ ਹੈ ਜਾਂ ਉਹ ਸਰਕਮਸਟੈਂਸਸ ਸੀਗੇ ਇੱਕ ਹੁੰਦਾ ਕਿ ਤੁਹਾਨੂੰ ਡਿਚ ਕਰਤਾ ਚੀਟ ਕਰ ਰਿਹਾ ਤੁਹਾਡੇ ਤੇ ਤੇ ਇਮੀਡੀਏਟ ਆਪਣੇ ਆਪ ਨੂੰ ਫੇਸ ਕਰੋ ਕਾਉਂਟਰ ਕਰੋ ਉਹਨੂੰ ਮੈਂ ਰੈਡੀ ਸੀਗਾ ਕਿ ਜੇ ਆ ਮੇਰੇ ਨਾਲ ਮੈਂ ਇਹਦੇ ਨਾਲ ਹੁੰਦਾ ਤਾਂ ਵੀ ਮੇਰੇ ਨਾਲ ਆ ਚੱਲਦਾ ਰਹਿੰਦਾ ਮੈਂ ਅਕਸਰ ਕਿਸੇ ਦੀ ਫੈਮਿਲੀ ਘਰੇ ਜਾਂਦਾ 올ਡ ਲੇਡੀਜ਼ ਨੂੰ ਦੇਖਦਾ ਜਾਂ ਹਾਊਸ ਵਾਈਫਸ ਨੂੰ ਹਨਾ ਉਹਨਾਂ ਨੇ ਇੱਕ ਜਗ੍ਹਾ ਨਜ਼ਰ ਟਿਕਾ ਕੇ ਨਾ ਪਤਾ ਨਹੀਂ ਕੀ ਸੋਚਦੀਆਂ ਰਹਿਣਗੀਆਂ ਮੈਂ ਕਾਫੀ ਵਾਬਜ਼ਰਵ ਕੀਤਾ ਉਹ ਪੂਰਾ ਟਾਈਮ ਸਵੇਰੇ ਉੱਠਣ ਤੋਂ ਲੈ ਕੇ ਰਾਤ ਤੱਕ ਕੁਝ ਨਾ ਕੁਝ ਕਿਤੇ ਸਟਕ ਰਹਿੰਦੇ ਨੇ ਪਤਾ ਨਹੀਂ ਧਿਆਨ ਕਿਥੇ ਦਾ ਹੁੰਦਾ ਹਾਂ ਉਹਨੂੰ ਆਪਾਂ ਇਹ ਕਵਾਂਗੇ ਕਿ ਉਹ ਪ੍ਰੈਜ਼ੈਂਸ ਆਫ ਮਾਈਂਡ ਨਹੀਂਗਾ ਪ੍ਰੈਜ਼ੈਂਸ ਆਫ ਮਾਈਂਡ ਕੀ ਹੁੰਦਾ ਕਿ ਜਦੋਂ ਮੈਂ ਕਿਸੇ ਚੀਜ਼ ਨੂੰ ਮੇਰਾ ਮਾਈਂਡ ਕਿਤੇ ਹੋਰ ਚੱਲ ਰਿਹਾ ਬਟ ਮੇਰੀ ਬਾਡੀ ਇੱਥੇ ਮਾਈਂਡ ਕਿੱਥੇ ਚੱਲਦਾ ਹੈ ਜਾਂ ਫਿਊਚਰ ਚ ਜਾਂ ਪਾਸਟ ਚ ਪ੍ਰੋਬਲਮ ਹੀ ਸਾਰੀ ਸਟਕ ਹੋਈ ਹੈ ਫਿਊਚਰ ਔਰ ਪਾਸਟ ਗ੍ਰੈਟੀਟਿਊਡ ਕੀ ਹੈ ਕਿਉਂ ਹੋਣਾ ਚਾਹੀਦਾ ਸਿੰਪਲ ਲੈਂਗੁਏਜ ਦੇਖੀਏ ਗੁਰਦੁਆਰਿਆਂ ਦੀ ਕੰਧਾਂ ਤੇ ਲਿਖਿਆ ਹੁੰਦਾ ਨਾ ਸੁਖ ਵੇਲੇ ਸ਼ੁਕਰਾਨਾ ਗ੍ਰੈਟੀਟਿਊਡ ਕੀ ਹੈ ਸ਼ੁਕਰਾਨਾ हां जी कदा फिर वेलकम बैक टू दी चैनल गाइस ਤੁਸੀਂ ਟਾਈਟਲ ਦੇਖ ਲਿਆ ਥੰਬਨੇਲ ਦੇਖ ਲਿਆ ਜੀ हां ਅੱਜ ਆਪਾਂ ਗੱਲ ਕਰਾਂਗੇ ਮੈਂਟਲ ਹੈਲਥ ਬਾਰੇ ਮੈਂਟਲ ਅਵੇਅਰਨੈਸ ਬਾਰੇ ਮੈਨੂੰ ਲੱਗਦਾ ਇਹ ਬਹੁਤ ਜ਼ਰੂਰੀ ਆ ਤਾਂ ਮੈਂ ਕਹੂੰਗਾ ਯਾਰ ਮੈਂ ਹੀ ਕਹੂੰਗਾ ਵੀ ਸਾਰੇ ਤੁਸੀਂ ਫੈਮਲੀ ਨਾਲੇ ਪੋਡਕਾਸਟ ਦੇਖਿਓ ਪੇਰੈਂਟਸ ਨੇ ਆਪਣੇ ਬੱਚੇ ਨੂੰ ਸ਼ੇਅਰ ਕਰਿਓ ਬੱਚੇ ਆਪਣੇ ਫਰੈਂਡਸ ਨੂੰ ਸ਼ੇਅਰ ਕਰਿਓ ਕਿਉਂਕਿ ਸਾਡੇ ਨਾਲ ਜਿਹੜੇ ਅਜ ਸਖਸ਼ ਨੇ ਉਹਨਾਂ ਨੂੰ 17 ਤੋਂ 18 ਸਾਲ ਕਾਉਂਸਲਿੰਗ ਕਰਦੇ ਹੋਗੇ ਨੇ ਡਾਕਟਰ ਅਮਨ ਜੋਤ ਰੰਦਾਵਾ ਸ਼ੀ ਇਜ਼ ਅ ਸਾਈਕੋਲੋজিস্ট ਥੈਰਾਪਿਸਟ ਕਲੀਨਿਕਲ ਹਿਪਨੋਥੈਰਾਪਿਸਟ ਤੇ ਕੈਰੀਅਰ ਤੇ ਬਿਹੇਵੀਅਰ ਕਾਉਂਸਲਰ ਨੇ ਕਾਉਂਸਲਿੰਗ ਕੀ ਹੁੰਦੀ ਆ ਇਹ ਕਿਉਂ ਜ਼ਰੂਰੀ ਆ ਕਦੋਂ ਲੋਡ ਪੈਂਦੀ ਆ ਦੀ 멘ਟਲ ਹੈਲਥ ਕੀ ਹੁੰਦੀ ਆ ਸਟ੍ਰੈਸ ਕੀ ਹੁੰਦਾ ਟੈਨਸ਼ਨ ਕੀ ਹੁੰਦੀ ਆ ਐਂਜ਼ਾਇਟੀ ਕੀ ਹੁੰਦੀ ਆ ਆਪਾਂ ਪ੍ਰੇਸ਼ਾਨ ਰਹਿਨੇ ਕਿਉਂ ਰਹਿਨੇ ਆ ਮਾਈਟ ਵੀ ਮੈਂ ਵੀ 멘ਟਲੀ ਕੁਝ ਹੋ ਸਕਦਾ ਵਾ ਤਾਂ ਮੈਨੂੰ ਅੱਜ ਰਿਵੀਲ ਹੋਊਗਾ ਸੋ ਮੈਮ ਤੁਹਾਡਾ ਬਹੁਤ ਬਹੁਤ ਵਕਤ ਆ ਜੀ ਸ਼ੋ ਵਿੱਚ ਥੈਂਕ ਯੂ ਸੋ ਮੱਚ ਅਮਨ ਫਾਰ ਸੱਚ ਆ ਵੈਰੀ ਗੁੱਡ ਇੰਟਰੋਡਕਸ਼ਨ ਆਪਾਂ ਸਾਰੇ ਬਾਰੇ ਗੱਲ ਕਰਾਂਗੇ ਯਾਰ ਤੁਸੀਂ ਪਹਿਲਾ ਟੌਪਿਕ ਲਿਆ ਕਿ ਮੈਂਟਲ ਅਵੇਅਰਨੈਸ ਜੀ 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 ਪਹਿਲਾਂ ਆਪਾਂ ਇਹਨੂੰ ਲੈਂਦੇ ਹੁੰਦੇ ਸੀ ਕਿ ਆਪਾਂ ਜੇ ਗੱਲ ਕਰਨੀ ਹੈ ਕਿ ਮੈਨੂੰ ਨਾ ਪਰੇਸ਼ਾਨੀ ਜੀ ਹੋ ਰਹੀ ਹੈ ਜੀ ਜਾਂ ਮੈਂਟਲ ਇਲਨੈਸ ਬਾਰੇ ਚਲੇ ਜਾਂਦੇ ਹਾਂ ਮੈਂਟਲ ਇਲਨੈਸ ਨੂੰ ਕੀ ਕਹਿੰਨੇ ਆ ਯਾਰ ਮੈਨੂੰ ਇਦਾਂ ਜਿਹਾ ਲੱਗ ਰਿਹਾ ਹੈ ਕਿ ਪਰੇਸ਼ਾਨ ਨਾ ਨੀਂਦ ਨਹੀਂ ਆ ਰਹੀ ਕਰ ਦੇ ਗਏਗੇ ਕੀ ਗੱਲ ਠੀਕ ਆ ਸਭ ਕੁਝ ਤੇ ਆਪਾਂ ਇਹਨੂੰ ਪਾਗਲਪਨ ਵੱਲ ਲੈ ਜਾਂਦੇ ਆ ਕੀ ਨਹੀਂ ਕਿਤੇ ਮੈਂ ਜੇ ਮੈਂ ਦੱਸਤਾ ਤੇ ਕਿਤੇ ਮੈਨੂੰ ਲੇਬਲ ਨਾ ਕਰ ਦੇਣ ਕਿ ਇਹਨੂੰ ਪਾਗਲਪਨ ਮਤਲਬ ਇਹਨੂੰ ਇੱਕ ਪਾਗਲ ਤਾਂ ਨਹੀਂ ਹੋ ਗਿਆ ਕਿਤੇ ਜੀ 멘탈 ਹੈਲਥ ਅਵੇਅਰਨੈਸ ਇਸ ਲਈ ਜ਼ਰੂਰੀ ਹੈ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਅੰਦਰ ਚੱਲ ਕੀ ਰਿਹਾ ਹੈ ਜਦੋਂ ਆਪਾਂ ਨੂੰ ਬੁਖਾਰ ਹੁੰਦਾ ਹੈ ਸਰਦੀ ਜਕਾਮ ਸਾਰਿਆਂ ਨੂੰ ਹੁੰਦਾ ਹੈ ਜਾਂਦੇ ਹਾਂ ਡਾਕਟਰ ਕੋਲ ਜੀ ਉਸ ਵੇਲੇ ਜਾਂਦੇ ਹਾਂ ਹਾਂਜੀ ਕਾਉਂਸਲਰ ਕੋਲ ਇੱਕ ਸਾਈਕੋਲੋਜਿਸਟ ਕੋਲ ਕਿਉਂ ਨਹੀਂ ਪਹੁੰਚਦੇ ਉੱਥੇ 멘ਟਰਲ ਹੈਲਥ ਅਵੇਅਰਨੈਸ ਦੇ ਲੋਡ ਹੈ ਮੈਨੂੰ ਲੱਗਦਾ ਕਿ ਆਪਾ ਪੰਜਾਬੀ ਲੋਕ ਮੈਂ ਵੈਸੇ ਪੰਜਾਬੀ کہہ ਰਿਹਾ ਮੇਬੀ ਹੋਰ ਵੀ ਕਮਿਊਨਿਟੀ ਜ਼ੋਨ ਵੀ ਸਾਨੂੰ ਕੀ ਲੋੜ ਹੈ ਮੈਂ ਤਾਂ ਮੈਂਟਲੀ ਮੈਨੂੰ ਕੁਝ ਹੋਇਆ ਹੀ ਨਹੀਂ ਮੈਨੂੰ ਨਾ ਡਾਕਟਰ ਕੋਲ ਭੇਜੋ ਵੀ ਬੁਖਾਰ ਹੋ ਗਿਆ ਦਵਾਈ ਲੈਣ ਚੱਲ ਜੰਨੇ ਆ ਸਹੀ ਗੱਲ ਹੈ ਲੇਕਿਨ ਇਹਦੇ ਵਿੱਚ ਆਈ ਗੈਸ ਈਗੋ ਪ੍ਰੋਬਲਮ ਆ ਜਾਂਦੀ ਹੈ ਈਗੋ ਪ੍ਰੋਬਲਮ ਆ ਜਾਂਦੀ ਹੈ ਪਰ ਇਹਨੂੰ ਅਸੀਂ ਜਦੋਂ ਸਾਈਡ ਕਰਦੇ ਜਾਂਦੇ ਆ ਤੇ ਇਹ ਪ੍ਰੋਬਲਮ ਦੇਖੋ ਸ਼ੁਰੂ ਜਿਹੜੀ ਹੋਣੀ ਹੈ ਉਹ ਛੋਟੇ ਜਿਹੇ ਸਟ੍ਰੈਸ ਤੋਂ ਹੋਣੀ ਹੈ ਛੋਟੀ ਜੀ ਟੈਨਸ਼ਨ ਆਈ ਕੁਝ ਵੀ ਉਹ ਤੁਸੀਂ ਤੁਸੀਂ ਤਾਂ ਸੋਚਿਆ ਸਟ੍ਰੈਸ ਸਾਰਿਆਂ ਨੂੰ ਹੁੰਦਾ ਫਿਰ ਕੀ ਆ ਜੀ ਪਰ ਇਹਦੇ ਸਿੰਟਮਸ ਜੇ ਪ੍ਰੋਲੋਂਗਡ ਕਰ ਗਏ ਤੇ ਉੱਥੇ ਫੇਰ ਸਾਨੂੰ ਡਿਪਰੈਸ਼ਨ ਐਂਗਜ਼ਾਇਟੀ ਹੋਰ ਪਤਾ ਨਹੀਂ ਕਿੰਨੀਆਂ ਹੀ ਮੈਂਟਲ ਇਲਨੈਸ ਦੇ ਜਿਸ ਸ਼ਿਕਾਰ ਹੁੰਦੇ ਜਾਂਦੇ ਆ ਅਸੀਂ ਇੱਥੇ ਹੀ ਸਾਨੂੰ ਸੋਚਣਾ ਪਏਗਾ ਕਿ ਮੈਂ ਕਿੱਥੇ ਬਾਰਡਰਲਾਈਨ ਤੇ ਤਾਂ ਨਹੀਂ ਚੱਲ ਰਿਹਾ ਮੇਰੀ ਜਿਹੜੇ ਸਿੰਟਮਸ ਐ ਜਿਹੜੇ ਮੈਂ ਇੰਨੀ ਚਿਰ ਤੋਂ ਕਿੰਨੀ ਚਿਰ ਤੋਂ ਮੈਂ ਸਿੰਟਮਸ ਨਾਲ ਜੂਝ ਰਿਹਾ ਇਹਨੂੰ ਹੀ ਦੇਖਣਾ ਪਊਗਾ ਓਕੇ ਮੈਂ ਉਹਨਾਂ ਦੇ ਹੀ ਸਟਾਰਟ ਕਰਤਾ ਸਾਰਾ ਕੁਝ ਕਿਉਂਕਿ ਮੈਨੂੰ ਇਨੀ ਕ੍ਰੋਸ ਸਿਟੀ ਹੈ ਕਿ ਕੀ ਚੀਜ਼ਾਂ ਹੈਗੀਆਂ ਨੇ ਇਹ ਮੈਮ ਠੀਕ ਹੋ ਤੁਸੀਂ ਹਾਂਜੀ ਬਹੁਤ ਵਧੀਆ ਮੈਂ ਮਤਲਬ ਜਿਹੜੇ ਸਟ्रेस ਦੂਰ ਕਰਦੇ ਨੇ ਮੈਂ ਉਹਨਾਂ ਨੂੰ ਪੁੱਛ ਰਿਹਾ ਮੈਮ ਤੁਸੀਂ ਠੀਕ ਹੋ ਨਹੀਂ ਜ਼ਰੂਰੀ ਹੈ ਵੀ ਕਿਉਂਕਿ ਸਟ्रेस ਸੇ ਜ਼ਰੂਰੀ ਨਹੀਂਗਾ ਕਿ ਜਿਹੜਾ ਕੋਈ ਕਾਉਂਸਲਰ ਹੈ ਜਾਂ ਸਾਈਕੋਲੋਜਿਸਟ ਉਹਦੀ ਲਾਈਫ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਮੈਨੂੰ ਲੱਗਦਾ ਵੀ ਤੁਹਾਡੀ ਲਾਈਫ 'ਚ ਕੋਈ ਸਟ्रेस ਨਹੀਂ ਹੋਣਾ ਵੀ ਤੁਹਾਨੂੰ ਤਾਂ ਕਰਨਾ ਹੁੰਦਾ ਤੁਸੀਂ ਆਪਣੀ ਕਾਉਂਸਲਿੰਗ ਕੀਤੀ ਕਦੇ اپنی ਕਾਉਂਸਲਿੰਗ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਆ ਅੱਛਾ ਜੀ ਹਾਂ ਜੀ ਜਦੋਂ ਵੀ ਕੋਈ ਸੈਸ਼ਨ ਲੈ ਕੇ ਆਉਂਦੇ ਆ ਹੈਨਾ ਕਲੀਨਿਕ ਗਏ ਜਾਂ ਕੋਈ ਆਨਲਾਈਨ ਸੈਸ਼ਨ ਹੈ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਰਿਫਰੈਸ਼ ਕਰਨਾ ਪੈਂਦਾ ਕਿਉਂਕਿ ਉਸ ਬੰਦੇ ਦਾ ਇੰਨਾ ਕੁ ਦੁੱਖ ਸੀ ਹੈਨਾ ਉਹ ਕਿੰਨੇ ਚੇਰ ਤੋਂ ਜੂਝ ਰਿਹਾ ਸੀ ਪਹਿਲੇ ਸੈਸ਼ਨ ਚ ਮੈਂ ਸਿਰਫ ਸੁਣਿਆ ਪਰ ਲੱਗਿਆ ਕਿ ਹਾਂ ਮਤਲਬ ਇੰਨਾ ਕੁ ਚੱਲ ਰਿਹਾ ਤੇ ਆਪਣੇ ਆਪ ਨੂੰ ਵੀ ਜਿਵੇਂ ਅਸੀਂ ਵੀ ਤੁਹਾਡੇ ਵਰਗੇ ਹੀ ਬੰਦੇ ਆ ਹੈਨਾ ਪ੍ਰੋਬਲਮ ਸਾਰਿਆਂ ਕੋਲ ਆਉਂਦੀਆਂ ਆ ਪ੍ਰੋਬਲਮਸ ਜਿਹੜੀਆਂ ਹੈ ਇਸ ਤਰ੍ਹਾਂ ਦਾ ਹੈ ਕਿ ਸਾਡੇ ਜਿਵੇਂ ਟ੍ਰੈਫਿਕ ਰੈੱਡ ਲਾਈਟ ਸਿਗਨਲ ਹੁੰਦਾ ਹੈ ਆਉਂਦਾ ਹੈ ਨਾ ਜੀ ਤੇ ਆਪੋ ਉੱਥੇ ਕੀ ਕਰਦੇ ਆਂ ਭਜਣਾ ਤਾਂ ਸ਼ੁਰੂ ਨਹੀਂ ਕਰ ਦਿੰਦੇ ਵੇਟ ਕਰਦੇ ਆ ਨਾ ਵੇਟ ਕਰਦੇ ਪਰ ਆਪਾਂ ਇਹ ਪ੍ਰੋਬਲਮਸ ਨੂੰ ਸੋਚਦੇ ਆ ਕਿ ਜਦੋਂ ਰੈੱਡ ਲਾਈਟ ਸਿਗਨਲ ਆ ਗਿਆ ਅੱਗੇ ਗ੍ਰੀਨ ਲਾਈਟ ਤਾਂ ਆਣੀ ਹੀ ਆਣੀ ਹੈ ਨਾ ਸਿਰਫ ਸਮਝਣ ਦੀ ਲੋੜ ਇਹੀ ਹੈ ਕਿ ਪ੍ਰੋਬਲਮ ਆਈ ਹੈ ਤਾਂ ਸੋਲੂਸ਼ਨ ਵੀ ਆਉਣਾ ਹੀ ਆਉਣਾ ਹੈ ਗ੍ਰੀਨ ਲਾਈਟ ਆਣੀ ਹੀ ਆਣੀ ਹੈ ਬਟ ਆਪਾਂ ਕੀ ਕਰਨਾ ਹੈ ਪਾਜ਼ ਕਰਨਾ ਹੈ yellow light ਤੱਕ ਆਪਣੇ ਆਪ ਨੂੰ ਸੋਚਣ ਦੋ ਉਹਦੇ ਸੋਲੂਸ਼ਨ ਵੱਲ ਜਾਣਾ ਹੈ ਆਪਾਂ ਉੱਥੇ ਹੀ ਪਾਜ਼ ਕਰ ਜੰਨੇ ਆ ਕਿ ਨਹੀਂ ਹੋਂ ਤਾਂ ਲਾਈਫ ਖਤਮ ਆ ਪ੍ਰੋਬਲਮ ਸਾਰੇ ਕੋਲ ਆਉਂਦੀ ਹੈ ਹਰ ਇੱਕ ਚੀਜ਼ ਮਤਲਬ ਇਹ ਨਹੀਂ ਕਿ ਸਾਡੀ ਲਾਈਫ ਬਹੁਤ ਪਰਫੈਕਟ ਆ ਉਹ ਤੇ ਲੱਗ ਰਿਹਾ ਨਾ ਕਿ ਹਾਂ ਸਭ ਕੁਝ ਠੀਕ ਆ ਹੋਣਾ ਹੈ ਬਟ ਇਦਾਂ ਨਹੀਂ ਹੁੰਦਾ ਆਪਣੀ ਕਾਉਂਸਲਿੰਗ ਕਰਨੀ ਪੈਂਦੀ ਹੈ ਅੱਛਾ ਸੋਚਣਾ ਪੈਂਦਾ ਹੈ ਕਿਉਂਕਿ ਜੇ ਮੇਰੇ ਘਰ ਦਾ এনवायरमेंट ਹੀ ਅੱਛਾ ਨਹੀਂਗਾ ਮੇਰੀ ਹੀ ਮੇਰੇ ਤਿੰਨ ਜਾਣੇ ਆ ਜੀ ਉਹ ਮੇਰੇ ਤੋਂ ਖੁਸ਼ ਨਹੀਂ ਹੈ ਮੈਂ ਦੂਜਿਆਂ ਨੂੰ ਕਿਵੇਂ ਖੁਸ਼ ਰੱਖ ਸਕਦੀ ਹਾਂ ਮੈਂ ਵੈਸੇ ਕਾਫੀ ਸਾਰੇ ਕੇਸਿਸ ਆਏ ਹੋਣੇ ਤੁਹਾਨੂੰ 17 18 ਇਅਰਸ ਹੋ ਗਏ ਹਾਂਜੀ ਤੇ ਕਿੱਦਾਂ ਕਿੱਦਾਂ ਦੇ ਕੇਸਿਸ ਆਏ ਆ ਵੈਸੇ ਹਰ ਇੱਕ ਤਰ੍ਹਾਂ ਦੇ ਕੇਸਿਸ ਆਉਂਦੇ ਆ ਮਤਲਬ ਰਿਲੇਸ਼ਨਸ਼ਿਪ ਦੇ ਆਉਂਦੇ ਆ ਬੱਚਿਆਂ ਨੂੰ ਲੈ ਕੇ ਆਉਂਦੇ ਆ ਕਈ ਬੜੇ ਵੀਅਰਡ ਵੀ ਹੁੰਦੇ ਆ ਵੀ ਇਦਾਂ ਦਾ ਵੀ ਕੁਝ ਹੋ ਸਕਦਾ ਹੈ ਮਤਲਬ ਲੱਗਦਾ ਹੈ ਕਿ ਇੰਨਾ ਕੁਝ ਚੱਲੀ ਜਾਂਦਾ ਤੇ ਤੁਸੀਂ ਕਿਉਂ ਨਹੀਂ ਬੋਲਦੇ ਚੁੱਪ ਕਿਉਂ ਦੂਸਰਾ ਮੰਨ ਲਓ ਕੋਈ ਕਾਉਂਸਲਿੰਗ ਕਰਵਾਣਾ ਆਂਦਾ ਹਾਂਜੀ ਉਹ ਪਰਸਨਲ ਤੌਰ ਤੇ ਪਹਿਲੇ ਦਿਨ ਹੀ ਖੁੱਲ ਜਾਂਦਾ ਵੀ ਮੈਂ ਸਾਰਾ ਕੁਝ ਦੱਸ ਦਾਂ ਤੁਹਾਨੂੰ ਨਹੀਂ ਡਿਪੈਂਡ ਕਰਦਾ ਜਿਹੜਾ ਮੇਰੇ ਕੋਲ ਆਇਆ ਹੈ ਜਿਵੇਂ ਉਹ ਆਪਣੇ ਆਪ ਆਇਆ ਹੈ ਹੈਨਾ ਕਿ ਮੈਨੂੰ ਉਹਨਾਂ ਨੇ ਮੇਰਾ ਪ੍ਰੋਫਾਈਲ ਚੈੱਕ ਕੀਤਾ ਜਾਂ ਕਲੀਨਿਕ ਚ ਆਇਆ ਦੇਖ ਕੇ ਉਹ ਪਹਿਲਾਂ ਹੀ ਥੋੜਾ ਜਿਹਾ ਮੈਨੂੰ ਰੀਸੀਵ ਕਰਨ ਵਾਲੇ ਮੋਡ 'ਚ ਹੈ ਰਸੀਵਰ ਬਣ ਕੇ ਆ ਰਿਹਾ ਹੈ ਕਿ ਮੈਂ ਮੈਮ ਕੋਲ ਜਾ ਰਹੀ ਹਾਂ ਮੇਰੀ ਪ੍ਰੋਬਲਮ ਹੈ ਉਹਨੂੰ ਏਟਲੀਸਟ ਉਹਨੂੰ ਪ੍ਰੋਬਲਮ ਦੀ ਅਵੇਅਰਨੈਸ ਹੈ ਹੂੰ ਕਿ ਮੈਨੂੰ ਪ੍ਰੋਬਲਮ ਹੈ ਹੁਣ ਮੈਂ ਡਾਕਟਰ ਕੋਲ ਜਾਣਾ ਹੈ ਜੀ ਕਈ ਵਾਰ ਇਹ ਹੁੰਦਾ ਹੈ ਕਿ ਉਹ ਕੋਈ ਬੰਦਾ ਮਤਲਬ ਪੈਰੈਂਟਸ ਲੈ ਕੇ ਆ ਰਹੇ ਹੈ ਬੱਚੇ ਨੂੰ ਜਾਂ ਕੋਈ ਫਰੈਂਡ ਲੈ ਕੇ ਆ ਰਹੇ ਹੈ ਉਹਦੇ ਨਾਲ ਰੈਪੋ ਬਣਾਣ ਚ ਘੱਟੋ ਘੱਟ ਮੈਨੂੰ ਇੱਕ ਸੈਸ਼ਨ ਲੱਗਦਾ ਕਿਉਂਕਿ ਬਿਕੋਜ਼ ਹੀ ਇਸ ਨਾਟ ਦੈਟ ਕੰਫਰਟेबल ਉਹ ਆਪਣੇ ਆਪ ਨੂੰ ਓਪਨ ਅਪ ਹੀ ਨਹੀਂ ਕਰਨਾ ਚਾਹੁੰਦਾ ਅਗੇਨ ਪਰਸਨੈਲਿਟੀ ਆ ਜਾਂਦੀ ਹੈ ਕਿ ਪਰਸਨੈਲਿਟੀ ਅਲਗ-ਲਗ ਟ੍ਰੇਟਸ ਹੁੰਦੇ ਹਨ ਨਾ कि एक्सट्रोवर्टा फटाफट ਦਸੂਗਾ ਆ ਵੀ ਆ ਵੀ ਮੈਮ ਐਦਾਂ ਉਹਨ ਮੈਨੂੰ ਕਮਾਉਣਾ ਹੈ ਠੀਕ ਹੈ ਮੈਂ ਵੀ ਸੁਣਦੀ ਆ ਰਾਮ ਨਾਲ ਬੈਠ ਕੇ ਕਿ ਠੀਕ ਹੈ ਇੰਟਰੋਵਰਟ ਹੈ ਉਹਨੇ ਬੋਲਣਾ ਨਹੀਂ ਉਹਨੇ ਮਤਲਬ ਉਹਨੂੰ ਮੈਨੂੰ ਓਪਨ ਅਪ ਕਰਨਾ ਪੈਂਦਾ ਐ ਐਂਬੀਵਰਟਾ ਜਿਹੜਾ ਉਹਦਾ ਠੀਕ ਹੈ ਥੋੜੀ ਜੀ ਗੱਲਬਾਤ ਤੋਂ ਬਾਅਦ ਅੱਗੇ ਗੱਲ ਚੱਲ ਪਏਗੀ ਲੇਕਿਨ ਕਈ ਹੁੰਦੇ ਹੈ ਕਿ ਅਲੱਗ-ਅਲੱਗ ਤਰ੍ਹਾਂ ਦੇ ਕੇਸਸ ਆਉਂਦੇ ਆ ਕਿ ਅ ਮੰਨ ਲਓ ਕਿ ਮੇਰੇ ਕੋਲ ਆਏ ਮੈਨੂੰ ਦੱਸਣਗੇ ਮੇਰੇ ਫਰੈਂਡ ਨਾਲ ਆ ਪ੍ਰੋਬਲਮ ਚੱਲ ਰਹੀ ਹੈ ਚਲ ਉਹਨਾਂ ਨਾਲ ਨਹੀਂ ਹੁੰਦੀ ਚਲ ਉਹਨਾਂ ਨਾਲ ਨਹੀਂ ਹੁੰਦਾ ਇਹ ਬਹੁਤ ਹੁੰਦਾ ਹ बिकॉज ਸਾਈਕਲੋਜੀਕਲ ਹੈ ਨਾ ਕਿ ਮੈਂ ਆਪਣਾ ਆਪ ਮੇਰਾ ਕਿਤੇ ਉਹ ਪਹੁੰਚ ਨਾ ਜਾਵੇ ਤੁਹਾਨੂੰ ਕੋਈ ਝੂਠ ਨਹੀਂ ਬੋਲ ਸਕਦਾ ਨਾ ਮੈਸੇਜ ਜਲਦੀ ਨਹੀਂ ਇ tanto ਨਹੀਂ ਹੁੰਦਾ ਪਰ ਪਤਾ ਲੱਗ ਜਾਂਦਾ ਇਹ ਤੁਹਾਨੂੰ ਵੀ ਪਤਾ ਲੱਗ ਜਾਂਦਾ ਹੋਊਗਾ ਬਟ ਅਸੀਂ ਇਸ ਫੀਲਡ ਚੋਂ ਤਾਂ ਥੋੜਾ ਜਿਹਾ ਛੇਪਾ ਪਤਾ ਲੱਗ ਜਾਂਦਾ ਕਿਉਂਕਿ ਮੈਂ ਬਹੁਤ ਗੈਸਟ ਨੂੰ ਮਿਲਦਾ ਆਈ ਕੰਟੈਕਟ ਕਰਕੇ ਗੱਲ ਗੈਸਚਰਸ ਦੇਖਨੇ ਹੈਂਡ ਮੂਵਮੈਂਟਸ ਤਾਂ ਉਹ ਪਤਾ ਨਹੀਂ ਆਪਣਾ ਬਿਲਡ ਹੋ ਗਿਆ ਵੇ ਸੋ ਦੋਸੋ ਜਣੇ ਨੂੰ ਮਿਲ ਲਿਆ ਗੱਲਾਂ ਕਰ ਲੀਆਂ ਤੇ ਮੈਨੂੰ ਲੱਗਦਾ ਪੋਡਕਾਸਟ ਆਪਾਂ 2 ਘੰਟੇ ਗੱਲਾਂ ਕਰਨੀਆਂ ਆ ਆਪਾਂ ਝੂਠ ਨਹੀਂ बोल ਸਕਦੇ ਇਹਦੇ ਵਿੱਚ ਝੂਠ ਹੀ बोल ਸਕਦੇ ਕਿੰਨੀ देर ਪ੍ਰੀਟੈਂਡ ਕਰੀਏ ਆਪਣਾ ਤੇ ਜਿਹੜਾ ਆਪਣਾ ਆਪ ਤੇ ਨਿਕਲ ਕੇ ਆਉਣਾ ਹੀ ਆ ਨਾ ਹਮ ਚਲੋ ਮੈਂ ਸਟਾਰਟ ਕਰਦੇ ਆ ਕਿਉਂਕਿ ਮੇਰੇ ਜੋ ਸਵਾਲ ਨੇ ਮੇਬੀ ਉਹਨਾਂ ਦੇ ਵੀ ਸਵਾਲ ਹੋਣ ਆਡੀਅנס ਦੇ ਆਪਣੇ ਬਈ ਪਰੇਸ਼ਾਨ ਪ੍ਰੇਸ਼ਾਨੀ ਸਟ्रेस ਐਂਜਾਇਟੀ ਡਿਪਰੈਸ਼ਨ ਸਾਨੂੰ ਇੱਕ ਹੀ ਚੀਜ਼ ਲੱਗਦੀ ਹੈ ਇਹ ਤਾਂ ਕੋਈ ਕਿਸੇ ਨੂੰ ਛੋੜੀ ਟੈਨਸ਼ਨ ਹੁੰਦੀ ਯਾਰ ਮੈਨੂੰ ਡਿਪਰੈਸ਼ਨ ਤਾਂ ਨਹੀਂ ਕਿਤੇ ਸਾਨੂੰ ਪਤਾ ਹੀ ਨਹੀਂ ਵੀ ਡਿਪਰੈਸ਼ਨ ਦੀ ਸੀਮਾ ਕੀ ਆ ਟੈਨਸ਼ਨ ਦੀ ਸੀਮਾ ਕੀ ਆ ਸਟ੍ਰੈਸ ਕੀ ਆ ਮੈਮ ਇਹਦੇ ਬਾਰੇ ਜਸੋ ਵੀ ਇਹਦਾ ਲੈਵਲ ਕੀ ਨੇ ਵੀ ਕਿਦਾਂ ਆਪਾਂ ਡਿਫਾਈਨ ਕਰੀਏ ਕਿ ਯਾਰ ਇਸ ਪਰਸਨ ਨੂੰ ਡਿਪਰੈਸ਼ਨ ਨਾ ਤੈਨੂੰ ਸਿਰਫ ਸਟ੍ਰੈਸ ਆ ਯਾਰ ਤੈਨੂੰ ਸਿਰਫ ਇਗਜ਼ਾਮ ਦੀ ਟੈਨਸ਼ਨ ਆ ਹਾਂਜੀ ਹਾਂਜੀ ਇਹਦਾ ਡਿਫਰੈਂਸ਼ੀਏਟ ਕਰੋ ਵੀ ਪ੍ਰੋਪਰ ਤਰੀਕੇ ਨਾਲ ਕੀ ਚੀਜ਼ ਹੈਗੀ ਸਰ ਉਸ ਵੱਲੋਂ ਤਾਂ ਮੈਂ ਸਿਰਫ ਇੰਨਾ ਕਹਿਣਾ ਚਾਹੂੰਗੀ ਕਿ ਅੱਜਕੱਲ ਨਾ ਆਪਾਂ ਨੂੰ ਇਹ ਭਾਰੀ ਭਰ ਕੰ ਵਰਡ ਯੂਜ਼ ਕਰਨ ਦੀ ਬੜੀ ਆਦਤ ਜੀ ਪੈ ਗਈ ਹੈ ਛੋਟੇ ਜਿਹੇ ਬੱਚੇ ਨੂੰ ਵੀ ਕਹੋਗੇ ਨਾ ਮੇਰੇ ਕੋਲ ਤਾਂ ਡਿਪਰੈਸ਼ਨ ਹੋ ਗਿਆ ਹੈ ਹਾਂ ਬੱਚੇ ਹੈਨਾ ਜੀ 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 ਮਤਲਬ ਇਹ ਜ਼ਰੂਰੀ ਨਹੀਂਗਾ ਤੁਹਾਨੂੰ ਪਤਾ ਹੀ ਨਹੀਂ ਕਿ ਡਿਪਰੈਸ਼ਨ ਕਿੰਨਾ ਜ਼ਿਆਦਾ ਸਿਵियर ਹੈ ਇਸ ਕਰਕੇ ਥੋੜੇ ਜਿਹੇ ਜਿਹੜੇ ਭਾਰੀ ਭਰ ਕੰਵਰਸ ਹਨ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਯੂਜ਼ ਕਰਨਾ ਘੱਟ ਕਰੋ ਕਿਉਂਕਿ ਤੁਹਾਡੇ ਮਾਈਂਡ ਤੇ ਦਾ ਅਸਰ ਪੈ ਰਿਹਾ ਹੈ ਸਟ्रेस ਆਪਾਂ ਸ਼ੁਰੂ ਕਰਦੇ ਹਾਂ ਸਟ्रेस ਤੋਂ ਸਟ्रेस ਕੀ ਹੁੰਦਾ ਸਭ ਤੋਂ ਪਹਿਲਾਂ ਕੋਈ ਮੰਨ ਲਓ ਕਿ ਸਟ੍ਰੈਸਰ ਆਇਆ ਹੈ ਜੀ ਸਟ੍ਰੈਸਰ ਸ਼ੁੱਡ ਬੀ देयर ਮਤਲਬ ਕੋਈ ਵੀ ਚੀਜ਼ ਹੈ ਤੁਹਾਡਾ ਕੁਝ ਇਹੋ ਜਿਹਾ ਇਵੈਂਟ ਹੋਇਆ ਹੈ ਕੁਝ ਮਿਸ ਹੈਪਨਿੰਗ ਹੋਈਏ ਤੁਸੀਂ ਕਿਸੇ ਆਪਣੇ ਨੂੰ ਖੋਤ ਹੈ ਡਾਈਵਰਸ ਹੋ ਗਿਆ ਹੈ ਜਾਂ ਕੋਈ ਜੌਬ ਲੂਜ਼ ਕਰਤੀ ਹੈ ਤੇ ਸਟ੍ਰੈਸਰ ਹੈ ਉਹ ਸਟ੍ਰੈਸਰ ਕਰਕੇ ਤੁਹਾਨੂੰ ਸਟ੍ਰੈਸ ਹੋ ਰਿਹਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਜਦੋਂ ਤੱਕ ਉਹ ਪ੍ਰੋਬਲਮ ਸੋਲਵ ਨਹੀਂ ਹੁੰਦੀ ਉਦੋਂ ਤੱਕ ਸਟ੍ਰੈਸਰ ਤੁਹਾਡੇ ਕੋਲ ਹੈ ਜੀ ਤੇ ਜਦੋਂ ਸੋਲਵ ਨਹੀਂ ਹੋਏ ਕਿ ਜਦੋਂ ਸੋਲੂਸ਼ਨ ਵੱਲ ਚੱਲ ਪਏ ਤੇ ਆਪਣੇ ਆਪ ਉਹਦੇ ਸਿੰਪਟਮਸ ਜਿਹੜੇ ਨੇ ਉਹ ਘਟਦੇ ਜਾਣਗੇ ਹੈਨਾ ਜਿਹੜੀ ਸਿੰਪਟਮਸ ਕੀ ਹੋ ਸਕਦੇ ਨੇ ਕਿ ਤੁਹਾਨੂੰ ਐਂਗਜ਼ਾਇਟੀ ਵਾਲੇ ਮੇਨ ਦੇ ਫਿਜ਼ੀਕਲ ਸਿੰਪਟਮਸ ਜ਼ਿਆਦਾ ਹੁੰਦੀ ਹੈ ਮਤਲਬ ਰੈਸਟਲੈਸਟੀ ਹੋਣ ਲੱਗ ਜਾਣੀ ਔਰ ਲੱਗਣਾ ਕਿ ਮੈਨੂੰ ਨਾ ਜਿਵੇਂ ਪੈਨਿਕ ਅਟੈਕਸ ਨਹੀਂ ਹੁੰਦੇ ਮਤਲਬ ਕਬਰਾਟ ਹੋਣ ਲੱਗ ਜਾਂਦੀ ਹੈ ਕਈ ਵਾਰੀ ਸ਼ੇਕਿੰਗ ਹੈਂਡਸ ਸ਼ੇਕ ਕਰਨ ਲੱਗ ਜਾਂਦੇ ਹੈ ਬਹੁਤ ਜ਼ਿਆਦਾ ਸਵੈਟਿੰਗ ਹੋਣ ਲੱਗ ਜਾਂਦੀ ਹੈ ਤੁਸੀਂ ਬੋਲ ਨਹੀਂ ਪਾਉਂਦੇ ਹੈ ਨਾ ਇਹ ਹੁੰਦੇ ਫਿਜ਼ੀਕਲ ਸਿੰਪਟਮਸ ਹੁਣ ਜੇ ਆਪਾਂ ਇੱਕ ਕਦਮ ਅੱਗੇ ਹੋਰ ਚੱਲੀਏ ਡਿਪਰੈਸ਼ਨ ਬਿਲਕੁਲ ਅਲੱਗ ਹੈ ਇਸ ਤੋਂ ਔਰ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕਿੰਨੇ ਟਾਈਮ ਤੋਂ ਡਿਪਰੈਸ਼ਨ 'ਚ ਚੱਲ ਰਹੇ ਹਾਂ ਸਭ ਤੋਂ ਜਿਹੜਾ ਆਪਾਂ ਦੇਖ ਕੇ ਕਿਸੇ ਨੂੰ ਗੈਸ ਕਰ ਸਕਦੇ ਆ ਨਾ ਜੇ ਤੁਹਾਡਾ ਕੋਈ ਫਰੈਂਡ ਹੈ ਜਾਂ ਕੋਈ ਫੈਮਿਲੀ ਮੈਂਬਰ ਹੈ ਤੁਸੀਂ ਉਹਨੂੰ ਦੇਖ ਕੇ ਗੈਸ ਕਰ ਲੋਗੇ ਕਿ ਇਹਦੇ ਵਿੱਚ ਕੁਝ ਚੇਂजेस ਹੈ ਸਭ ਤੋਂ ਪਹਿਲਾਂ ਜਿਹੜੀ ਉਹ ਚੀਜ਼ ਪਹਿਲਾਂ ਬੜੇ ਈ ਚਾਅ ਨਾਲ ਕਰਦਾ ਸੀ ਹੈਨਾ ਸਾਰਿਆਂ ਨੂੰ ਫੋਨ ਕਰਨਾ ਮੈਨ ਲਾਈਵਲੀ ਜੈ ਪਰਸਨ ਸੀ ਆਲ ਆਫ ਅ ਸਟਰਨ ਉਹ ਡਾਊਨ چلا ਗਿਆ ਮੇਬੀ ਅਗੇਨ ਸਟ्रेसਰ ਆਇਆ ਹੋਇਆ ਹੈ ਹਜੇ ਤੱਕ ਪ੍ਰੋਬਲਮ ਸੋਲਵ ਨਹੀਂ ਹੋਈ ਹੋ ਸਕਦਾ ਏਓ ਵਾਲਾ ਪੀਰੀਅਡ ਹੋਏ ਲੇਕਿਨ ਜੇ ਪੂਰਾ 6 ਮਹੀਨੇ ਤੱਕ ਮਤਲਬ 2 ਮਹੀਨੇ ਤੱਕ ਆ ਫੇਸ ਕਰ ਰਿਹਾ ਹੈ ਉਹ ਬੰਦਾ ਔਰ ਤੁਸੀਂ ਉਹਨੂੰ ਨੋਟਿਸ ਕਰ ਰਹੇ ਹੋ that is depression ਫਿਰ ਹੈ ਕਿ ਖਾਣ ਪੀਣ ਦਾ ਦਿਲ ਨਹੀਂ ਕਰਦਾ ਤਿਆਰ ਹੋਣ ਦਾ ਜੀ ਨੌਂਦੇ ਹੀ ਨਹੀਂ ਹੈ ਇੱਕ ਮਤਲਬ ਕਮਰਾ ਬੰਦ ਕਰਕੇ ਪਏ ਰਹਿਣਾ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਰਿਜੈਕਸ਼ਨ ਜਿਹੜੀ ਹੈ ਉਹ ਫੇਸ ਨਹੀਂ ਕਰ ਸਕਤੇ ਜੇ ਤੁਸੀਂ ਉਹਨਾਂ ਨੂੰ ਰਿਜੈਕਟ ਕਰਤਾ ਮਤਲਬ ਇੱਕਦਮ ਉਹਨਾਂ ਨੂੰ ਐਂਗਰ ਇਸ਼ੂਸ ਆ ਜਾਣਗੇ ਪਤਾ ਨਹੀਂ ਚੱਲੂਗਾ ਕਿ ਮੈਂ ਇਹਨੂੰ ਸੋਲਵ ਕਿਵੇਂ ਕਰਨਾ ਹਾਲਾਂਕਿ ਬਾਅਦ ਤੋਂ ਪਤਾ ਲੱਗਦਾ ਹੋਊਗਾ ਕਿ ਨਹੀਂ ਇੰਨੀ ਵੀ ਕੋਈ ਗੱਲ ਨਹੀਂ ਸੀ ਜਿੰਨਾ ਮੈਂ ਰਿਐਕਸ਼ਨ ਦਿੱਤਾ ਪਰ ਇਹ ਹੁੰਦਾ ਫਿਰ ਇਸ ਤੋਂ ਜਦੋਂ ਅੱਗੇ ਵੱਧ ਜਾਂਦੇ ਐ ਪਤਾ ਨਹੀਂ ਚੱਲਿਆ ਇਸ ਆ ਚੱਲਦਾ ਰਿਹਾ ਫਿਰ ਕੀ ਹੁੰਦਾ ਕਿ ਗਿਲਟ ਫੀਲਿੰਗ ਆ ਜਾਂਦੀ ਹੈ ਵਿਦਆਊਟ ਐਨੀ ਰੀਜ਼ਨ ਮੈਂ ਉਹਦੇ ਨਾਲ ਛੋਟੀ ਜੀ ਗੱਲ ਤੇ ਗਿਲਟ ਔਰ ਰੋਪੈਂਦੇ ਗੱਲ ਗੱਲ ਤੇ ਰੋਪੈਂਗੀ ਮਤਲਬ ਦਿਲ ਜਿਹੜਾ ਕਹਿੰਦੇ ਨੇ ਬਹੁਤ ਛੋਟਾ ਹੋ ਜਾਂਦਾ ਫੇਰ ਕੀ ਹੈ ਕਿ ਆ ਚੱਲਦਾ ਰਿਹਾ ਚੱਲਦਾ ਰਿਹਾ ਸੁਸਾਇਡਲ ਥਾਟਸ ਆਉਣ ਲੱਗ ਪੈਂਦੇ ਆ ਜੀ ਕਈ ਵਾਰੀ ਟਰਾਈ ਵੀ ਕਰਦੇ ਨੇ ਹੈਨਾ ਪਰ ਜੀ ਆਪਾਂ ਇਹ ਕਹੀਏ ਕਿ ਤੁਸੀਂ ਡਿਪਰੈਸ਼ਨ 'ਚ ਹੋ ਤੇ ਤੁਸੀਂ ਕਿਉਂ ਨਹੀਂ ਗਏ ਜਿਉ ਉਹ ਵਿਚਾਰਾ ਆਪ ਇਲਾਜ ਕਰ ਸਕਦਾ ਹੁੰਦਾ ਤੇ ਕਰ ਚੁੱਕਿਆ ਹੁੰਦਾ ਨਾ ਉਹਨੂੰ ਨਹੀਂ ਕੁਝ ਅੱਗੇ ਲੱਭ ਰਿਹਾ ਉਹ ਵੀ ਉਹ ਵੀ ਵੀਡੀਓਜ਼ ਦੇਖ ਰਿਹਾ ਹੋਵੇਗਾ ਉਦੋਂ ਉਹਨੂੰ ਇੱਕ ਸਾਈਕੋਲੋਜਿਸਟ ਕੋਲ ਲਿਜਾਣਾ ਜਾਂ ਉਹਨੂੰ ਜਾਣਾ ਬਹੁਤ ਜ਼ਰੂਰੀ ਹੈ ਇਹ ਹੋਇਆ ਤੁਹਾਡਾ ਡਿਪਰੈਸ਼ਨ ਦਾ ਫਿਰ ਐਂਗਜ਼ਾਇਟੀ ਜਿੰਨੂੰ ਆਪਾਂ ਕਹਿੰਦੇ ਵੀ ਮੈਨੂੰ ਨਾ ਐਂਗਜ਼ਾਇਟੀ ਜੀ ਬਹੁਤ ਹੋ ਰਹੀ ਹੈ ਹੈ ਨਾ ਐਂਗਜ਼ਾਇਟੀ ਦੇ ਵੀ ਫਿਜ਼ੀਕਲ ਸਿੰਪਟਮ ਸੇਮ ਹੁੰਦੇ ਆ ਡਿਪਰੈਸ਼ਨ ਦੇ ਮੈਂਟਲ ਵਾਲੇ ਜ਼ਿਆਦਾ ਚੱਲਦੇ ਆ ਹੈ ਨਾ ਕਿ ਮੈਂਟਲ ਕੀ ਤੁਹਾਨੂੰ ਹੋਪਲੈਸਨੈਸ ਸਟੈਸਲੈਸਨੈਸ ਹੋਣ ਲੱਗੀ ਆ ਸਾਰੇ ਮੈਂਟਲ ਵਾਲੇ ਜਿਹੜੇ ਤੁਹਾਡੇ ਸਿੰਪਟਮਸ ਹੈ ਸਟ੍ਰੈਸ ਤੁਹਾਡੀ ਫਿਜ਼ੀਕਲ ਸਿੰਪਟਮਸ ਵੀ ਨਾਲ-ਨਾਲ ਚੱਲਦੇ ਆ ਅਗੇਨ ਐਂਗਜ਼ਾਇਟੀ ਚ ਤੁਹਾਨੂੰ ਫਿਜ਼ੀਕਲ ਸਿੰਪਟਮਸ ਬਹੁਤ ਚੱਲਦੇ ਆ ਕਿ ਇਕਦਮ ਅ ਅਲੱਗ-ਅਲੱਗ ਤਰ੍ਹਾਂ ਦੀ ਐਂਗਜ਼ਾਇਟੀਆਂ ਹੁੰਦੀਆਂ ਜਿਵੇਂ ਆਪਾਂ ਜਨਰਲ ਐਂਗਜ਼ਾਇਟੀ ਡਿਸਆਰਡਰ ਲੈ ਲੈਣੇ ਆ ਫੋਬਿਕ ਲੈ ਲੈਣੇ ਆ ਹੁੰਦਾ ਨਾ ਕਿ ਕਿਸੇ ਚੀਜ਼ ਤੋਂ ਫੋਬੀਆ ਹੈ ਹੈ ਨਾ ਜਾਂ ਅੱਜਕੱਲ ਇੱਕ ਹੋਰ ਬੜਾ ਕਾਮਨ ਹੈ ਸਟੇਜ ਫੋਬੀਆ ਹੈ ਸਟੇਜ ਤੇ ਜਾਣ ਨੂੰ ਡਰ ਲੱਗਦਾ ਹਾਂਜੀ ਕਰਾਊਡ ਨੂੰ ਫੇਸ ਨਹੀਂ ਕਰ ਪਾਉਂਦੇ ਸਿਲੈਕਟਿਵ ਮਿਊਟਿਜ਼ਮ ਹੋ ਜਾਂਦੀ ਹੈ ਮਤਲਬ ਇੱਕ ਇੱਕ ਟੌਪਿਕ ਤੇ ਆ ਕੇ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਬਿਲਕੁਲ ਚੁੱਪ ਕਰ ਜਾਂਦੇ ਹੋ ਬੋਲ ਹੀ ਨਹੀਂ ਪਾਉਂਦੇ ਇੰਨਾ ਕਿਉਂਕਿ ਉਹਦੇ ਅੰਦਰ ਉਸ ਚੀਜ਼ ਨੂੰ ਲੈ ਕੇ ਕੁਝ ਨਾ ਕੁਝ ਪਿਛਲਾ ਚੱਲਿਆ ਆ ਰਿਹਾ ਹੈ ਤੇ ਉਹਦਾ ਕੀ ਹੈ ਹੈਂਡ ਸ਼ੇਕਿੰਗ ਡੈਸਲੈਸਨੈਸ ਪੈਨਿਕ ਅਟੈਕਸ ਹੁੰਦੇ ਐ ਐਂਗਜ਼ਾਇਟੀ ਵਾਲੇ ਬੰਦੇ ਨੂੰ ਤੇ ਉਹਨੂੰ ਪਤਾ ਨਹੀਂ ਚੱਲਦਾ ਪਹਿਲਾਂ ਸੋਚਦੇ ਆਪਾਂ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਕਿਤੇ ਉਹ ਕੋਈ ਹੋਰ ਡਿਸੀਜ਼ ਤਾਂ ਨਹੀਂ ਹੋ ਗਈ ਹਮਮ ਲੇਕਿਨ ਉਹ ਹੁੰਦਾ ਹੈ ਐਂਗਜ਼ਾਇਟੀ ਦਾ ਪੈਨਿਕ ਅਟੈਕ ਔਰ ਉਹਦਾ ਇੱਕ ਕੌਜ਼ ਹੁੰਦਾ ਹੈ ਪਿੱਛੇ ਜਦੋਂ ਆਪਾਂ ਟ੍ਰੀਟਮੈਂਟ ਵੱਲ ਨਹੀਂ ਜਾਂਦੇ ਤੇ ਉਹ ਜਿਹੜਾ ਹੈ ਉਹ ਜਿਹੜੇ ਪਹਿਲਾਂ ਤੁਹਾਨੂੰ ਮੰਨ ਲਓ ਕਿ 2 ਮਹੀਨੇ ਚ ਇੱਕ ਵਾਰੀ ਆਇਆ ਫਿਰ ਉਹ ਹੌਲੀ ਹੌਲੀ ਤੁਹਾਨੂੰ ਹੈ ਕਿ ਮੰਥਲੀ ਆਨ ਲੱਗ ਬੇਗਾ ਫਿਰ ਵੀਕਲੀ ਆਨ ਲੱਗੇਗਾ ਫਿਰ ਉਹ ਜਿਹੜਾ ਤੁਹਾਡਾ ਜਿਸ ਚੀਜ਼ ਨੂੰ ਲੈ ਕੇ ਤੁਹਾਡੀ ਐਂਗਜ਼ਾਇਟੀ ਵੱਧਦੀ ਹੈ ਕਈ ਵਾਰੀ ਉਹ ਚੀਜ਼ਾਂ ਹੋਰ ਵੀ ਹੁੰਦੀਆਂ ਜਾਂਦੀਆਂ ਕਿ ਤੁਸੀਂ ਹੋਰ ਵੀ ਡਰਨਾ ਸ਼ੁਰੂ ਕਰ ਦਿੰਦੇ ਹੋ ਐਂਗਜ਼ਾਇਟੀ ਚ ਸਭ ਤੋਂ ਪਹਿਲਾਂ ਫੀਅਰ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਕਿ ਡਰ ਜਾਂਦਾ ਹੈ ਬੰਦਾ ਇਹ ਡਰ ਨਾਲੀ ਕਿ ਮੈਂ ਫੇਸ ਹੀ ਨਹੀਂ ਕਰ ਸਕਦਾ ਜਦੋਂ ਨੇ ਫੇਸ ਨਹੀਂ ਕਰਨਾ ਤੇ ਆ ਸਾਰੇ ਜਿਹੜੇ ਉਹਦੇ ਫਿਜ਼ੀਕਲ ਸਿੰਪਟਮਸ ਸਟਾਰਟ ਹੋ ਜਾਂਦੇ ਆ ਮੈਮ ਜਿੱਦਾਂ ਤੁਸੀਂ ਆ ਚੀਜ਼ਾਂ ਦਸੀਆਂ ਮੈਨੂੰ ਪਿਛਲੇ 7-8 ਸਾਲ ਤੋਂ ਪਤਾ ਲੱਗਿਆ ਜਿੱਦਾਂ ਕਿਸੇ ਮੇਰੇ ਫੀਮੇਲ ਫਰੈਂਡ ਨੇ ਕਿਹਾ ਵੀ ਆਈ ਗਾਟ ਅ ਪੈਨਿਕ ਅਟੈਕ ਬਹਿ ਕੇ ਕੀ ਹੁੰਦਾ ਵੀ ਹਾਰਟ ਅਟੈਕ ਸੁਣਿਆ ਸੀ ਹਾਂਜੀ ਵਾਟਸ ਪੈਨਿਕ ਅਟੈਕ ਇਹ ਮੈਨੂੰ ਲੱਗਦਾ 7-8 ਸਾਲਾਂ ਤੋਂ ਚੀਜ਼ਾਂ ਆਈਆਂ ਕਿਉਂਕਿ ਸਾਡੇ ਪ੍ਰਾਣੇ ਕਹਿੰਦੇ ਆ ਸਾਨੂੰ ਤਾਂ ਕੁਝ ਨਹੀਂ ਹੁੰਦਾ ਜਿ ਡਿਪਰੈਸ਼ਨ ਅੱਜ ਦੇ ਜਵਾਨਾਂ ਨੂੰ ਡਿਪਰੈਸ਼ਨ ਹੋ ਰਿਹਾ ਵੀ ਇਹ ਹੁਣੇ ਆਇਆ ਕਿ ਪਹਿਲਾਂ ਵੀ ਹੁੰਦਾ ਸੀ ਹਾਂ ਅਮਨ ਜੀ ਤੁਸੀਂ ਬਹੁਤ ਅੱਛੀ ਗੱਲ ਕੀਤੀ ਉਹ ਕਹਿੰਦੇ ਸਾਨੂੰ ਨਹੀਂ ਹੁੰਦਾ ਸੀ ਜੀ ਉਦੋਂ ਦੇ ਵਿੱਚ ਤੇ ਹੁਣ ਵਾਲੇ ਵਿੱਚ ਡਿਫਰੈਂਸ ਬਹੁਤ ਆ ਪਹਿਲਾਂ ਅਸੀਂ ਜੁਆਇੰਟ ਫੈਮਿਲੀ ਸੀ ਜੀ ਇੰਨਾ ਕੰਪੀਟੀਸ਼ਨ ਸੀ ਅੱਜ ਤੁਸੀਂ ਆਪਣੇ ਫੇ ਆਪਣੇ ਫੀਲਡ ਬੱਚਿਆਂ ਦੇ ਫੀਲਡ ਦੇ ਦੇਖੋ ਕਿ ਕੰਪੀਟੀਸ਼ਨ ਕਿੰਨਾ ਜ਼ਿਆਦਾ ਹੈ ਹੈਗਾ ਮੈਮ ਹੈ ਨਾ ਫਿਰ ਉਹਨਾਂ ਦੇ ਟਾਈਮ ਚ ਸੋਸ਼ਲ ਮੀਡੀਆ ਵੀ ਨਹੀਂ ਸੀ ਜੀ ਤੇ ਜੇ ਐਡਵਾਂਟੇਜਸ ਹੈ ਸਾਰੀ ਚੀਜ਼ਾਂ ਦੇ ਦੋਨੋਂ ਪਹਿਲੂ ਹੁੰਦੇ ਆ ਤੇ ਉਹ ਇੰਨਾ ਸਾਰੇ ਜਿਹਦੋਂ ਉਹਨਾਂ ਨੇ ਕੀ ਕਰਨਾ ਕੰਮ ਕਰਨਾ ਹੈ ਜਿੰਨਾ ਕੰਮ ਕੀਤਾ ਉਹਨਾਂ ਖਾ ਲਿਆ ਮਤਲਬ ਸਿੰਪਲ ਲਾਈਫ ਚੱਲ ਰਹੀ ਸੀ ਤੇ ਡਿਪਰੈਸ਼ਨ ਉਹਨਾਂ ਨੂੰ ਇਹ ਚੀਜ਼ਾਂ ਨੂੰ ਨਾ ਇੰਨਾ ਜ਼ਿਆਦਾ ਤਵੱਜੂ ਵੀ ਨਹੀਂ ਦਿੱਤਾ ਜਾਂਦਾ ਸੀ ਕਿਉਂਕਿ ਹੈ ਹੀ ਨਹੀਂ ਸੀ ਇੰਨੇ ਸਾਰੇ ਫੈਮਿਲੀ ਮੈਂਬਰਸ ਹੈ ਹੈਨਾ ਤੁਸੀਂ ਆਪਣੀ ਗੱਲ ਕਿਸ ਕੋਈ ਨਾ ਇੱਕ ਤੇ ਤੁਹਾਡੇ ক্লোਜ਼ ਹੁੰਦਾ ਹੈ ਨਾ ਇੱਥੇ ਸਿਰਫ ਤਿੰਨ ਜਾਣੇ ਆ ਚਾਰ ਜਾਣੇ ਆ ਜਾਂ ਹਸਬੰਡ ਵਾਈਫ ਆ ਸਿਰਫ ਉਹ ਕਿਵੇਂ ਕਿਹਦੇ ਨਾਲ ਗੱਲ ਕਰਨ ਗੱਲ ਕਰਨ ਲਈ ਤੇ ਕੋਈ ਚਾਹੀਦਾ ਹੈ ਨਾ ਲੰਦੇ ਹੁੰਦੇ ਨਾ ਦਿਲ ਖੋਲੋ ਯਾਰੋਂ ਕੇ ਸਾਥ ਨਹੀਂ ਤਾਂ ਡਾਕਟਰ ਖੋਲੇਗਾ ਉਹ ਯਾਰੋਂ ਕੇ ਸਾਥ ਉਹੀ ਗੱਲ ਗੱਲ ਕਰਨੀ ਵਾਹ ਜ਼ਰੂਰੀ ਹੈ ਉਦੋਂ ਗੱਲ ਕਰਨ ਵਾਲੇ ਹੁੰਦੇ ਸੀ ਸਾਡੇ ਕੋਲ ਐਸੇ ਮੈਮ ਅਕੀਨਿਕ ਵਧੀਆ ਗੱਲ ਆ ਵੀ ਜੋ ਮੈਡੀਸਨ ਇਲਾਜ ਨਹੀਂ ਕਰ ਪਉਂਦੀ ਕਈ ਵਾਰ ਦਿਲ ਦਾ ਹਾਲ ਸੁਣਾ ਦਿੰਦਾ ਨਾ ਬੰਦਾ ਹਲਕਾ ਫੀਲ ਕਰਦਾ ਤੇ ਉਹ ਠੀਕ ਹੋ ਜਾਂਦਾ ਕਈ ਵਾਰ ਹਾਂ ਗੱਲ ਕਰਨ ਦੀ ਜਿਹੜੀ ਗੱਲ ਆ ਕਿ ਸਾਡੇ ਕੋਲ ਆਉਂਦਾ ਠੀਕ ਕਿਵੇਂ ਹੋ ਜਾਂਦਾ ਮੇਰੇ ਕੋਲ ਆਇਆ ਅੱਜ ਕੱਲ ਕੀ ਹੈ ਕਿ ਗੱਲ ਤੁਸੀਂ ਪਹਿਲਾਂ ਤਾਂ ਕਿਸੇ ਕੋਲ ਟਾਈਮ ਹੀ ਨਹੀਂ ਆ ਤੁਸੀਂ ਆਪਣੀ ਪ੍ਰੋਬਲਮ ਲੈ ਕੇ ਜਾਓਗੇ ਅਗਲਾ ਚਾਰ ਪ੍ਰੋਬਲਮਸ ਲੈ ਕੇ ਪਹਿਲਾਂ ਖੜਾ ਹੋਇਆ ਉਹ ਤੁਹਾਡੀ ਵੇਟ ਨਹੀਂ ਕਰ ਰਿਹਾ ਉਹ ਆਪਣਾ ਆਗੂ ਦੱਸ ਰਿਹਾ ਕਿ ਮੈਨੂੰ ਤੇ ਐਵੇਂ ਹੋ ਗਿਆ ਸੀ ਇੱਕ ਮੈਮ ਫੀਅਰ ਹੈ ਆ ਮੰਨ ਲਓ ਮੇਰੀ ਕੋਈ ਕੋਈ ਕਮਜ਼ੋਰੀ ਆ ਜਾਂ ਮੈਂ ਜਦ ਮੇਰਾ ਕੁਝ ਸਟ्रेस ਆ ਮੈਂ ਕਿਸੇ ਨੂੰ ਦੱਸੂਗਾ ਮੈਨੂੰ ਐ ਲੱਗੀ ਜਾਣਾ ਯਾਰ ਮੇਰਾ ਮਜ਼ਾਕ ਡਾਊਗਾ ਐਂਡ ਹਾਂ ਉਹਨੂੰ ਆਪਾਂ ਕਹਿੰਦੇ ਆ ਇਹਦੀ ਲੈਂਗੁਏਜ ਕਿ ਜੱਜ ਕਰਦੇ ਆ ਜੱਜ ਕਰਨਾ ਹਾਂ ਕਿਉਂਕਿ ਜੱਜਮੈਂਟ ਤੇ ਆਪਾਂ ਲੈ ਕੇ ਖੜੇ ਹੋਏ ਹਾਂ ਹੱਥ 'ਚ ਜੋ ਤੁਸੀਂ ਸਰਬਿਸ ਕੋਲ ਜਾਣੇ ਹੋ ਇੱਕ ਸਾਈਕੋਲੋਜਿਸ ਕੋਲ ਜਾਣੇ ਹੋ ਤੁਹਾਨੂੰ ਜਜ ਨਹੀਂ ਕਰ ਰਿਆ ਉਹ ਤਾਂ ਤੁਹਾਡੇ ਨਾਲ ਉਹਨੂੰ ਸਿਰਫ ਤੁਹਾਨੂੰ ਸੁਣਨਾ ਹੈ ਔਰ ਸੋਲੂਸ਼ਨ ਦੇਣਾ ਹੈ ਇੱਥੇ ਤੂੰ ਤੁਸੀਂ ਮਤਲਬ ਕਰੈਕਟਰ ਸਰਟੀਫਿਕੇਟ ਕੀ ਜਜ ਦਾ ਸਰਟੀਫਿਕੇਟ ਕੀ ਤੁਸੀਂ ਹੱਥ 'ਚ ਲਾ ਕੇ ਖੜੇ ਹੋ ਔਰ ਉਹ ਬੰਦਾ ਭਾਵੇਂ ਉਹ ਲਾਈਫ 'ਚ ਉਹਨੇ ਕੁਝ ਨਾ ਕੀਤਾ ਹੋਏ ਪਰ ਤੁਹਾਨੂੰ ਇਹੋ ਇਹੋ ਜਿਹੀ ਚੀਜ਼ਾਂ ਦੱਸ ਦੂਗਾ ਤੂੰ ਤੇ ਹੈ ਹੀ ਨਹੀਂ ਇਸੇ ਕੰਮ ਦਾ ਤੂੰ ਸਿਰਫ ਦਿਲ ਵੀ ਖੋਲਣਾ ਹੈ ਨਾ ਤੇ ਬੰਦਾ ਦੇਖ ਕੇ ਕਿ ਇਹ ਨਾ ਹੋਏ ਕਿ ਕੱਲ ਤੁਸੀਂ ਉਹਦੇ ਨਾਲ ਸ਼ੇਅਰ ਕੀਤਾ ਤੇ ਕੱਲ ਉਹਨੇ ਸਾਰਾ ਨਿਊਜ਼ਪੇਪਰ ਸਾਪਤਾ ਹੋਵੇ ਫਿਰ ਤੇ ਤੁਸੀਂ ਹੋਰ ਵੀ ਡਾਊਨ ਜਾਓਗੇ ਤੁਸੀਂ ਕਿਹਾ ਕਿ ਮੈਮ ਨੇ ਕਿਹਾ ਸੀ ਦਿਲ ਖੋਲਣਾ ਹੈ ਨਾ ਪਰ ਬੰਦਾ ਦੇਖ ਕੇ ਦਿਲ ਖੋਲਣਾ ਮੈਮ ਅੱਛਾ ਇਹ ਸਾਰੀਆਂ ਚੀਜ਼ਾਂ ਨੇ ਐਂਜ਼ਾਇਟੀ ਆ ਟੈਨਸ਼ਨ ਆ ਡਿਪਰੈਸ਼ਨ ਆ ਨਾ ਤੇ ਕਦੋਂ ਪਤਾ ਲੱਗਦਾ ਵੀ ਇੱਕ ਆਮ ਇਨਸਾਨ ਨੂੰ ਉਹ ਕਿਵੇਂ ਡਾਇਗਨੋਸ ਕਰੇ ਹਾਂਜੀ ਵੀ ਮੈਨੂੰ ਇਹ ਚੀਜ਼ ਹੋ ਗਈ ਆ ਤਾਂ ਮੈਨੂੰ ਹੁਣ ਕਾਉਂਸਲਿੰਗ ਦੀ ਲੋੜ ਆ ਜਾਂ ਵੀ ਟਨ ਨੂੰ ਕੰਟੈਕਟ ਕੀਤਾ ਜਾਵੇ ਜਾਂ ਕਾਉਂਸਲਰ ਨੂੰ ਕੰਟੈਕਟ ਕੀਤਾ ਜਾਵੇ ਕਦੋਂ ਪਤਾ ਲੱਗਦਾ ਕਦੋਂ ਪਤਾ ਇਹਦੇ ਨਾ ਸਿੰਪਟਮਸ ਜੀ ਹੁੰਦੇ ਆ ਔਰ ਇਹਦੇ ਤੋਂ ਨਾ ਸਭ ਤੋਂ ਪਹਿਲਾਂ ਇਹ ਨਹੀਂ ਸੋਚਣਾ ਕਿ ਮੈਨੂੰ ਡਿਪਰੈਸ਼ਨ ਹੀ ਹੋ ਗਿਆ ਮਤਲਬ ਔਰ ਅਸੀਂ ਕੀ ਕਰਦੇ ਆ ਕਿ ਤੁਸੀਂ ਗੱਲ ਕਰੋ ਔਰ ਦੇਖੋ ਕਿ ਸਿੰਪਟਮਸ ਕੀ ਨੇ ਸਭ ਤੋਂ ਪਹਿਲਾਂ ਸੋਚ ਕੇ ਚਲੋ ਕਿ ਮੈਨੂੰ ਸਟ्रेस ਹੋਇਆ ਜੀ ਸਟ्रेस ਨੂੰ ਲੈ ਕੇ ਚਲੋ ਉਹ ਸਾਈਕੋਲੋਜਿਸਟ ਨੂੰ ਡਾਇਗਨੋਸ ਕਰਨ ਦੋ ਬਿਕੋਜ਼ ਉਹ ਐਕਸਪਰਟ ਨੇ ਉਹ ਡਾਇਗਨੋਸ ਕਰਪਾਉਣਗੇ ਕਿ ਤੁਹਾਨੂੰ ਡਿਪਰੈਸ਼ਨ ਹੈ ਡਿਪਰੈਸ਼ਨ ਵੀ ਹੈ ਕਿਤੇ ਬਾਈਪੋਲਰ ਤੇ ਨਹੀਂ ਮੈਨਿਕ ਡਿਪਰੈਸਿਵ ਤੇ ਨਹੀਂ ਚੱਲ ਰਹੀ ਜਾਂ ਐਂਗਜ਼ਾਇਟੀ ਦੀ ਕਿਹੜੀ ਉਹਦੇ ਛੋ ਤੁਸੀਂ ਉਹ ਉਹਨੂੰ ਕਰਨ ਦੋ ਨਾ ਕਿ ਤੁਸੀਂ ਗੂਗਲ ਤੋਂ ਪਹਿਲਾਂ ਹੀ ਸਾਰਾ ਕੁਝ ਲੈ ਕੇ ਔਰ ਮੈਂ ਤੇ ਹੁਣ ਮੇਰਾ ਤਾਂ ਟਾਈਮ ਖਤਮ ਹੈ ਤੁਸੀਂ ਬਹੁਤ ਸਹੀ ਕਿਹਾ ਕੋਈ ਵੀ ਚੀਜ਼ ਹੁੰਦੀ ਹੈ ਨਾ ਜਦੋਂ ਅਸੀਂ ਪਹਿਲਾਂ ਗੂਗਲ ਕਰਦੇ ਹਾਂ ਕੋਈ ਇਹ ਤਾਂ ਸੇਮ ਦਸੀ ਜਾਂਦਾ ਇਹ ਮੈਨੂੰ ਹੋ ਗਿਆ ਹਾਂਜੀ ਹੈਡੈਕ ਵੀ ਹੋ ਰਿਹਾ ਹੈ ਨਾ ਸਾਈਕੋਲੋਜੀ ਚ ਇਹ ਚੀਜ਼ਾਂ ਬਹੁਤ ਜ਼ਿਆਦਾ ਰਿਜ਼ਮ ਛੋਟਾ ਛੋਟਾ ਇਹ ਫਰਕ ਹੁੰਦਾ ਤਹੀਂ ਤੇ ਜਦੋਂ ਅਸੀਂ ਵੀ ਮਤਲਬ ਆਪਣੀ ਸਟੱਡੀ ਕਰ ਰਹੇ ਸੀ ਅਸੀਂ ਵੀ ਸੋਚਦੇ ਸੀ ਕਿ ਸਾਰੇ ਜੀਮ ਬੁਰੀਆਂ ਸਾਨੂੰ ਹੀ ਆ ਜੀ ਪਰ ਜਿਹੜਾ ਐਕਸਪਰਟ ਹੈ ਉਹੀ ਡਾਇਗਨੋਸ ਕਰ ਪਾਊਗਾ ਮੇਨ ਜਿਹੜੇ ਸਿੰਪਟਮਸ ਆਪਾਂ ਵੇਖ ਸਕਦੇ ਹਾਂ ਕਿ ਨੀਂਦ ਨਹੀਂ ਆਉਂਦੀ ਸਭ ਤੋਂ ਪਹਿਲਾਂ ਹੁੰਦਾ ਜਦੋਂ ਬੰਦਾ ਸਟ्रेस ਚ ਹੈ ਨੀਂਦ ਨਹੀਂ ਆਉਂਦੀ ਜੀ ਤੇ ਨੀਂਦ ਤੇ ਪਹਿਲਾਂ ਪਹਿਲਾਂ ਉਹ ਸਟ੍ਰੈਸਰ ਕੱਟ ਕਰੋ ਪਹਿਲਾਂ ਆਪਾਂ ਸੋਲੂਸ਼ਨ ਵੱਲ ਜਾਈਏ ਕਿ ਉਹ ਸੋਲੂਸ਼ਨ ਮੇਰੀ ਉਸ ਪ੍ਰੋਬਲਮ ਜਿਹੜੀ ਹੈ ਉਹਦਾ ਸੋਲੂਸ਼ਨ ਕੀ ਹੈ ਹੈਨਾ ਜੇ ਮੈਂ ਕਹਾਂ ਕਿ ਤੁਸੀਂ ਸਿਰਫ ਨੀਂਦ ਵਾਲੇ ਪਾਸੇ ਚੱਲੋ ਹੈਨਾ ਨੀਂਦ ਦੀ ਤੁਸੀਂ ਪਹਿਲਾਂ ਤਾਂ ਹੁੰਦਾ ਕਿ ਐਲਪ੍ਰੈਕਸ ਖਾਓ ਔਰ ਸੌਂ ਜਾਓ ਐਲਪ੍ਰੈਕਸ ਕਿੰਨੇ ਟਾਈਮ ਤੱਕ ਕਿਉਂ ਆਪਾਂ ਇੱਕ ਸਾਈਕੀਆਟ੍ਰਿਸ ਕੋਲ ਜਾਂਦੇ ਆ ਸਾਈਕੀਆਟ੍ਰਿਸ ਤੇ ਕਾਉਂਸਲਿੰਗ ਸਾਈਕੋਲੋਜੀਸ ਨਾਲ-ਨਾਲ ਚੱਲਦੇ ਨੇ ਕਿ ਦਵਾਈ ਦਾ ਅਸਰ ਤੁਹਾਨੂੰ ਕਾਉਂਸਲਿੰਗ ਵੀ ਨਾਲ ਦੀ ਜ਼ਰੂਰਤ ਹੈ ਕਿਉਂਕਿ ਇੱਥੇ ਕੰਮ ਕਰਨੇ ਆਪਾਂ ਫਿਜ਼ੀਕਲ ਹੈ ਤੁਸੀਂ ਗੋਲੀ ਖਾਧੀ ਠੀਕ ਹੋਗੇ ਮੈਂਟਲ ਤੇ ਕੰਮ ਕਰ ਰਹੇ ਆ ਨਾ ਤੇ ਮੈਡੀਕੇਸ਼ਨ ਜੇ ਸਿਵੀਅਰ ਹੈ ਤਾਂ ਮੈਡੀਕੇਸ਼ਨ ਦੀ ਲੋੜ ਪੈਂਦੀ ਜੇ ਪਹਿਲਾਂ ਹੀ ਹੈ ਤਾਂ ਮੈਡੀਕੇਸ਼ਨ ਦੀ ਲੋੜ ਹੀ ਨਹੀਂ ਪੈਂਦੀ ਲੇਕਿਨ ਆਪਾਂ ਪਹਿਲਾਂ ਹੀ ਮੈਡੀਕੇਸ਼ਨ ਉਹ ਪਾਪਾ ਵੀ ਖਾਂਦੇ ਐਲਪ੍ਰੈਕਸ ਤੂੰ ਵੀ ਖਾ ਲਾ ਕੋਈ ਪ੍ਰੋਬਲਮ ਨਹੀਂ ਹੈ ਨਾ ਜਾਂ ਕੀ ਹੁੰਦਾ ਹੋਰ ਜਿਹੜੀ ਐਲਪ੍ਰੈਕਸ ਵੀ ਨਹੀਂ ਇਨੱਕ ਪੈਗ ਲਾਓ ਸੋਚੋ ਮੇਰੇ ਮੈ ਕਹਿ ਨਹੀਂ ਲਗਾ ਸੀ ਕਿ ਯਾਰ ਹੋਰ ਕਿਸੇ ਦੋਸਤ ਕੋਲ ਚਲੇਗੇ ਯਾਰ ਮੈਂ ਆ ਵੀ ਟ੍ਰਾਈ ਕੀਤੀ ਆ ਡਰਗ ਕਰਕੇ ਦੇਖ ਕਿਉਂਕਿ ਉਹ ਇਸ ਮੈ ਮੈਨੂੰ ਬੜੀ ਟੈਨਸ਼ਨ ਸੀਗੀ ਬਸ ਮੈਂ ਲਈ ਆ ਤੇ ਬਸ ਖਤਮ ਹੈ ਇਹਦੇ ਵੀ ਤੁਸੀਂ ਟੈਨਸ਼ਨ ਤੇ ਤੁਹਾਨੂੰ ਹੈ ਹੀ ਹੈ ਲੇਕਿਨ ਕਦੋਂ ਤੁਸੀਂ ਡਰਗ ਐਡਿਕਸ਼ਨ ਵਾਲੇ ਤੌਰ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੂੰ ਤੇ ਫਿਰ ਉਹ ਐਡਿਕਸ਼ਨ ਛੱਡਣ ਚ ਤੁਹਾਡਾ ਬਹੁਤ ਟਾਈਮ ਲੱਗ ਜਾਣਾ ਤੇ ਮੈਂਟਲ ਅਵੇਅਰਨੈਸ ਜ਼ਰੂਰੀ ਹੈ ਉਹਨੂੰ ਫੜੋ ਉਸੇ ਟਾਈਮ ਕਿ ਮੈਨੂੰ ਨੀਂਦ ਨਹੀਂ ਆ ਰਹੀ ਮੈਨੂੰ ਅਜੀਬ ਜਿਹਾ ਫੀਲ ਹੋ ਰਿਹਾ ਜਿਹੜੀ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ ਸੀ ਉਹਨ ਬਿਲਕੁਲ ਇੰਟਰਸਟ ਨਹੀਂ ਹੈ ਮੇਰਾ ਜੀਕਰ ਦਾ ਬਸ ਪਏ ਰਹਾ ਹ ਇਹ ਕੁਝ ਇੱਕ ਸਿੰਪਟਮਸ ਹੁੰਦੇ ਆ ਹੈਨਾ ਤੇ ਫਿਰ ਐਂਗਜ਼ਾਇਟੀ ਹੈ ਤੇ ਉਹਦੇ ਸਿੰਟਮਸ ਆਡ ਨੇ ਕੀ ਤੁਹਾਨੂੰ ਅ ਸਟੇਜ ਤੇ ਜਾਣ ਤੋਂ ਹੀ ਡਰਨ ਲੱਗ ਕਿਸ ਕਰਾਊਡ ਨੂੰ ਫੇਸ ਨਹੀਂ ਕਰ ਪਾਰੇ ਜਾਂ ਕਿਸੇ ਸਪੈਸ਼ਲ ਕੋਈ ਚੀਜ਼ ਮਤਲਬ ਸਿਲੈਕਟਿਵ ਮਿਊਟਿਜ਼ਮ ਹੈ ਜਾਂ ਕੁਝ ਵੀ ਫੋਬਿਕ ਹੈ ਕੁਝ ਉਹਨੂੰ ਲੈ ਕੇ ਤੁਹਾਨੂੰ ਐਂਗਜ਼ਾਇਟੀ ਹੋ ਰਹੀ ਹੈ ਪੈਨਿਕ ਅਟੈਕਸ ਹੋ ਰਹੇ ਨੇ ਤਾਂ ਤੁਹਾਨੂੰ ਡਾਕਟਰ ਗੁਲਜਾਨ ਦੀ ਜ਼ਰੂਰਤ ਹੈ ਇੱਕ ਮੈਮ ਕਰੇ ਲੁਜਾਸਵਾਲ ਆ ਹਾਂਜੀ ਮੈਂ ਅਕਸਰ ਕਿਸੇ ਦੀ ਫੈਮਿਲੀ ਘਰੇ ਜਾਣਾ ਜਾਂ 올ਡ ਲੇਡੀਜ਼ ਨੂੰ ਦੇਖਦਾ ਜਾਂ ਹਾਊਸ ਵਾਈਫਸ ਨੂੰ ਹੁਣ ਉਹਨਾਂ ਨੇ ਇੱਕ ਜਗ੍ਹਾ ਨਜ਼ਰ ਟਿਕਾ ਕੇ ਨਾ ਪਤਾ ਨਹੀਂ ਕੀ ਸੋਚਦੀਆਂ ਰਹਿਣਗੀਆਂ ਮੈਂ ਕਾਫੀ ਵਾਬਸਰਵ ਕੀਤਾ ਵੀ ਇੱਕ ਜਗ੍ਹਾ ਦੇਖੀ ਜਾ ਰਹੀਆਂ ਤੇ ਸੋਚੀ ਜਾ ਰਹੀਆਂ ਵੀ ਲਾਈਕ ਇਹ ਫੇਸ ਆ ਉਹਨਾਂ ਦਾ ਤੇ ਮੈਂ ਇਦਾਂ ਦੇ ਕੈਰੈਕਟਰਸ ਬਹੁਤ ਦੇਖਦਾ ਲਾਈਫ ਵਿੱਚ ਕੁਝ ਨੇੜੇ ਤੇੜੇ ਵਾਲੇ ਵੀ ਮੈਨੂੰ ਯਾਦ ਆ ਰਹੇ ਜਿੱਦਾਂ ਤੁਸੀਂ ਦੱਸ ਰਹੇ ਹੋ ਹਾਂਜੀ ਹਾਂਜੀ ਉਹ ਪੂਰਾ ਟਾਈਮ ਸਵੇਰੇ ਉੱਠਣ ਤੋਂ ਲੈ ਕੇ ਰਾਤ ਤੱਕ ਕੁਝ ਨਾ ਕੁਝ ਕਿਤੇ ਸਟਕ ਰਹਿੰਦੇ ਨੇ ਪਤਾ ਨਹੀਂ ਧਿਆਨ ਕਿੱਥੇ ਰਹਿੰਦਾ ਉਹਨਾਂ ਦਾ ਬੱਚਿਆਂ 'ਚ ਵੀ ਇਹ ਹੈਗਾ ਅੱਜਕੱਲ ਹਾਂਜੀ ਵੀ ਜਿਹੜਾ ਧਿਆਨ ਕਿੱਥੇ ਆ ਹਾਂ ਉਹਨੂੰ ਆਪਾਂ ਇਹ ਕਵਾਂਗੇ ਕਿ ਉਹ ਪ੍ਰੈਜ਼ੈਂਸ ਆਫ ਮਾਈਂਡ ਨਹੀਂਗਾ ਪ੍ਰੈਜ਼ੈਂਸ ਆਫ ਮਾਈਂਡ ਕੀ ਹੁੰਦਾ ਕਿ ਜਦੋਂ ਮੈਂ ਕਿਸੇ ਚੀਜ਼ ਨੂੰ ਮੇਰਾ ਮਾਈਂਡ ਕਿਤੇ ਹੋਰ ਚੱਲ ਰਿਹਾ ਬਟ ਮੇਰੀ ਬਾਡੀ ਇੱਥੇ ਹੈ ਮਾਈਂਡ ਕਿੱਥੇ ਚੱਲਦਾ ਹੈ ਯਾ ਫਿਊਚਰ ਚ ਤੇ ਯਾ ਪਾਸਟ ਚ ਪ੍ਰੋਬਲਮ ਹੀ ਸਾਰੀ ਸਟਕ ਹੋਈ ਹੈ ਫਿਊਚਰ ਔਰ ਪਾਸਟ ਮਾਈਂਡਫੁਲਨੈਸ ਜਿਹੜੇ ਅੱਜਕੱਲ ਇੰਨੀ ਐਕਟੀਵਿਟੀਆਂ ਆ ਰਹੀਆਂ ਹਨਾ ਅਸੀਂ ਵੀ ਸੁਜੈਸਟ ਕਰਦੇ ਹਾਂ ਕਿ ਐਂਗਜ਼ਾਇਟੀ ਲਈ ਬਹੁਤ ਸਾਰੇ ਚੀਜ਼ਾਂ ਸੁਜੈਸਟ ਕਰਦੇ ਹਾਂ ਉਹ ਹੈ ਕਿ ਪ੍ਰੈਜ਼ੈਂਸ ਆਫ ਮਾਈਂਡ ਸ਼ੁੱਡ ਬੀ ਥੇਰ ਕਿ ਅਸ ਅਪਾਉਤੀ ਹੋ ਕੇ ਵੀ ਉੱਥੇ ਨਹੀਂ ਆ ਜੀ ਬੱਚਿਆਂ ਦਾ ਵੀ ਇਹ ਹੈ ਕਿ ਟੀਵੀ ਦੇਖ ਰਹੇ ਆ ਉੱਥੇ ਸਟਕ ਹੋ ਗਏ ਆ ਕਿ ਪਿੱਛੇ ਕੁਝ ਹੋਰ ਚੱਲ ਰਿਹਾ ਹੈ ਮੰਨ ਲਓ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤੁਹਾਡਾ ਅੱਗੇ ਵੀ ਇਹ ਚੱਲ ਰਿਹਾ ਕਿ ਹੁਣ ਨੈਕਸਟ ਕੁਐਸਚਨ ਕੀ ਪੁੱਛਣਾ ਹਮ ਇਸ ਤੋਂ ਬਾਅਦ ਮੈਂ ਕੀ ਕਰਨਾ ਤੇ ਤੁਸੀਂ ਆਪਣਾ ਜਿਹੜਾ originality ਉਹ ਨਹੀਂ ਦੇ ਪਾਓਗੇ ਜੀ ਜੀ ਤੇ ਜਿਨ ਨੇ ਇਹ ਸਿੱਖ ਲਿਆ ਕਿ ਮੈਨੂੰ ਪ੍ਰੈਜ਼ੈਂਸ ਆਫ ਮਾਈਂਡ ਕਿੱਦਾਂ ਰੱਖਣਾ ਹੈ ਉਹ ਜਿੱਤ ਗਿਆ ਹਾਂ ਦੋ ਜਾਰੀਆ ਆਪਣੇ ਪ੍ਰੋਬਲਮ ਬਾਰੇ ਰਾਤੀ ਮੈਂ ਕੀ ਬਣਾਇਆ ਸਵੇਰੇ ਕੀ ਹੋਣਾ ਉਹ ਉੱਥੇ ਕਿਤੇ ਸੋਚ ਰਹੀਆਂ ਹੁੰਦੀਆਂ ਜਾਂ 올ਡ ਲੇਡੀਜ਼ ਐ ਬਹੁਤ ساری ਟੈਂਸ਼ਨਸ ਐ ਉਹਨਾਂ ਦੀ ਲਾਈਫ ਚ ਉਹ ਉੱਥੇ ਸੋਚ ਰਹੀਆਂ ਹੁੰਦੀਆਂ ਜੇ ਤੁਸੀਂ ਉਹਨਾਂ ਨੂੰ ਇਦਾਂ ਦੇਖਦੇ ਹੋ ਓਕੇ ਇੱਕ ਹੋਰ ਸਵਾਲ ਐ ਇਦਾਂ ਦਾ ਵੀ ਅਕਸਰ ਹੁਣ ਤਾਂ ਸਾਰੀ ਜਨਰੇਸ਼ਨ ਹੀ ਕਹ ਲਓ ਯੂਥ ਲਾ ਲਓ ਵੱਡੇ ਲਾ ਲਓ ਰਾਤ ਨੂੰ ਸੌਣ ਲੱਗੇ ਉਹਨਾਂ ਨੇ ਸੋਚਣਾ ਹੀ ਸੋਚਣਾ ਅੱਧਾ ਘੰਟਾ ਇੱਕ ਘੰਟਾ ਕੋਈ ਐ ਨਹੀਂ ਹੈਗਾ ਵੀ ਲੇਟਿਆ ਤੇ ਉਹ ਸੌ ਗਿਆ ਹਾਂਜੀ ਉਹਨੂੰ ਜਾ ਮੋਬਾਈਲ ਚਾਈਦਾ ਕੁਝ ਦੇਖਣ ਨੂੰ ਫਿਰ ਓਹ ਧੀ ਹੌਲੀ ਨੀਂਦ ਆਊਗੀ ਯਾ ਉਹਨੇ ਸੋਚਣਾ ਇਹ ਕਰ ਲਿਆ ਹੁਣ ਕੱਲ ਏ ਕਰਾਂਗੇ ਪਰਸੋਏ ਇਧਰੋਂ ਐਨੇ ਪੈਸੇ ਲੈਣੇ ਆ ਕੈਲਕੂਲੇਸ਼ਨ ਆਈਆਂ 1.5 ਘੰਟੇ ਦੀਆਂ ਇਹ ਕੀ ਚੀਜ਼ ਆ ਵੀ ਇਹਦਾ ਕੋਈ ਫਾਇਦਾ ਹੁੰਦਾ ਆ ਤੁਹਾਨੂੰ ਮੈਂ ਇਹਦਾ ਇੱਕ ਹੋਰ ਸ਼ਾਰਟਕਟ ਦੱਸਾਂ ਜਦੋਂ ਤੁਸੀਂ ਯਾ ਰਾਤ ਨੂੰ ਸੋਚਦੇ ਹੋ ਕਿੰਨੇ ਪੈਸੇ ਲੈਣੇ ਆ ਸਵੇਰੇ ਕੀ ਕਰਨਾ ਹੈ ਇਹਨੂੰ ਇੱਕ ਹੋਰ ਅਸੀਂ ਇਹਨੂੰ ਕਹਿੰਦੇ ਆ ਮੈਨੇਜਮੈਂਟ ਓਕੇ ਹੈਨਾ ਤੁਸੀਂ ਇਸ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇੱਕ ਪੇਪਰ ਪੈਨ ਲਿਆ ਸਿੰਪਲ ਯਾ ਆਪਣਾ ਨੋਟਪੈਡ ਲਿਆ ਹੈਨਾ ਉੱਥੇ ਲਿਖ ਕੇ ਰੱਖਤਾ ਸਵੇਰੇ ਆ ਆ ਆ ਡਨ ਸੋ दैट ਤੁਸੀਂ ਮਾਈਂਡ ਨੂੰ ਕੰਮ ਦੇਤਾ ਸਵੇਰ ਵਾਸਤੇ ਤੁਸੀਂ ਕੀ ਕਰ ਰਹੇ ਹੋ ਜਿਵੇਂ ਆਪਾਂ ਗੱਲ ਕਰੀ ਕਿ ਸਬਕੌਂਸ਼ੀਅਸ ਮਾਈਂਡ ਜੀ ਹੈ ਨਾ ਸਬਕੌਂਸ਼ੀਅਸ ਮਾਈਂਡ ਨੂੰ ਤੁਸੀਂ ਕੰਮ ਲਾ ਦਿੰਦੇ ਹੋ ਉਹ ਵਿਚਾਰਾ ਸਾਰੀ ਰਾਤ ਤੁਹਾਨੂੰ ਇਹੀ ਰਿਮਾਈਂਡ ਕਰਾਉਂਦਾ ਰਹਿੰਦਾ ਸਵੇਰੇ ਤਰ ਆ ਵੀ ਕੰਮ ਹੈ ਸਰ ਤਰ ਆ ਵੀ ਕੰਮ ਹੈ ਆ ਵੀ ਕੰਮ ਹੈ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਕਿ ਪਿੱਲੋ ਨੂੰ ਕਿਹਾ ਮਤਲਬ ਸਾਡੇ ਟਾਈਮ 'ਚ ਵੀ ਕਹਿੰਦੇ ਹੁੰਦੇ ਸੀ ਕਿ ਮੈਂ ਨਾ ਸਹਰਾਣੇ ਨੂੰ ਕਿਹਾ ਤਾਂ ਮੈਨੂੰ ਇੰਨੇ ਵਜੇ ਉਠਾ ਦਿ ਸਵੇਰੇ ਹਨਾਂ ਕੀ ਪੰਜਬਜੀ ਉਹਨੇ ਮੈਨੂੰ ਉਠਾਤਾ ਹਮ ਐਕਚੁਅਲੀ ਉਹ ਸਾਡੀ ਬਾਇਓ ਕਲੌਕ ਕੰਮ ਕਰ ਰਹੀ ਹੈ ਸਬਕੌਨਸ਼ੀਅਸ ਮਾਈਂਡ ਕੰਮ ਕਰ ਰਿਹਾ ਹੈ ਨਾ ਤੁਸੀਂ 3 ਵਜੇ ਦਾ ਲਾਮ ਲਗਾਇਆ ਹੈ ਮੰਨ ਲਓ ਸਵੇਰੇ ਕੋਈ ਤੁਹਾਡਾ ਕੋਈ ਸ਼ੂਟ ਹੈ ਜੀ ਤੇ ਤੁਹਾਨੂੰ 3 ਵਜੇ ਨਹੀਂ ਉਹ ਤੇ 2 ਵਜੇ ਤੋਂ ਹੀ ਤੁਹਾਨੂੰ ਕਿਉਂਕਿ ਤੁਹਾਨੂੰ ਉਹਦਾ ਬਹੁਤ ਜ਼ਿਆਦਾ ਉਹ ਤੁਹਾਡੇ ਉਸ ਵਰਕ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੀ ਉਹਦੀ ਇੰਪੋਰਟੈਂਸ ਕਿੰਨੀ ਹੈ ਜੀ ਉਹਨੇ ਤੁਹਾਨੂੰ 2 ਵਜੇ ਵੀ ਉੱਠ ਕੇ ਤੁਸੀਂ ਦੇਖਦੇ ਹੋ ਕਿ 3 ਤਾਂ ਨਹੀਂ ਵੱਜ ਗਿਆ ਕਿਤੇ ਲਾਮ ਆਫ ਤਾਂ ਨਹੀਂ ਰਹਿ ਗਿਆ ਤੇ ਉਹ ਸਬਕੌਨਸ਼ੀਅਸ ਮਾਈਂਡ ਤੁਹਾਡਾ ਇੰਨਾ ਐਕਟੀਵੇਟ ਹੁੰਦਾ ਮੈਮ ਐਗਜ਼ਾਮਪਲ ਆਈ ਜੀ ਲਾ ਲਓ ਤੁਸੀਂ ਮੈਨੂੰ ਪਤਾ ਸੀ ਮੈਂ ਲੁਧਿਆਣੇ ਤੋਂ ਮੁਹਾਲੀ ਹੋਣਾ ਮੈਂ అలਾਰਮ ਲਗਾਇਆ ਸੀ ਆਈ ਗੈਸ 7 ਵੇ ਦਾ ਮੈਂ ਸਵੇਕ 6 ਉੱਠ ਗਿਆ ਮੈਂ ਦੇਖਿਆ ਮੇក ਐਲਾਰਮ ਵੱਜ ਗਿਆ ਦੇਖਾਂ ਉਹ ਇਹ ਤਾਂ ਮੈਂ ਕਿਹਾ ਹਾਂਜੀ 40 45 ਮਿੰਟ ਬੇ ਆ ਇਹ ਅੱਜ ਹੀ ਇਦਾਂ ਹੋਇਆ ਮੇਰੇ ਨਾਲ ਹਾਂਜੀ ਹਾਂਜੀ ਕਿਉਂਕਿ ਮੈਨੂੰ ਪਤਾ ਸੀ ਅੱਜ ਮੇਰਾ ਸ਼ੂਟ ਆ ਮੈਂ ਆਉਣਾ ਵਾ ਮੁਹਾਲੀ ਤਾਂ ਅਛਾ ਮੈਮ ਸਬਕੌਨਸ਼ੀਅਸ ਮਾਈਂਡ ਬਹੁਤ ਲੋਕਾਂ ਨੂੰ ਨਹੀਂ ਪਤਾ ਵੀ ਕੀ ਚੀਜ਼ ਆ ਇਹ ਇਹ ਕਿਵੇਂ ਵਰਕ ਕਰਦਾ ਆਪਾਂ ਨੂੰ ਕਿਵੇਂ ਫੀਡ ਕਰਨਾ ਚਾਹੀਦਾ ਇਹਨੂੰ ਇਹਦੇ ਬਾਰੇ ਦੱਸੋ ਮੈਂ ਆਪਾਂ ਇਹ ਲਿਮਨ ਲੈਂਗੁਐਜ ਕਹਿੰئے ਬਹੁਤ ਹੀ ਡਿਟੇਲਡ ਚ ਨਾ ਜਾਏ ਇਹ সাবਕੌਂਸ਼ੀਅਸ ਮਾਈਂਡ ਹੋਇਆ ਕਿ ਜਿਹੜਾ ਤੁਸੀਂ ਸੋਚ ਰਹੇ ਹੋ ਹੈ ਨਾ ਇੱਕ ਤਾਂ ਹੈ ਨਾ ਕਿ ਇੱਕਦਮ ਮੈਂ ਤੁਹਾਨੂੰ ਕਿਹਾ ਕਿ ਆਹ ਕੰਮ ਕਰਨਾ ਹੈ ਜੀ ਇਹ ਮੈਂ ਕਹਿਤਾ ਜੀ ਇੱਕ ਮੇਰੇ ਮਾਈਂਡ ਦੇ ਪਿੱਛੇ ਚੱਲ ਰਿਹਾ ਹੈ ਕਿ ਅਮਨ ਮਤਲਬ ਨਹੀਂ ਕਿ ਇਹ ਸੋਚ ਰਿਹਾ ਹੋਗਾ ਹੈ ਨਾ ਇਸ ਤੋਂ ਬਾਅਦ ਇਹ ਕਰੂਗਾ ਇਸ ਤੋਂ ਬਾਅਦ ਮੇਰੇ ਅੰਦਰ ਉਹ ਚੱਲ ਰਿਹਾ ਹੈ ਮੈਂ ਕਹਿ ਤੁਹਾਨੂੰ ਮੇਰੇ ਵਰਬਲੀ ਕੁਝ ਹੋਰ ਕਹਿ ਰਹੀ ਹੈ ਲੇਕਿਨ ਮੇਰੇ ਅੰਦਰ ਵੀ ਇੱਕ ਫਾਈਲ ਜਿਹੜੀ ਹੈ ਉਹ ਉਸੇ ਟਾਈਮ ਕੰਮ ਕਰਦੀ ਜਾ ਰਹੀ ਹੈ that is your subconscious mind right subconscious mind ਬਹੁਤ ਹੀ ਇੰਪੋਰਟੈਂਟ ਹੈ ਕਹ ਲਓ ਕਿ ਸਭ ਕੁਝ ਇਨੇ ਕਰਨਾ ਹੈ ਇਨੇ ਜਾਂ ਤਾਂ ਤੁਸੀਂ ਇਹਨੂੰ ਕੰਟਰੋਲ ਕਰੋ ਨਹੀਂ ਤੇ ਇਹ ਤੁਹਾਨੂੰ ਕੰਟਰੋਲ ਕਰ ਲੇਗਾ ਤੁਸੀਂ ਇਹਨੂੰ ਕਿਵੇਂ ਕੰਟਰੋਲ ਕਰੋਗੇ ਜਿਹੜੇ ਸਾਡੇ ਕੋਲ ਵੀ ਪੇਸ਼ੈਂਟਸ ਆਉਂਦੇ ਆ ਹਿਪਨੋਥੈਰੇਪੀ ਵਿੱਚ ਵੀ ਆਉਂਦੇ ਆ ਹਨਾ ਤੇ ਉਹਨੂੰ ਕਿਵੇਂ ਅਸੀਂ ਉਹਦੇ সাবਕੌਂਸ਼ੀਅਸ ਮਾਈਂਡ ਤੇ ਵਰਕ ਕਰਨਾ ਹੈ ਉਹ ਫੀਅਰ ਉਹਦੇ সাবਕੌਂਸ਼ੀਅਸ ਮਾਈਂਡ 'ਚ ਹੈ ਨਾ ਤੇ ਉੱਥੇ ਕਿਵੇਂ ਵਾ ਕਰोगे ਸਭ ਤੋਂ ਸਿੰਪਲ ਜੀ ਟੈਕਨੀਕ ਕਿ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ সাবਕੌਂਸ਼ੀਅਸ ਮਾਈਂਡ ਨੂੰ ਕਲੀਅਰ ਕਰਕੇ ਸੌਣਾ ਹੈ ਕਹੋਗੇ ਉਹ ਕਿਵੇਂ ਕਰਨਾ ਜਿਵੇਂ ਆਪਾਂ ਕਹਿੰਦੇ ਨਾ ਕਿ ਫੋਨ ਦਾ ਡਾਟਾ ਹੈ ਕਿ ਉਹ ਦੀ ਸਟੋਰੇਜ ਫੁੱਲ ਹੋ ਗਈ ਹੈ ਹੈ ਨਾ ਕਿ ਸਟੋਰੇਜ ਫੁੱਲ ਹੋ ਗਈ ਹੁਣ ਕੀ ਕਰੀ ਕੀ ਕਰਦੇ ਹੋ ਡਿਲੀਟ ਕਰਦੇ ਹੋ ਨਾ ਐਪਸ ਡਿਲੀਟ ਕਰਦੇ ਹੋ ਜਿਹੜੀਆਂ ਜੰਕ ਫਾਈਲਸ ਆ ਹਮ ਕਦੀ ਆਪਣੀ ਮਾਈਂਡ ਦੀ ਵੀ ਕੀਤੀ ਹੈ ਕਿ ਇੰਨਾ ਕੁਸ਼ੂਸ ਹੀ ਲੈ ਕੇ ਬੈਠੇ ਉਹਨੇ ਇੰਨਾ ਕੁਸ਼ ਲੇਕਿਨ ਉਹ ਚਲਦੀ ਆ ਰਹੇ ਉਹਨੂੰ ਤਾਂ ਤੁਹਾਨੂੰ ਡਿਲੀਟ ਕਰਨ ਦੀ ਵੀ ਲੋੜ ਨਹੀਂ ਆਟੋ ਪ੍ਰੋਸੈਸ ਤੇ ਵੀ ਹੋ ਜਾਣਾ ਹੈ ਲੇਕਿਨ ਅਸੀਂ ਆਟੋ ਪ੍ਰੋਸੈਸ ਤੇ ਕੀ ਲਾਇਆ ਹੋਇਆ ਹੈ 네ਗੇਟਿਵ ਥਾਟਸ ਕਿ ਮੇਰੇ ਨਾਲ ਆ ਹੋ ਜਾਣਾ ਹੈ ਜੀ ਹੈਨਾ ਮੇਰੇ ਨਾਲ ਆ ਹੋ ਜਾਣਾ ਮੈਂ ਸਵੇਰੇ ਆ ਉਹ ਇਹ ਨੋਵੇ ਕਿਤੇ ਐਕਸੀਡੈਂਟ ਹੋ ਜਾਏ ਹੁਣ ਕੀ ਹੈ ਕਿ ਐਕਸੀਡੈਂਟ ਤੁਸੀਂ ਚਾਹੁੰਦੇ ਨਹੀਂ ਹੋ ਲੇਕਿਨ ਉਹ ਮੈਨੀਫੈਸਟ ਹੋਏ ਜਾ ਰਹੇ ਸੌਰੀ ਚੀਜ਼ਾਂ ਨਾ ਬੜੀਆਂ ਇੱਕ ਦੂਜੇ ਨਾਲ ਇੱਕਦਮ ਜੁੜੀਆਂ ਹੋਈਆਂ ਆਪਾਂ ਕਹਿੰਨੇ ਆ ਆ ਤਾਂ ਚੀਜ਼ ਮੈਂ ਨਹੀਂ ਸੋਚੀ ਸੀ ਇੱਕ ਹੀਵੇਂ ਹੋਗੀ ਇੱਕ ਤਾਂ ਹੋਰ ਐਗਜ਼ਾਮਪਲ ਦੇਨੀਆ ਆ ਕਿ ਇੱਕ ਬੱਚਾ ਹੈ ਜੀ ਹੈ ਨਾ ਬੱਚਾ ਸਵੇਰੇ ਐਗਜ਼ਾਮ ਦੇਣ ਲਈ ਜਾ ਰਿਹਾ ਤੇ ਮਦਰ ਕੋਲੇ ਗਿਆ ਤੇ ਉਹਨੇ ਕਿਹਾ ਕਿ ਵੀ ਮੈਂ ਚੱਲਾਂ ਐਗਜ਼ਾਮ ਦੇਣ ਲਈ ਮਦਰ ਨੇ ਓਕੇ ਬੇਟੇ ਬਾਏ ਬਾਏ ਹੋ ਗਿਆ ਸਾਰਾ ਕੁਝ ਉਹ ਅੰਦਰੋਂ ਇਹ ਸੋਚੀ ਜਾ ਰਹੀ ਪੜਿਆ ਤਾਂ ਹੈ ਨਹੀਂ ਸਾਰੀ ਰਾਤ ਸਾਰੀ ਰਾਤ ਮੋਬਾਈਲ ਦੇਖਦਾ ਰਿਹਾ ਜੀ ਪਾਸ ਹੋਨੇ ਕਿਉਂ ਹੋਣਾ ਸਵੌਣ ਕੁਛ ਨਹੀਂ ਉਹਨੇ ਸਾਰੇ ਇਹ ਥੌਟਸ ਚੱਲੀਆਂ ਅਗਲਾ ਐਗਜ਼ਾਮ ਸੀ ਉਹਨਾਂ ਨੇ ਕੀ ਕੀਤਾ ਕਿ ਇੱਕ ਕੁਛ ਵੀ ਕੋਈ ਰਿਚੁਅਲ ਕਰ ਲਿਆ ਹੈਨਾ ਰਿਚੁਅਲ ਕਰ ਲਿਆ ਕਿ ਜਿਵੇਂ ਆਪਾਂ ਕਰਨੇ ਗੁਰਦੁਆਰੇ ਤੋਂ ਜਲ ਲਿਆ ਕੇ ਪੀ ਆਤਾ ਜੀ ਹੈਨਾ ਇਹ ਕੁਛ ਵੀ ਜੋ ਉਹਨਾਂ ਦੇ ਹਿਸਾਬ ਨਾਲ ਠੀਕ ਲੱਗਿਆ ਉਹਨਾਂ ਦਹੀਂ ਚ ਚੀਨੀ ਪਾ ਕੇ ਖਵਾਤੀ ਦਹੀਂ ਚ ਚੀਨੀ ਪਾ ਕੇ ਵੀ ਉਹ ਦਿਨ ਨਾਲ ਵੀ ਨਹੀਂ ਕੰਮ ਚੱਲਣਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦਹੀਂ ਕਿਉਂਕਿ ਪਿੱਛੇ ਉਹ ਚੱਲ ਰਿਹਾ ਨਾ ਹੂੰ ਜਿਹੜਾ ਦੂਜਾ ਰਿਚੁਅਲ ਕੀਤਾ ਨਾ ਕਿ ਮੈਨੂੰ ਕਿਸੇ ਨੇ ਕਿਹਾ ਆ ਹੈ ਨਾ ਕਿ ਐਵੇਂ ਕਰਨਾ ਆ ਤੇ ਨੂੰ ਉਸ ਮਤਲਬ ਕਿਸੇ ਵੀ ਬਾਬਾ ਜੀ ਕੋ ਲੈ ਕੇ ਗਏ ਆ ਉਹਨਾਂ ਨੇ ਕਿਹਾ ਕਿ ਪੇਪਰ ਬਹੁਤ ਵਧੀਆ ਹੋਊਗਾ ਹੈ ਨਾ ਬੱਚੇ ਨੇ ਪੜਿਆ ਉਦੋਂ ਵੀ ਉਨਾ ਹੀ ਸੀ ਲੇਕਿਨ ਹੁਣ ਵੀ ਇੰਨਾ ਹੀ ਪੜਿਆ ਦੋਨੋਂ ਦਾ ਮੈਂ ਤੁਹਾਨੂੰ ਸੇਮ ਦੱਸਣਾ ਕਿ ਬੱਚੇ ਦੀ ਕੰਡੀਸ਼ਨ ਸੇਮ ਹੈ ਉਨਾ ਹੀ ਉਦੋਂ ਪੜਿਆ ਸੀ ਲੇਕਿਨ ਮਦਰ ਦੀ ਕੰਡੀਸ਼ਨ ਇਨਸਿਕਿਉਰिटीज ਦੀ ਗੱਲ ਕਰ ਰਹੀ ਹੈ ਕੀ ਸਬਕੌਨਸ਼ੀਅਸ ਮਾਈਂਡ ਇਸ ਕਿਵੇਂ ਕੰਮ ਕਰਦਾ ਹੈ ਕਿ ਉਹਦੀ ਜਦੋਂ ਉਹਨੇ ਦਿਖਾਇਆ ਤੇ ਉਹ ਜਿਹੜੇ ਬਾਬਾ ਜੀ ਨੇ ਕਰਾਮਾਤ ਨਹੀਂ ਕੀਤੀ ਕੋਈ ਉਹਨਾਂ ਦੀ ਥੌਟਸ ਉਹਨਾਂ ਕੋਈ ਲਵ ਲਾਸ ਨਹੀਂ ਇਹੋ ਉਹਨੇ ਕਿਹਾ ਬਹੁਤ ਵਧੀਆ ਹੋਊਗਾ ਕਿਉਂਕਿ ਬਾਬਾ ਜੀ ਦੇ ਕੋਲੇ ਕੋਈ ਇਨਸਿਕਿਉਰਟੀਆਂ ਨਹੀਂ ਹੈ ਨਾ ਉਹਨਾਂ ਨੇ ਤਾਂ ਕਿਹਾ ਤਾਂ ਕਿ ਵਧੀਆ ਹੋਊਗਾ ਕਿਉਂਕਿ ਉਹਨਾਂ ਦੀ ਜਿਹੜੀ ਪਾਰਤ ਪੂਜਾ ਜਿਹੜੀ ਵੀ ਜੋ ਵੀ ਵਾਈਬ੍ਰੇਸ਼ਨਸ ਨਾਲ ਕੰਮ ਕਰ ਰਹੀ ਸੀ ਉਹਨਾਂ ਨੇ ਸਿਰਫ ਪੋਜ਼ਿਟਿਵ ਵਾਈਬਸ ਦਿੱਤੀਆਂ ਇਹ ਉਹ ਮਦਰ ਵੀ ਦੇ ਸਕਦੀ ਸੀ ਲੇਕਿਨ ਉਹ ਇਨਸਿਕਿਉਰਟਿਸ ਫਸੀ ਹੋਈ ਸੀ ਕਿਸ ਰਾਤ ਤੇ ਪੜਿਆ ਨਹੀਂ ਕਰੂਗਾ ਕਿ ਜੇ ਆ ਇਨਸਿਕਿਉਰिटीज ਨਹੀਂ ਹੁੰਦੀਆਂ ਕਿ ਇਹ ਵਧੀਆ ਕਰੇਗਾ ਪੋਜ਼ਿਟਿਵ ਜਿਹੜਾ ਰਹਿਣਾ ਉਹਨੂੰ ਬ੍ਰੇਨ ਨੂੰ ਨਾ ਕੰਮ ਕਰਨਾ ਸਿਖਾਉਣਾ ਪੈਂਦਾ ਹੈ ਮਤਲਬ ਥੋੜਾ ਥੋੜਾ ਸਾ ਡਿਫਰੈਂਸ ਹੁੰਦਾ ਹੈ ਹੈਨਾ ਤੇ ਸਬਕੌਨਸ਼ੀਅਸ ਮਾਈਂਡ ਨੂੰ ਜੇ ਮੈਂ ਰਾਤ ਨੂੰ ਇਹ ਕਹਿ ਕੇ ਸੋਵਾਂ ਹੈਨਾ ਕਿ ਆ ਆ ਚੀਜ਼ਾਂ ਆਈ ਏਮ ਸਟਰੋਂਗ ਜਿਵੇਂ ਮੈਂ ਅਫਰਮੇਸ਼ਨਸ ਆਪਣੇ ਅੰਦਰ ਨਹੀਂ ਹੈ ਹੈਨਾ ਪੇਸ਼IENTS ਨੂੰ ਦੱਸਦੀਆਂ ਕਿ ਉਹਨੂੰ ਦੱਸਣਾ ਪੈਂਦਾ ਹੈ ਕਿ ਆਈ ਏਮ ਦ ਬੈਸਟ ਆਈ ਕੈਨ ਡੂ ਇਟ ਤੇ ਉਹ ਸਾਰੀ ਰਾਤ ਉਸ ਫਾਈਲਸ ਤੇ ਕੰਮ ਕਰਦਾ ਸਬਕੌਨਸ਼ੀਅਸ ਮਾਈਂਡ ਕਿਉਂਕਿ ਰਾਤ ਨੂੰ ਆਬਵੀਅਸ ਹੈ ਰਿਲੈਕਸ ਹੋ ਫਿਜ਼ੀਕਲ ਕੁਝ ਨਹੀਂ ਚੱਲ ਰਿਹਾ ਮਾਈਂਡ ਨੇ ਸਾਰਾ ਕੁਝ ਜਿਹੜੀਆਂ ਫਾਈਲਸ ਤੁਸੀਂ ਸਵੇਰ ਦੀਆਂ ਪੈਂਡਿੰਗ ਛੱਡੀਆਂ ਹੋਈਆਂ ਸੀ ਉਹ ਸਾਰੀਆਂ ਚੈੱਕ ਕਰਨੀਆਂ अच्छा इन्हें आ भी काम दसया हुआ सी सबकॉन्शियस माइंड चूज नहीं कर सकता ਉਹਨੇ ਜਿਹੜਾ ਇਹ ਚੂਜ਼ ਨਹੀਂ ਕਰਨਾ ਕਿ ਮੈਨੂੰ ਇਹਨੂੰ 5:30 ਵਜੇ ਜਗਾਉਣਾ ਹੈ ਕਿ 6:00 ਵਜੇ ਜਗਾਉਣਾ ਹੈ ਉਹਨੇ ਤੁਹਾਨੂੰ ਫਟਾਫਟ ਮਤਲਬ ਦੱਸ ਦੇ ਜਾਣਾ ਤੁਸੀਂ ਕਹਿਤਾ ਕਮ ਡਨ ਹੈ ਹੈ ਨਾ ਇਹ ਚੂਜ਼ ਕਰਕੇ ਡਾਇਰੈਕਸ਼ਨ ਹੀ ਸਹੀ ਦੇਣੀ ਹੈ ਬਸ ਜੇ ਤੁਸੀਂ ਡਾਇਰੈਕਸ਼ਨ ਗਲਤ ਦੇਤੀ ਸਬਕੌਂਸ਼ੀਅਸ ਮਾਈਂਡ ਨੂੰ ਚੱਕ ਲੈਣੀ ਹੈ ਮੇਰੇ ਕੋ ਨਹੀਂ ਹੋ ਸਕਦਾ ਮੇਰੀ ਲਾਈਫ ਖਤਮ ਹੈ ਹੈ ਨਾ ਇੱਥੇ ਆਪਣਾ ਸੈਲਫ ਜਿਹੜਾ ਹੈ ਸੈਲਫ ਲਵ ਆਉਂਦਾ ਹੈ ਹੈਨਾ ਜੀ ਕਿ ਆਪਣੇ ਆਪ ਨੂੰ ਭੁੱਲ ਜੰਨੇ ਆ ਬਾਕੀ ਸਾਰਾ ਕੁਝ ਕੰਮ ਕਰਦੇ ਰਹਿਣੇ ਆ ਤੇ ਉਨਾ ਹੀ ਰਿਲੈਕਸ ਰੱਖੋ ਰਾਤ ਨੂੰ ਸਬਕੌਂਸ਼ੀਅਸ ਮਾਈਂਡ ਨੂੰ ਡਾਇਰੈਕਸ਼ਨਸ ਦੇ ਕੇ ਸੋਓ। ਉਹ ਆਪਾਂ ਨੂੰ ਫालतू ਦੇ ਕੰਮਾਂ 'ਚ ਉਲਝਾਈ ਰੱਖੀਦਾ ਹੈ। ਜੀ ਤੇ ਰਾਤ ਨੂੰ ਵੀ ਜੇ ਸੋਚਦੇ ਹੋਗੇ ਕਿ ਇੱਕ ਕੰਮ ਸ਼ੁਰੂ ਹੋਇਆ ਹੈਨਾ ਕਿ ਤੁਸੀਂ ਇੱਕ ਇਵੈਂਟ ਛੋਟਾ ਜਿਹਾ ਯਾਦ ਕੀਤਾ। ਇਨਾ ਐਕਟਿਵਿਟ ਹੁੰਦਾ ਕਿ ਤੁਹਾਨੂੰ ਉਹਨੇ 2 ਵਜੇ ਤੱਕ ਹੀ ਜਗਾ ਕੇ ਰੱਖਿਆ ਜੀ ਜੀ ਕਿਉਂਕਿ ਉਹਨੇ ਪੁਰਾਣੀ ਫਾਈਲ ਚੁੱਕ ਕੇ ਲਿਆ ਕੇ ਰਹਿ ਟੀ ਅੱਛਾ ਤੋ ਆ ਯਾਦ ਕਰ ਰਹੀ ਸੀ ਉਹਨੇ ਫਾਈਲ ਤੁਹਾਡੇ ਸਾਹਮਣੇ ਰੱਖਤੀ ਹੁਣ ਤੁਹਾਨੂੰ ਤੁਹਾਡੀ ਕੋਈ ਫਰੈਂਡ ਹੈ ਕੁਛ ਹੈ ਪਤਾ ਨਹੀਂ ਕਿੱਥੇ ਹੈ ਕਿਵੇਂ ਹੈ ਸਾਰੀ ਫਾਈਲਸ ਐਸ ਇਟ ਇਜ਼ ਮੈਂ ਕਿ ਸ਼ੁਕਰਗੁਜ਼ਾਰਾਂ ਕਿ ਮੈਂ ਰਾਤ ਨੂੰ ਮਾਈਂਡ ਆਫ ਕਰ ਲੈਂਦਾ ਮੈਮ ਮੇਰੀ ਪ੍ਰੈਕਟਿਸ ਨਹੀਂ ਹੋਗੀ ਮੈਂ ਜਦੋਂ ਅੱਖਾਂ ਬੰਦ ਕਰਦਾ ਮੇਰੀ ਆਪ ਦੀ ਪ੍ਰੈਕਟਿਸ ਵੀ ਦੱਸਿਓ ਵੀ ਸਾਰੇ ਕਹਿੰਦੇ ਆ ਬਾਜੀ ਤੁਸੀਂ ਲੇਟਦੇ ਹੋ ਤੁਸੀਂ 3 ਸਕਿੰਟਾਂ 4 ਸਕਿੰਟ ਵੀ ਸੋ ਜਾਣ ਦੇ ਨਾਲ ਦੀ ਨਾਲ ਹੂੰ ਮੈਗਾ ਮੈਗੀ ਕਰਦਾ ਮੈਂ ਅੱਖਾਂ ਬੰਦ ਕਰਦਾ ਤੇ ਮੈਂ ਨਾ ਇੱਕ ਕੋਈ ਵੈਸੇ ਹੀ ਗਲਤ ਹੋ ਸਕਦਾ ਹੈ ਮੈਂ ਇੱਕ ਸੈਂਟਰ ਕੋਈ ਪੁਆਇੰਟ ਫੜ ਲੈਣਾ ਮਤਲਬ ਦੇਖ ਕੇ ਬਿਲਕੁਲ ਬਲੈਂਕ ਹੋ ਜਾਣਾ ਮੈਂ ਬਲੈਂਕ ਹੋ ਕੇ ਕੋਈ ਥਾਟ ਨਹੀਂ ਵੈਸੇ ਕੋਈ ਥਾਟ ਬਹੁਤ ਔਖਾ ਵੀ ਕੋਈ ਥਾਟ ਨਾ ਹੋਵੇ ਉਹ ਵੀ ਥਾਟ ਹੀ ਹੈ ਕਿ ਮੈਂ ਉਹਦੇ ਵਿੱਚ ਦੇਖਣਾ ਹਾਂ ਇੱਕ ਸਾਹ ਮੈਂ ਉਹ ਦੇਖਣਾ ਤੇ ਸ਼ਾਇਦ ਮੈਂ ਉੱਥੇ ਇੱਕ ਕੰਮ ਕਰ ਲਿਖਿਆ ਦੇਖੀ ਜਾਵਾਂ ਤੇ ਮੈਂ ਐਂ ਹੀ ਸੋ ਜਾਣਾ ਬਸ ਤੇ ਮੈਂ ਇਦਾਂ ਪ੍ਰੈਕਟਿਸ ਕਰਕੇ ਮੈਂ ਮੈਂ ਸੋ ਜਾਣੀ ਹੈ ਮੈਡੀਟੇਸ਼ਨ ਹੈ ਮੈਂ 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 10 15 ਸਕੰਟਾਂ ਚ ਵੀ ਸੋ ਜਾਣਾ ਕੀ ਵਾਰ ਇਹ ਬਹੁਤ ਹਾਈ ਲੈਵਲ ਦੀ ਮੈਡੀਟੇਸ਼ਨ ਹੈ ਜਿਹੜੀ ਤੁਸੀਂ ਸਟਾਰਟ ਕਰ ਰਹੇ ਹੋ ਹਾਂ ਵੀ ਮੈਂ ਨਹੀਂ ਸੋ ਜਾਦਾ ਕੋਈ ਨਹੀਂ ਕਰ ਪਾਉਂਦਾ ਇਹ ਤੁਹਾਡੀ ਪ੍ਰੈਕਟਿਸ ਹੈ ਜਿਸ ਲਈ ਤੁਸੀਂ ਕਰ ਪਾਉਂਦੇ ਨਹੀਂ ਤੇ ਜਿਹੜੀ ਇੰਨੀ ਜਲਦੀ ਹੈ ਇਹ ਮੈਡੀਟੇਸ਼ਨ ਮਤਲਬ ਉਹ ਆਪ ਤੁਸੀਂ ਦੇਖਿਆ ਹੋਊਗਾ ਬ੍ਰਹਮ ਕੁਮਾਰ ਜੀ ਨੂੰ ਵੀ ਇੱਥੇ ਪੁਆਇੰਟ ਜਾਂਦਾ ਇੱਕ ਥਰਡ ਆਈ ਦਾ ਹਰ ਇੱਕ ਚੀਜ਼ ਜਦੋਂ ਵੀ ਮੈਡੀਟੇਸ਼ਨ ਨੂੰ ਦੱਸਿਆ ਜਾਂਦਾ ਹੈ ਤਾਂ ਇੱਕ ਪੁਆਇੰਟ ਟੂ ਫੋਕਸ ਕਰਾਉਂਦੇ ਆ ਇਹ ਮੈਂ ਕਦੋਂ ਕਰਦਾ ਵੈਸੇ ਜਦੋਂ ਮੈਨੂੰ ਪਤਾ ਯਾਰ ਉਹ ਕੁਝ ਕੰਮ ਰਹਿ ਗਏ ਦੇ ਰਹੇ ਹਾਂ ਥੋੜਾ ਜਿਹਾ ਸਟ्रेस ਆ ਮੈਂ ਕਿਹਾ ਮਨ ਸਟ्रेस ਪਰੇ ਕਰ ਦੇ ਇੱਕ ਉਧਰ ਨੀਰਾ ਕਰ ਹਾਂ ਰਾਈਟ ਮੈਂ ਸੋ ਜਾਂਦਾ ਬਿਲਕੁਲ ਸਹੀ ਹੈ ਬਸ ਇਹੀ ਕਰਦਾ ਮੈਂ ਪਤਾ ਹੀ ਤੁਹਾਨੂੰ ਹੈ ਨਾ ਮੈਂ ਹੀ ਕਰਦਾ ਬਸ ਹਰ ਰੋਜ਼ ਨਹੀਂ ਹੁੰਦਾ ਇਹ ਕਈ ਵਾਰ ਤਾਂ ਚੱਲ ਕੋਈ ਖੇਡਦੇ ਪਏ ਆ ਕਰਦੇ ਪਏ ਆਰਾਮ ਨਾਲ ਸੋਵਾਂਗੇ ਜਿੱਦ ਦਿਨ ਮੈਨੂੰ ਸਟ्रेस ਆ ਬਈ ਆਹੀ ਦੀਸਾ ਤੂੰ ਸੋਚੋ ਤੂੰ ਤੁਹਾਡਾ ਸਬਕੌਨਸ਼ੀਅਸ ਮਾਈਂਡ ਕਿੰਨਾ ਐਕਟਿਵ ਹੈ ਕਿੰਨਾ ਕੰਮ ਕਰ ਰਿਹਾ ਹੈ ਤੁਹਾਡੇ ਲਈ ਪਰ ਤੁਹਾਨੂੰ ਇਹ ਹੋਰ ਵੀ ਕਰ ਸਕਦੇ ਹੋ ਬਹੁਤ ਕਰ ਸਕਦੇ ਆਈਦਾ ਪੋਡਕਾਸਟ ਬਹੁਤ ਇਫੈਕਟਫੁਲ ਹੋਊਗਾ ਕਿਉਂਕਿ ਮਨੂੰ ਚੀਜ਼ਾਂ ਲੈਣੀਆਂ ਵੀ ਆ ਗਈਆਂ ਮਨੂੰ ਨਹੀਂ ਪਤਾ ਆਡੀਅנס ਚ ਕੌਣ ਅੱਜ ਦਾ ਪੋਡਕਾਸਟ ਆਈਂ ਦੇਖੇਗਾ ਠੀਕ ਹੈ ਯਾਰ ਕੌਣ ਇੰਪਲੀਮੈਂਟ ਕਰੂਗਾ ਹਾਂਜੀ ਗੱਲ ਇੰਪਲੀਮੈਂਟੇਸ਼ਨ ਦੀ ਹੈ ਰਾਈਟ ਅੱਜ ਜੇ ਮੈਂ ਇਹ ਚੀਜ਼ਾਂ ਮੈਂ ਬਹੁਤ ਕ curiosity ਨਾਲ ਸੁਣ ਰਿਹਾ ਹਾਂ ਆਬਜ਼ਰਵ ਕਰ ਰਿਹਾ ਐਮਪਲੀਮੈਂਟ ਵੀ ਕਰ ਰਿਹਾ ਕੋਈ ਚੀਜ਼ਾਂ ਇਹ ਜ਼ਰੂਰੀ ਨਹੀਂ ਔਰ ਸਾਨੂੰ ਨਾ ਇਹ ਜ਼ਰੂਰੀ ਨਹੀਂਗਾ ਕਿ ਤੁਸੀਂ ਮੇਰੇ ਤੋਂ ਸਿੱਖ ਰਹੇ ਹੋ ਮੈਂ ਵੀ ਤੁਹਾਡੇ ਤੋਂ ਸਿੱਖ ਰਹੀ ਹੂੰਗੀ ਜੇ ਤੁਹਾਡੀ ਲਰਨਿੰਗ ਬੰਦ ਹੋ ਜਾਏ ਨਾ ਅਮਰ ਉਦੋਂ ਬੰਦਾ ਖਤਮ ਹੈ ਲਰਨਿੰਗ ਕੰਟੀਨਿਊ ਹੁੰਦੀ ਹੈ ਕੀ ਬਾਤ ਹੈ ਮਤਲਬ ਇਹ ਤੇ ਲਾਈਫ ਲੌਂਗ ਚੱਲਨੀ ਹੈ ਜਿਵੇਂ ਲੱਗਦਾ ਤੁਸੀਂ ਇਹ ਸੋਚ ਲਿਆ ਕਿ ਹੁਣ ਮੈਨੂੰ ਸਭ ਕੁਝ ਆ ਗਿਆ ਸਮਝੋ ਤੁਹਾਡਾ ਡਾਊਨਫਾਲ ਸਟਾਰਟ ਜੀ ਜੀ ਮੈਮ ਤੁਸੀਂ ਵਿੱਚ ਗੱਲ ਕੀਤੀ ਸੈਲਫ ਲਵ ਦੀ ਹਮ ਮੇਰੇ ਸਾਹਬ ਨਾਲ ਕਾਫੀ ਕਹਿੰਦੇ ਨੇ ਵੀ ਐਮ ਆ ਸੈਲਫ ਲਵਿੰਗ ਪਰਸਨ ਸ਼ੀ ਸ਼ਿਸ ਦੇ ਕੇ ਆਈ ਲਵ ਯੂ ਨਾ ਦਲਜੀਤ ਦੀ ਇੱਕ ਹੈਗੀ ਆ ਵੀਡੀਓ ਉਹ ਕਹਿੰਦਾ ਹੁੰਦਾ ਕਿਵੇਂ ਨਾ ਕਿੰਨਾ ਸੋਹਣਾ ਲੱਗਦਾ ਹਾਂਜੀ ਹਾਂਜੀ ਤੇ ਉਹ ਉੱਥੋਂ ਪਤਾ ਲੱਗਿਆ ਵੀ ਇਹ ਸੈਲਫ ਲਵ ਆ ਹਾਂਜੀ ਹਾਂਜੀ ਇਹ ਆਪਣੇ ਆਪ ਨੂੰ ਪਿਆਰ ਕਰਨਾ ਸੈਲਫ ਲਵ ਦੀ ਪ੍ਰੋਪਰ ਡੈਫੀਨੇਸ਼ਨ ਕੀ ਆ ਤੇ ਕਿਵੇਂ ਕਰਨਾ ਚਾਹੀਦਾ ਹਾਂ ਸੈਲਫ ਲਵ ਦੀ ਸਭ ਤੋਂ ਡੈਫੀਨੇਸ਼ਨ ਸਟਾਰਟ ਹੀ ਹੁੰਦੀ ਆ ਆ ਇੱਕ ਦਲਜੀਤ ਦੀ ਇੱਕ ਮੂਵੀ ਆ ਕਿ ਆਈ ਥਿੰਕ ਉਸ ਮੂਵੀ ਦਾ ਨਾਮ ਮੈਂ ਬੋਲ ਰਹੀ ਹਾਂ ਉਹਦੇ ਚ ਜਿਹੜਾ ਵਿਲਨ ਹੁੰਦਾ ਉਹ ਕਹਿੰਦਾ ਕਿ ਮੈਂ ਹੀ ਮੈਂ ਸਰਦਾਰ ਜੀ ਇਹ ਕੋਈ ਐਵੇਂ ਦੀ ਮੂਵੀ ਹੈ ਮੈਂ ਹੀ ਮੈਂ 셀ਫ ਲਵ ਹੈ ਮੈਂ ਵੀ ਹੈ ਨਾ ਮੈਂ ਵੀ ਇੰਪੋਰਟੈਂਟ ਆ ਮੈਂ ਹੀ ਮੈਂ ਆਏ ਤਾਂ ਤੁਸੀਂ ਈਗੋ ਚਲੇਗੇ ਜੀ ਉਹ ਖਤਮ ਹੈ ਮੈਂ ਵੀ ਅਸੀਂ ਮੈਂ ਵੀ ਹੀ ਭੁੱਲ ਜਾਂਦੇ ਆ ਮਤਲਬ ਰਿਸਪੌਂਸਿਬਿਲਟੀ ਸਭ ਕੁਝ ਜ਼ਰੂਰੀ ਹੈ ਹੈ ਨਾ ਲੇਕਿਨ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਦਾ ਧਿਆਨ ਨਹੀਂ ਰੱਖੋਗੇ ਆਪਾਂ ਫਲਾਈਟ ਚ ਜਾਈਦਾ ਉਸਾਰੇ ਤੋਂ ਪਹਿਲਾਂ ਕਹਿੰਦੇ ਨਾ ਕਿ ਪਹਿਲੇ ਆਕਸੀਜਨ ਮਾਸਕ ਸੋ ਖੁਦ ਨੂੰ ਲਾਉਣਾ ਜੀ 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 ਇਹ ਨਹੀਂ ਕਹਿੰਦੇ ਪਹਿਲਾਂ ਦੂਜਿਆਂ ਨੂੰ ਲਾਓ ਸਰ ਤੁਸੀਂ ਖੁਦ ਨੂੰ ਲਾ ਪਾਉਗੇ ਤਾਂ ਹੀ ਤੁਸੀਂ ਕਿਸੇ ਦਾ ਧਿਆਨ ਰੱਖ ਪਾਉਗੇ ਸਾਨੂੰ ਵੀ ਲੱਗਦਾ ਕਿ ਮੈਂ ਸਾਰਿਆਂ ਨੂੰ ਸੈੱਟ ਕਰਦਾ ਫਿਰ ਮੈਂ ਸਹੀ ਹ ਜੀ ਸੈਲਫ ਲਵ ਹੈ ਜਿੱਥੇ ਤੁਸੀਂ ਆਪਣੇ ਆਪ ਨੂੰ ਅਸੀਂ ਹਮੇਸ਼ਾ ਨਾਲ ਦੂਜਿਆਂ ਕੋਲ ਨੂੰ ਐਕਸਪੈਕਟ ਕਰਦੇ ਆ ਕਿ ਮੈਨੂੰ ਪਿਆਰ ਕਰੇ ਹੈ ਨਾ ਮੇਰੀ ਬੜੀ ਰਿਸਪੈਕਟ ਕਰੇ ਤੁਸੀਂ ਆਪਣੇ ਕਿ ਨਹੀਂ ਰਿਸਪੈਕਟ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਆ ਕਿ ਨਹੀਂ ਪਰ ਫਿਰ ਛੋਟੇ ਛੋਟੇ ਲਾਈਨਸ ਹੈ ਮੈਂ ਹੀ ਤੇ ਮੈਂ ਵੀਚ ਮਤਲਬ ਮੈਂ ਜੇ ਸੋਚ ਲਿਆ ਕਿ ਮੈਂ ਸੈਲਫ ਲਵ ਕਰਨਾ ਹੈ ਨਾ ਮੈਨੂੰ ਸੈਲਫ ਲਵ ਹੋਣਾ ਚਾਹੀਦਾ ਤੇ ਮੈਂ ਬਾਕੀ ਸਾਰਿਆਂ ਨੂੰ ਭੁੱਲੀ ਜਾਵਾਂ ਹੂੰ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਮੇਰੀ ਰਿਸਪੌਂਸਿਬਿਲਟੀਜ਼ ਨੂੰ ਮੇਰੀ ਜਿਹੜੀ ਫੈਮਲੀ ਲਈ ਨੇ ਮੇਰੇ ਫਰੈਂਡਸ ਲਈ ਨੇ ਮੇਰੇ ਪੇਰੈਂਟਸ ਲਈ ਨੇ ਉਹਨਾਂ ਦੇ ਵਿੱਚ ਵੀ ਮੈਂ ਆਪਣੇ ਆਪ ਦਾ ਧਿਆਨ ਵੀ ਰੱਖਣਾ ਹੈ ਆਪਣੇ ਆਪ ਦਾ ਧਿਆਨ ਕਿਵੇਂ ਰੱਖਣਾ ਹੈ ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਉਹ ਸਾਰਿਆਂ ਦੀ ਅੱਡ-ਅੱਡ ਹੋ ਸਕਦੀ ਹੋ ਸਕਦਾ ਹੈ ਜਦੋਂ ਮੈਨੂੰ 뮤זיਕ ਪਸੰਦ ਹੋਏ ਜਾਂ ਮੈਨੂੰ ਵਰਕਆਊਟ ਪਸੰਦ ਹੈ ਜੀ ਮੈਨੂੰ ਪਤਾ ਹੈ ਕਿ ਮੈਂ ਵਰਕਆਊਟ ਨਹੀਂ ਕੀਤਾ ਤਾਂ ਮੈਨੂੰ ਮੇਰਾ ਉਹ ਦਿਨ ਚੰਗਾ ਨਹੀਂ ਲੱਗਣਾ ਜਾਂ ਮੈਨੂੰ ਪਾਠ ਕਰਨਾ ਪਸੰਦ ਹੈ ਉਹ ਹਰ ਇੱਕ ਦਾ ਆਪਣਾ ਹੁੰਦਾ ਹੈ ਹੈਨਾ ਉਹ ਜਿਹੜੀ ਨਾ ਉਹ ਪਰਸਨਲ ਮੈਡੀਸਿਨ ਜਿਹੜੀ ਹੁੰਦੀ ਹੈ ਨਾ ਉਹ ਸਭ ਦੀ ਆਪਣੀ ਹੈ ਉਹਨੂੰ ਨਹੀਂ ਭੁੱਲਣਾ ਤੇ ਆਪਣੇ ਆਪ ਦਾ ਜੇ ਧਿਆਨ ਰੱਖ पाओਗੇ ਤਾਂ ਹੀ ਤੁਸੀਂ ਦੂਜਿਆਂ ਦਾ ਧਿਆਨ ਬਹੁਤ ਚੰਗੀ ਤਰ੍ਹਾਂ ਰੱਖ पाओਗੇ ਇੱਕ ਚੀਜ਼ ਹੋਰ ਹੁੰਦੀ ਹੈ ਖਾਸ ਤੌਰ ਤੇ ਨਾ ਜਿਹੜੇ ਹਾਊਸ ਵਾਈਫਸ ਹੈ ਅਕਸਰ ਸੋਚਦੇ ਕਿ ਜੇ ਅਸੀਂ ਚੱਲ ਗਏ ਨਾ ਪਿੱਛੋਂ ਕੰਮ ਨਹੀਂ ਚੱਲਣਾ ਮੈਂ ਆ ਵੀ ਠੀਕ ਕਰਦਾ ਹਾਂ ਉਹ ਵੀ ਠੀਕ ਕਰਦਾ ਆ ਕਰਦੇ ਕਰਦੇ ਉਹਨਾਂ ਦਾ ਵੀ ਠੀਕ ਕਰ ਰਹੇ ਆ ਸਭ ਕੁਝ ਸਹੀ ਚੱਲ ਰਿਹਾ ਹੈ ਲੇਕਿਨ ਅੰਦਰ ਸਟ्रेस ਵੀ ਬਣਦਾ ਜਾ ਰਿਹਾ ਹੈ ਬਹੁਤ ਮਤਲਬ ਇਹ ਹਰ ਘਰ ਦੀ ਕਹਾਣੀ ਹੈ ਕਿ ਉਹ ਬਰਡਨ ਸਾਰਾ ਲੇਡੀਜ਼ ਨੂੰ ਘਰ ਦੀ ਨਾ ਔਰਤ ਨੂੰ ਲੱਗਦਾ ਵੀ ਸਾਰੀ ਟੈਨਸ਼ਨ ਆ ਮੇਰੇ ਕੋਲ ਨਹੀਂ ਸਾਰੀ ਟੈਨਸ਼ਨ ਆ ਲੈ ਰਹੀ ਹੈ ਉਹ ਹੂੰ ਠੀਕ ਹੈ ਤੇ ਉਹ ਲੈਂਦੀ ਲੈਂਦੀ ਨਾ ਕਿ ਐਦਾਂ ਹੁੰਦਾ ਕਿ ਉਹ ਸੋਚਦੀ ਮੈਂ ਸਭ ਕੁਝ ਕਰ ਰਹੀ ਹਾਂ ਹੈਨਾ ਲੇਕਿਨ ਕਰਦੇ ਕਰਦੇ ਜਦੋਂ ਉਹਦਾ ਸਟ्रेस ਬਰਸਟ ਆਊਟ ਹੁੰਦਾ ਹੈ ਥੈਨ ਉਹ ਸਾਰਾ ਕੁਝ ਨਿਕਲਦਾ ਜੀ ਹੈਨਾ ਪਹਿਲਾਂ ਤਾਂ ਅਸੀਂ ਮਹਾਨ ਬਣ ਕੇ ਕਿ ਮੈਂ ਤਾਂ ਆਹ ਵੀ ਕਰ ਦੇਣਾ ਆਹ ਵੀ ਕਰ ਦੇਣਾ ਤੇ ਜਦੋਂ ਮੇਰੇ ਕੋਈ ਕੋਈ ਕਲਾਇੰਟ ਆਉਂਦੇ ਆ ਮਨ ਲਈ ਛੋਟਾ ਜਿਹਾ ਤੁਹਾਨੂੰ ਐਗਜ਼ਾਮਪਲ ਦਵਾ ਕਿ ਮੇਰੇ ਕੋ ਕੋਈ ਐਵੇਂ ਲੇਡੀ ਆਈ ਹੈ ਨਾ ਤੇ ਮੈਂ ਉਹਨੂੰ ਡੇਲੀ ਸ਼ਡਿਊਲ ਪੁੱਛਿਆ ਕਿ ਕੀ ਕਰਦੀ ਹੈ ਕਹਿੰਦੀ ਪਹਿਲੇ ਵੀ ਪਹਿਲੇ ਮੈਂ ਮਤਲਬ ਮੇਰੀ ਮੇਡ ਆਤੀ ਸੀ ਇਹ ਕਰਦੀ ਸੀ ਅਬ ਜਦੋਂ ਸੇ ਲਾਕਡਾਊਨ ਹੋਆ ਕਰੋਨਾ ਦੇ ਟਾਈਮ ਪਰ ਤੋਂ ਮੈਨੇ ਖੁਦ ਕਰਨਾ ਸ਼ੁਰੂ ਕਰ ਦਿਆ ਓਕੇ ਮੈਂ ਕਹਾਂ ਚਲੋ ਵਧੀਆ ਗੱਲ ਪਰ ਮੈਨੂੰ ਪਤਾ ਸੀ ਕਿ ਕੀ ਪ੍ਰੋਬਲਮ ਕਿੱਥੋਂ ਸ਼ੁਰੂ ਹੋਈ ਹੈ ਜਦੋਂ ਦੇਖੋ ਚੀਜ਼ ਇੱਕ ਛੋਟੀ ਜੀ ਹੈ ਕਿ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ ਕੰਮ ਕਰਨਾ ਮਾੜੀ ਗੱਲ ਨਹੀਂ ਹੈ ਜੀ ਸਰ ਕੋਈ ਕਰਦਾ ਹੈ ਨਾ ਲੇਕਿਨ ਤੁਸੀਂ ਕੀ ਕੀਤਾ ਕਿ ਉਹ ਕੰਮ ਤੁਸੀਂ ਕਰਨ ਲੱਗ ਪੇ ਲੇਕਿਨ ਤੁਹਾਡਾ ਉਹ ਮੰਨ ਲਓ ਇੱਕ ਦਿਨ ਝਾੜੂ ਪੋਚਾ ਕੀਤਾ ਦੋ ਦਿਨ ਕੀਤਾ ਜਿਹੜਾ ਨਹੀਂ ਕਰਦਾ ਉਹਨੂੰ ਨਹੀਂ ਚੰਗਾ ਲੱਗਣਾ ਹਾਂਜੀ ਕਿਉਂਕਿ ਉਹਦੀ ਜਿਹੜੀ ਕੁਆਲਿਫੀਕੇਸ਼ਨ ਹੈ ਜਿਹੜੀ ਉਹਦੀ ਐਜੂਕੇਸ਼ਨ ਹੈ ਜਿਹੜਾ ਉਹਦਾ ਪ੍ਰੋਫਾਈਲ ਹੈ ਉਹ ਇਹ ਉਹਨੂੰ ਐਡਜਸਟ ਕੀਤਾ ਐਡਜਸਟ ਕਿੰਨੇ ਦਿਨਾਂ ਤੱਕ ਕਰੇਗੀ ਪਹਿਲਾਂ ਠੀਕ ਹੈ ਕਿ ਬੜਾ ਅੱਛਾ ਸਾਫ ਹੋ ਰਿਹਾ ਸਾਰੇ ਜਾਣੇ ਬੜੀ ਪਲੇਸ ਕਰ ਰਹੇ ਆ ਮੈਂ ਉਹਨੂੰ ਪਹਿਲੀ ਐਡਵਾਈਸ ਇਹ ਕੀਤੀ ਤੇ ਮੇਡ ਲਗਾ ਹੂੰ ਕਿਉਂਕਿ ਜਦੋਂ ਕੰਮ ਕਰ ਰਹੀ ਸੀ ਸਟ्रेस ਬਰਸ ਆਊਟ ਕੀਤੇ ਹੋ ਰਿਹਾ ਹੈ ਕਰਦੇ ਆ ਤੇ ਜੀ ਮਤਲਬ ਉਹਨੇ ਜੇ ਪੋਚਾ ਲਾਤਾ ਤੇ ਕਰੇ ਇਦਾਂ ਲੱਗਣਾ ਕਿ ਮਿਸਾਈਲ ਵਿਸ਼ਾਈ ਹੋਈ ਹੈ ਤੇ ਸਾਰਾ ਦਿਨ ਮੈਂ ਆ ਵੀ ਕਿਤਾ ਹਾਂ ਇਹ ਤੁਸੀਂ ਇਹ ਨਹੀਂ ਕਰਦੇ ਕਿਉਂਕਿ ਸਾਰੇ ਜਾਨੇ ਕਨੈਕਟਡ ਹਨ ਜੀ 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 ਤੂੰ ਕਿਸੇ ਨਾ ਕਿਸੇ ਤਰੀਕੇ ਤੇ ਉਹਦਾ ਬੇਟਾ ਵੀ ਮੇਰੇ ਕੋਲ ਆ ਰਿਹਾ ਸੀ ਉਹਦੇ ਹਸਬੰਡ ਵੀ ਆ ਰਹੇ ਸੀ ਕਿਉਂਕਿ ਉਹਨਾਂ ਦੇ ਅਲੱਗ ਹੈ ਲੇਕਿਨ ਆ ਵੀ ਜੁੜਿਆ ਹੋਇਆ ਤੁਹਾਨੂੰ ਹਸਬੰਡ ਕਦੀ ਨਹੀਂ ਕਹੂਗਾ ਕਿ ਤੂੰ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਨਾ ਦੋਨੋਂ ਚੀਜ਼ਾਂ 'ਚ ਫਰਕ ਹੁੰਦਾ ਹੈ ਮੇਲ ਤੇ ਫੀਮੇਲ 'ਚ ਉਹਨਾਂ ਦਾ ਥੌਟ ਪ੍ਰੋਸੈਸ ਅਲੱਗ ਚੱਲ ਰਿਹਾ ਹੁੰਦਾ ਹੈ ਜਿਹੜਾ ਮੇਲ ਹੈ ਨਾ ਉਹ ਪਰਫੈਕਟ ਕਰੇਗਾ ਇੱਕ ਟਾਈਮ 'ਚ ਇੱਕ ਕੰਮ ਕਰਦੇ ਆ ਮਤਲਬ ਇੱਥੇ ਉਹ ਦੋ ਮਤਲਬ ਮੈਂ ਤੁਹਾਨੂੰ ਜਨਰਲ ਗੱਲ ਦੱਸ ਰਹੀ ਹਾਂ ਕਿ ਉਹ ਪਰਫੈਕਸ਼ਨਲ ਕਰਨਗੇ ਵਿਮਨਸ ਆਨ ਮਲਟੀਟਾਸਕਰਸ ਤੁਸੀਂ ਦੇਖਿਆ ਹੁਣ ਸਬਜ਼ੀਆਂ ਚ ਕਿਹੜਾ ਉਹ ਕੱਚੀਆਂ ਵੀ ਚੱਲ ਰਹੀਆਂ ਨੇ ਇੱਧਰ YouTube ਵੀ ਚੱਲ ਰਹੀ ਹੈ ਜੀ 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 ਇੱਧਰ ਬੱਚਿਆਂ ਦਾ ਵੀ ਉਹ ਕਰਕੇ ਆ ਗਏ ਨੇ ਵਿੱਚੋਂ ਵਾਸ਼ਿੰਗ ਮਸ਼ੀਨ ਵੀ ਚੱਲ ਰਹੀ ਹੈ ਵਿੱਚ ਉਹਦੇ ਨਾਲ ਵੀ ਫੋਨ ਤੇ ਵੀ ਗੱਲਾਂ ਚੱਲ ਰਹੀਆਂ ਹੈ ਨਾ ਇੰਨਾ ਕੁਝ ਜੇ ਹਸਬੰਡ ਨੇ ਕਰਨਾ ਨਾ ਮੇਲ ਨੇ ਉਹ ਇੱਕ ਕੰਮ ਤਸੱਲੀ ਨਾਲ ਕਰੂਗਾ ਪਹਿਲਾਂ ਮੈਂ ਮੇਰੀ ਤਾਂ ਮੇਕੋ ਇੱਕ ਟਾਈਮ ਤੇ ਇੱਕ ਹੀ ਚੀਜ਼ ਹੁੰਦੀ ਹੈ ਮੇਕੋ ਨਹੀਂ ਦੋ ਚੀਜ਼ਾਂ ਹੁੰਦੀਆਂ ਵੀ ਮੈਂ ਕਦੇ ਇਹ ਮੇਰਾ ਵੀ ਹੈਗਾ ਹੈ ਇੱਕ ਟਾਈਮ ਤੇ ਇੱਕ ਹੁੰਦਾ ਤੇ ਤੁਸੀਂ ਇਹ ਨਾ ਸੋਚੋ ਕਿ ਉਹ ਨਹੀਂ ਮuje ਕਹਿ ਰਹੇ ਹੈ ਨਾ ਕਿ ਤੂੰ ਮੇਡ ਲਗਾ ਉਹਨਾਂ ਨੇ ਇਹ ਵੀ ਤੂੰ ਨਹੀਂ ਗਿਆ ਤੂੰ ਮੇਡ ਹਟਾ ਹਮ ਹੈਨਾ ਤੁਸੀਂ ਆਪਣੇ ਆਪ ਚ ਆ ਕੇ ਉਦੋਂ ਇਹ ਕੰਮ ਕਰਦਾ ਲੇਕਿਨ ਹੋਣੇ ਤੁਹਾਨੂੰ ਪ੍ਰੋਬਲਮ ਦੇ ਰਿਹਾ ਤੇ ਤੁਹਾਨੂੰ ਉਹਨਾਂ ਦੀ ਸਾਈਕੋਲੋਜੀ ਵੀ ਸਮਝ ਨਹੀਂ ਪਾਉਗੀ ਅਸੀਨਾ ਹਮੇਸ਼ਾ ਐਕਸਪੈਕਟ ਕਰਦੇ ਰਹਿੰਨੇ ਆ ਉਹ ਆਕਰਨ ਉਹ ਆਕਰਨ ਸੈਲਫ ਲਵ ਸ਼ੁਰੂ ਤੋਂ ਆਪਣੇ ਤੋਂ ਹੀ ਹੁੰਦਾ ਜੀ ਜੀ ਐਕਸਪੈਕਟ ਕਿਉਂ ਕਰਨਾ ਹੈ ਪਹਿਲਾਂ ਮੈਂ ਖੁਦ ਨੂੰ ਤਾਂ ਚੇਂਜ ਕਰਾਂ ਜਿਹੜੀ ਮੇਰੇ ਚ ਕਮੀ ਹੈ ਕਿਉਂਕਿ ਮੈਂ ਤਾਂ ਐਕਸੈਪਟ ਹੀ ਨਹੀਂ ਕਰਨੀ ਨਾ ਮੇਰੇ ਤੇ ਕਹਿਣਾ ਕਿ ਹਾਂ ਮੇਰਾ ਹਸਬੰਡ ਇਦਾਂ ਹੋਣਾ ਚਾਹੀਦਾ। ਮਤਲਬ ਉਹਨੂੰ ਪਰਫੈਕਟ ਬਣਾ ਕੇ ਅਗਲਾ ਵੀ ਤੇਹੀ ਸੋਚ ਰਿਆ ਹੋਊਗਾ ਨਾ। ਜੀ 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 ਹੈ ਨਾ। ਤੇ ਸੈਲਫ ਲਵ ਸਿਰਫ ਸੈਲਫ ਤੋਂ ਹੀ ਸ਼ੁਰੂ ਹੋਊਗਾ ਉੱਥੇ ਆ ਕੇ ਖਤਮ ਹੋਊਗਾ। ਪਰ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਰਕੇ ਚੱਲਣਾ ਪਏਗਾ। ਬੈਲੈਂਸ। ਹਸਬੰਡ ਵਾਈਫਸ ਦੀ ਗੱਲ ਹੋ ਰਹੀ ਹੈ। ਹਾਂ ਜੀ। ਮੈਮ ਮੈਮ ਸੈਗਮੈਂਟ ਹੋਣਾ ਰਿਲੇਸ਼ਨਸ਼ਿਪਸ। ਹਾਂ ਜੀ। ਅੱਜਕੱਲ ਤਾਂ ਮਤਲਬ ਕਿੰਨੇ ਇੰਟਰਨੈਟ ਤੇ ਵੀ ਦੇਖੀਦਾ। ਵੇ ਬ੍ਰੇਕਅਪਸ ਹੋ ਰਹੇ ਨੇ ਜਾਂ ਮਨ ਨਹੀਂ ਲੱਗ ਰਿਹਾ ਜਾਂ ਸਟੇਬਿਲਟੀ ਨਹੀਂ ਹੈਗੀ ਜਾਂ ਕੋ ਨਹੀਂ ਹੈਗਾ ਕਿ ਹਜੇ ਤਿਆਰ ਨਹੀਂ ਹੈਗੇ ਗਈ ਵੀ ਕੋਈ ਰਿਲੇਸ਼ਨ ਚ ਆਈਏ ਤੇ ਤੁਹਾਡੇ ਕੋਲ ਤਾਂ ਬਹੁਤ ਸਾਰੇ ਕੇਸਿਸ ਹੁੰਦੇ ਹੁੰਦੇ ਨਾ ਹਾਂਜੀ ਤੇ ਜਿਹੜਾ ਅੱਜ ਕੱਲ ਦਾ ਰਿਲੇਸ਼ਨਸ਼ਿਪ ਆ ਇਹ ਕਿਦਾਂ ਦਾ ਹੋ ਗਿਆ ਪਹਿਲਾਂ ਨਹੀਂ ਐਨੇ ਬ੍ਰੇਕਅਪਸ ਹੁੰਦੇ ਸੀ ਵੀ ਜੀ ਨਾਲ ਜਿਹਦਾ ਵਿਆਹ ਹੋ ਗਿਆ ਉਹ ساری ਉਮਰ ਵੀ ਜਦਾਂ ਕੱਟਦਾ ਜਾਂ ਮੈਨੂੰ ਜੀਵਨ ਬਤੀਤ ਕਰਦਾ ਐਡਜਸਟਮੈਂਟਸ ਕਰਦਾ ਬਟ ਅੱਜ ਕੱਲ ਮੈਨੂੰ ਲੱਗਦਾ ਕਿ ਛੋਟੀ ਚੀਜ਼ ਨੂੰ ਬਹੁਤ ਵੱਡਾ ਬਣਾ ਦਿੱਤਾ ਜਾਂਦਾ ਬਈ ਕੀ ਹੈਕ ਚੱਲ ਕੀ ਰਿਹਾ ਮੈਂ ਮੈਨੂੰ ਸਵਾਲ ਵੀ ਨਹੀਂ ਪੁੱਛਣਾ ਆ ਰਿਹਾ ਪੇਸ਼ੀਐਂਸ ਪੇਸ਼ੀਐਂਸ ਲੈਵਲ ਜਿਹੜਾ ਉਹ ਬਹੁਤ ਘਟ ਗਿਆ ਜੀ ਜੀ ਸਭ ਤੋਂ ਪਹਿਲਾਂ ਸ਼ੁਰੂ ਹੀ ਪੇਸ਼ੀਐਂਸ ਲੈਵਲ ਤੋਂ ਹੁੰਦਾ ਹੈ ਕਿ ਅਸੀਂ ਨਾ ਇਹ ਸਮਝ ਨਹੀਂ ਪਾਉਂਦੇ ਕਿ ਦੋ ਪਰਸਨੈਲਿਟੀਆਂ ਨੇ ਜੀ ਹੈ ਨਾ ਤੇ ਜਦੋਂ ਆਪਾਂ ਅਨਲੋਕੀ ਫਰੈਂਡਸ਼ਿਪ ਚ ਹੁੰਨੇ ਆ ਹਾਂਜੀ ਆ ਜਾਂ ਦੂਸਰੇ ਰਿਲੇਸ਼ਨਸ਼ਿਪ ਚ ਤੁਹਾਡੀ ਮੈਰਿਜ ਨਹੀਂ ਹੋਈ ਹੈ ਜੀ ਉਦੋਂ ਰਿਲੇਸ਼ਨਸ਼ਿਪ ਤੁਹਾਨੂੰ ਸਿਰਫ ਉਹਦੀਆਂ ਚੰਗੀਆਂ ਹੀ ਚੰਗੀਆਂ ਚੀਜ਼ਾਂ ਪਤਾ ਜੀ ਕਿ ਤੇ ਜਿਹੜੀਆਂ ਮਾਈਨਰ ਵਾਲੀਆਂ ਚੀਜ਼ਾਂ ਆਵੇਂ ਉਹ ਚੰਗੀਆਂ ਵੀ ਉਹਨੂੰ ਤੁਹਾਨੂੰ ਨਹੀਂ ਪਤਾ ਹੈਨਾ ਜਦੋਂ ਨਾਲ ਰਹਿਨੇ ਆ ਮੰਨ ਲਓ ਉਦੋਂ ਤੁਹਾਨੂੰ ਇੱਕਦਮ ਬਰੀਕੀ ਤੋਂ ਪਤਾ ਲੱਗਦਾ ਕਿ ਅੱਛਾ ਇਹ ਤਾਂ ਟੌਲ ਵੀ ਐਵੇਂ ਸੋਡ ਦਿੰਦਾ ਹੈਣਾ ਇਹ ਬਾਥਰੂਮ ਜਵਾਈਪਰ ਨਹੀਂ ਲਾਇਆ ਜੀ ਹੈਨਾ ਇਹ ਜਿਹੜੀ ਹੈ ਇਹ ਦੇ ਕੋਈ ਵੀ ਚੀਜ਼ ਹੋ ਸਕਦੀ ਹੈ ਹੈਨਾ ਇਹ ਕੁਕਿੰਗ ਚੇ ਦਾ ਆ ਥੋੜਾ ਜਿਹਾ ਘਟ ਹੈ ਇਹ ਜਿੰਨੀ ਮੇਰੀ ਮਦਰ ਚੰਗਾ ਖਾਣਾ ਬਣਾਉਂਦੀ ਉਹਨਾਂ ਨੇ ਬਣਾਉਂਦੀ ਪਹਿਲੋਂ ਇਹ ਚੀਜ਼ਾਂ ਉਹਈਏ ਕਿ ਸੋਨਾ ਮੋਨਾ ਬੜੀ ਵਧੀਆ ਲੱਗਦੀਆਂ ਨੇ ਕਿ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਦੋਂ ਆਪਾਂ ਐਕਸੈਪਟੈਂਸ ਚ ਹੁੰਨੇ ਆ ਹੁਣ ਜਿਹੜਾ ਡਿਮਾਂਡ ਚ ਆ ਜਾਂਦਾ ਜੀ ਦੋਨੋਂ ਚੀਜ਼ਾਂ 'ਚ ਫਰਕ ਹੈ ਜਦੋਂ ਆਪਾਂ ਡਿਮਾਂਡ ਕਰਨ ਲੱਗਦੇ ਆ ਨਾ ਤੇ ਉਦੋਂ ਉਹ ਅੰਦਰੋਂ ਆਉਂਦਾ ਜਾਂਦਾ ਤੇ ਫਿਰ ਜਦੋਂ ਪ੍ਰੋਬਲਮ ਆਉਂਦੀ ਹੈ ਉਦੋਂ ਹੀ ਪ੍ਰੋਬਲਮ ਨਾ ਜਦ ਜੇ ਤੁਸੀਂ ਕਿਸੇ ਕੇਸ ਦੀ ਪ੍ਰੋਬਲਮ ਚ ਜਾਓਗੇ ਨਾ ਕੁਝ ਵੀ ਨਹੀਂ ਹੁੰਦੀ ਜਦੋਂ ਪ੍ਰੋਬਲਮ ਤੁਹਾਡੇ ਕੋਲ ਲੈ ਕੇ ਆਉਂਦੇ ਆ ਕਿ ਇਹਨੋਂ ਨੇ ਇਹ ਜੋ ਦੁੱਧ ਦਾ ਗਲਾਸ ਘਿਰਾ ਦਿਆ ਗੱਲ ਸਿਰਫ ਦੁੱਧ ਦਾ ਗਲਾਸ ਘਿਰਾਣੇ ਸੇ ਸ਼ੁਰੂ ਨਹੀਂ ਹੋਈ ਥੀ ਉਹ ਪਿੱਛੋਂ ਪਤਾ ਨਹੀਂ ਕਿੰਨੇ ਮਹੀਨਿਆਂ ਦਾ ਉਹ ਚੱਲ ਰਿਹਾ ਸੀ ਅੰਦਰ ਜੀ 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 ਹੈ ਨਾ ਹਮ ਹਸਬੈਂਡ ਸਵੇਰੇ ਤੁਹਾਡੀ ਕੋਈ ਆਰਗੂ ਹੋਈ ਹਰ ਇੱਕ ਚ ਹੁੰਦੀ ਹੈ ਹੈ ਨਾ ਉਹ ਸਵੇਰੇ ਆਰਗੂ ਹੋਈ ਉਹ ਚਲਾ ਗਿਆ ਆਫਿਸ ਉਹ ਬੰਦਾ ਦੂਜੇ ਨਾਲ ਮਿਲਿਆ ਉਹ ਕੰਮ ਕਰਨਾ ਸ਼ੁਰੂ ਕੀਤਾ ਉਹਨੇ ਉਹਦਾ ਹੋ ਗਿਆ ਕਿ ਉਹ ਇੱਕ ਸਿਚੁਏਸ਼ਨ ਤੋਂ ਬਾਹਰ ਚਲਾ ਗਿਆ ਬਿਜ਼ੀ ਹੋ ਗਿਆ ਬਿਜ਼ੀ ਹੋ ਗਿਆ ਤੁਸੀਂ ਕੀ ਕੀਤਾ ਤੁਸੀਂ ਉਹਦੇ ਨਾਲ ਕੁਝ ਨਹੀਂ ਕਿਹਾ ਕਿ ਆਈ ਐਮ ਵੈਰੀ ਗੁੱਡ ਪਰਸਨ ਨਾ ਆਈ ਐਮ ਕਾਮ ਕਿਉਂਕਿ ਤੁਸੀਂ ਆਪਣੇ ਆਪ ਨੂੰ ਦੱਸਣਾ ਆਈ ਐਮ ਕਾਮ ਕੰਮ ਹੁੰਦੇ ਤੇ ਉਦੋਂ ਉਸ ਚੀਜ਼ ਦਾ ਅਲੱਗ ਪ੍ਰੋਸੈਸ ਸੀ ਲੇਕਿਨ ਤੁਸੀਂ ਕੀ ਕੀਤਾ ਉਦੋਂ ਕੁਝ ਨਹੀਂ ਕਿਹਾ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਪ੍ਰੋਬਲਮ ਇੱਥੇ ਵਾਲੀ ਜਿਹੜੀ ਇਹ ਬਹੁਤ ਖਤਰਨਾਕ ਹੁੰਦੀ ਹੈ ਜੇ ਤੁਸੀਂ ਆਪਣੇ ਆਪ ਨਾਲ 네ਗੇਟਿਵ ਗੱਲਾਂ ਕਰਦੇ ਆ ਉਸ ਪਰਸਨ ਬਾਰੇ ਇਹ ਤੇ ਹੈ ਹੀ ਐਵੇਂ ਦਾ ਮੈਂ ਗਲਤੀ ਕਰ ਲਈ ਐਵੇਂ ਨਹੀਂ ਸੀ ਕਰਨਾ ਚਾਹੀਦਾ ਮੇਰੀ ਇੰਨੀ ਐਜੂਕੇਸ਼ਨ ਪ੍ਰੋਫਾਈਲ ਮੈਂ ਕਿੱਥੇ ਫਸ ਗਈ ਇੰਨੇ ਪਹਿਲਾਂ ਵੀ ਐਵੇਂ ਕੀਤਾ ਸੀ ਤੇ ਉਹਨੇ ਮਾਈਂਡ ਨੇ ਫੇਰ ਉੱਥੇ ਹੀ ਗੱਲ ਕਿ ਉਹਨੇ ਮਾਈਂਡ ਨੇ ਸਾਰੀ ਪੁਰਾਣੀ ਫਾਈਲ ਸਾਡੇ ਸਾਹਮਣੇ ਆ ਕੇ ਕੱਢ ਕੇ ਰੱਖ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਉਸ ਬੰਦੇ ਨਾਲ ਗੱਲ ਕਰੋਗੇ ਜਿਹੜਾ ਉਸ ਤਹਾਡੇ ਹਸਬੰਦ ਦੀ ਬੁराई ਸੁਣ ਸਕਦਾ ਹੈ। ਕੀ ਬਾਤ ਹੈ? ਹੈਨਾ? ਹੂੰ। ਉਦੋਂ ਜਦੋਂ ਬੁराई ਸੁਣਨ ਵਾਲੇ ਬੰਦੇ ਨਾਲ ਗੱਲ ਕਰੋਗੇ ਉਹਨੇ ਤੇ ਇਹ ਕਹਿਣਾ ਤੁਹਾਨੂੰ ਥੋੜੀ ਮਾੜਾ ਕਹਿਣਾ। ਹੂੰ। ਇਹ ਸਾਡਾ ਮਾਈਂਡ ਹੈ ਮਤਲਬ ਸਬਕੌਂਸ਼ੀਅਸ ਮਾਈਂਡ ਇੰਨਾ ਜਦ ਸਾਡੇ ਲਈ ਪੋਸੈਸਿਵ ਹੁੰਦਾ ਹੈ ਨਾ ਤੁਹਾਨੂੰ ਨਹੀਂ ਉਹਨੇ ਮਾੜਾ ਕਹੰਦੇ ਨਾ ਡਿਫੈਂਸ ਮੈਕੈਨਿਜ਼ਮ ਕਹਿੰਦੇ ਆ। ਕਿ ਆਈ ਐਮ ਰਾਈਟ। ਹੈਨਾ? ਉਹ ਜਿਹੜੇ ਜਿਹਦੇ ਨਾਲ ਫਰੈਂਡ ਨਾਲ ਗੱਲ ਕੀਤੀ ਸਿਸਟਰ ਨਾਲ ਕੀਤੀ ਮਦਰ ਨਾਲ ਕੀਤੀ ਉਹਨੇ ਹੋਰ ਹੈਡ ਆਨ ਕੀਤਾ। ਮਤਲਬ ਸ਼ਾਮ ਤੱਕ ਤੁਹਾਡੀ ਦਾਲ ਮਖਣੀ ਬਣ ਕੇ ਤਿਆਰ ਸੀ ਜਿਹੜੀ ਸਵੇਰੇ ਤੁਸੀਂ ਸਿਰਫ ਬੋਇਲ ਕਰਨੀ ਰੱਖੀ ਸੀ ਐਂ ਵਧੀਆ ਮਸਾਲੇਦਾਰ ਉਹ ਜਦੋਂ ਸ਼ਾਮ ਨੂੰ ਕਰਾਇਆ ਉਹ ਪੁੱਲ ਚੁੱਕਿਆ ਸੀ ਜੀ ਫਿਰ ਉਹ ਪੁੱਲ ਚੁੱਕਿਆ ਤਾਂ ਵੀ ਤੁਸੀਂ ਇਸ ਕੋ ਤਾਂ ਯਾਦ ਵੀ ਨਹੀਂ ਹੈ ਕੀ ਪ੍ਰੋਬਲਮ ਕਿਹਾ ਹੋਈ ਹੈ ਨਾ ਤੇ ਅਸੀਂ ਜਿਹੜੀ ਆ ਪਾਸਟ ਲੈ ਕੇ ਉਹਨੂੰ ਐਡ ਔਨ ਕਰਦੇ ਰਹਿੰਨੇ ਆ ਨਾ ਰਿਲੇਸ਼ਨਸ਼ਿਪ ਦੀ ਸਭ ਤੋਂ ਵੱਡੀ ਪ੍ਰੋਬਲਮ ਆਹੀ ਹੈ ਹਮ ਹਸਬੰਡ ਜੀ ਕੋਈ ਪ੍ਰੋਬਲਮ ਹੈ ਨਾ ਤੁਸੀਂ ਉਹਨੂੰ ਗੱਲ ਕਰੋ ਹੈ ਨਾ ਗੱਲ ਕਰਨ ਮਤਲਬ ਸੋਲੂਸ਼ਨ ਮਲ ਜਾਓ ਜੇ ਤੂੰ ਗੱਲ ਵੀ ਕਰ ਰਹੇ ਹੋ ਨਾ ਤੇ ਉਦੋਂ ਵੀ ਹਰ ਇੱਕ ਚੁੰਦਾ ਸਾਡੇ ਚ ਵੀ ਹੁੰਦਾ ਕਿ ਉਦੋਂ ਅਸੀਂ ਨਾ ਪਾਸਟ ਦੀ ਗੱਲ ਕਿ ਪਹਿਲਾਂ ਵੀ ਇਹਨਾਂ ਨੇ ਹੀ ਕਿਹਾ ਸੀ ਅਸੀਂ ਪ੍ਰੈਜ਼ੈਂਟ ਆਫ ਮਾਈਂਡ ਨੂੰ ਬਿਲਕੁਲ ਭੁੱਲ ਜਾਨੇ ਜੀ 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 ਤੇ ਸੋਲੂਸ਼ਨ ਉਦੋਂ ਆਉਣੀ ਨਹੀਂ ਪ੍ਰੋਬਲਮ ਤੇ ਮਲਟੀਪਲ ਹੁੰਦੀ ਜਾਣੀ ਹੈ ਕਿੰਨੀ ਜ਼ਿਆਦਾ ਉਹ ਤੁਸੀਂ ਉਹਦੇ ਤੇ ਤੁਸੀਂ ਤੇ ਪ੍ਰੋਬਲਮ ਨੂੰ ਵਧੀਆ ਨਾ ਵਧਾ ਰਹੇ ਹੋ ਘਟਾਉਣ ਵੱਲ ਤੇ ਤੁਸੀਂ ਗਏ ਹੀ ਨਹੀਂ ਦੋ ਪਰਸਨੈਲਿਟੀਆਂ ਆ ਅੱਧਾ ਡਨੇ ਕਿਵੇਂ ਉਹ ਰਿਮੋਟ ਤੇ ਕੰਮ ਪ ਨਹੀਂ ਕਰ ਰਹੇ ਜੀ ਅੱਜ ਕੱਲ ਇੱਕ ਮੂਵੀ ਆਈ ਸੀ ਜਿਹੜੀ ਹੁਣੇ ਆਈ ਸੀਗੀ ਉਹ ਰਿਮੋਟ ਸੀ ਤੇ ਵਧੀਆ ਨਾ ਫਿਰ ਤੇ ਕੋਈ ਪ੍ਰੋਬਲਮ ਹੀ ਨਾ ਹੋਵੇ ਹੁਣ ਪਰਸਨੈਲਿਟੀਆਂ ਹੈ ਉਹਦੀ ਆਪਣੇ ਪਰਸੈਪਸ਼ਨ ਨੇ ਉਹਦੇ ਵਿਊਜ਼ ਹੈ ਉਹਦੀ ਥਾਟਸ ਅਲੱਗ ਹੈ ਕਿਸੇ ਚੀਜ਼ ਤਾਂ ਦੇ ਨਾਲ ਮਿਲ ਰਹੀ ਹੈ ਕੋਈ ਚੀਜ਼ ਨਹੀਂ ਵੀ ਮਿਲ ਰਹੀ ਜੇ ਬਹੁਤ ਜ਼ਿਆਦਾ ਮਤਲਬ ਤੁਹਾਨੂੰ ਲੱਗ ਰਿਹਾ ਕਿ ਬਹੁਤ ਹੀ ਵਾਸਟ ਹੈ ਤੇ ਗੱਲ ਕਰੋ ਹੈ ਨਾ ਗੱਲ ਕਰਕੇ ਤੇ मतलब ਤੁਸੀਂ ਖੁਦ ਤੇ ਅੰਦਰ ਗੱਲ ਕਰ ਰਹੇ ਹੋ ਬਾਹਰੋਂ ਕਹਿ ਰਹੇ ਹੋ ਕਿ ਮੇਰੇ ਵਰਗਾ ਕੰਮ ਪਰਸਨ ਕੋਈ ਨਹੀਂ ਹੈ ਉੱਥੇ ਗਲਤ ਹੈ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਵੀ ਕਾਉਂਸਲਿੰਗ ਲਈ ਆਉਂਦੇ ਨੇ ਕੁਝ ਇਦਾਂ ਦਾ ਕੇਸ ਆਇਆ ਬਈ ਦੋ ਪਾਰਟਨਰ ਸੀਗੇ ਤੁਸੀਂ ਕਾਉਂਸਲਿੰਗ ਕੀਤੀ ਉਹ ਅਲੱਗ ਹੋਣਾ ਚਾਹੁੰਦੇ ਸੀ ਬਾਅਦੋਂ ਉਹ ਜੁੜ ਗਏ ਹੁਣ ਬਈ ਠੀਕ ਆ ਮੇਰੇ ਕੋਲ ਇੱਕ ਐਵੇਂ ਦਾ ਕੇਸ ਆਇਆ ਸੀ ਕਿ ਉਹ ਅਲੱਗ ਹੋ ਚੁੱਕੇ ਸੀ ਮਤਲਬ ਡਿਵੋਰਸ ਹੋ ਚੁੱਕਾ ਸੀ ਮਤਲਬ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀ ਹਾਂਜੀ ਸੈਪਰੇਸ਼ਨ ਲਈ ਉਹ ਮਤਲਬ ਇਹ ਸਿੱका ਕਿ ਉਹ ਬੋਲ ਹੀ ਨਹੀਂ ਪਾਈ ਇੱਕ ਦੂਜੇ ਨੂੰ ਜਿਹੜੀਆਂ ਮਤਲਬ ਪ੍ਰੋਬਲਮਸ ਹੈਗੀਆਂ ਜਿਹੜੀਆਂ ਕੀ ਹੁੰਦਾ ਕਿ ਜਦੋਂ ਆਪਾਂ ਕਿਸੇ ਰਿਲੇਸ਼ਨਸ਼ਿਪ ਚਾ ਜੇ ਤੇ ਮੈਨੂੰ ਉਹ ਬੰਦਾ ਚਾਹੀਦਾ ਹੈ ਜੀ ਹੈਨਾ ਤੇ ਪਹਿਲਾਂ ਮੈਂ ਉਸ ਬੰਦੇ ਨੂੰ ਹੀ ਦੇਖਦੀਆਂ ਕਿ ਜਦੋਂ ਮੇਰੇ ਕੋਲ ਕੋਈ ਕਲਾਇੰਟ ਆਉਂਦਾ ਕਿ ਇਹਦਾ ਮਤਲਬ ਇਹਨੂੰ ਇਹ ਚਾਹੀਦਾ ਹੈ ਕਿ ਨਹੀਂ ਚਾਹੀਦਾ ਹਮ ਹੈਨਾ ਜੀ ਜੇ ਤੇ ਉਹ ਮੰਨ ਲਓ ਹੈ ਹੀ ਕਿਸੇ ਟਾਕਸਿਕ ਰਿਲੇਸ਼ਨਸ਼ਿਪ ਹੈ ਤੇ ਮੈਂ ਕੋਈ ਫੈਮਿਲੀ ਲਾਇਰ ਥੋੜੀ ਹੈ ਕਿ ਮੈਂ ਉਹਨਾਂ ਦਾ ਜਿਹੜਾ ਹੈ ਵੀ ਉਹ ਮੈਨੂੰ ਉਹਨਾਂ ਦਾ ਕੇਸ ਸੋਲਵ ਕਰਨਾ ਹੈ ਜੀ ਮੈਂ ਉਹਦੀ ਮੈਂਟਲ ਹੈਲਥ ਤੇ ਕੰਮ ਕਰ ਰਹੀ ਆ ਜਿਹੜਾ ਵੀ ਕੋਈ ਪਰਸਨ ਆਇਆ ਹੈ ਉਹਦੀ ਮੈਂਟਲ ਹੈਲਥ ਉਤੋਂ ਕਿੰਨੀ ਇਫੈਕਟ ਹੈ ਜੇ ਅੱਗੇ ਕੋਈ ਸਕੋਪ ਹੀ ਨਹੀਂ ਹੈ ਜੋ ਲੇਡੀ ਹੈ ਸਿਰਫ ਔਰ ਸਿਰਫ ਉਹ ਹੁਣ ਤੱਕ ਸਹ ਹੀ ਰਹੀ ਹੈ ਹੈਨਾ ਕੋਈ ਡੋਮੈਸਟਿਕ ਵਾਇਲੈਂਸ ਹੈ ਤਾਂ ਮੈਂ ਸਭ ਤੋਂ ਪਹਿਲਾਂ ਉਹਨੂੰ ਕਹਾਂਗੀ ਕਿ ਨਹੀਂ ਹੈ ਨਹੀਂ ਤੇਰੇ ਵਾਸਤਾ ਤੂੰ ਬਹੁਤ ਜਲਦੀ ਇਸ ਤੋਂ ਸੈਪਰੇਟ ਹੋ ਪਰ ਜੇ ਲੱਗ ਰਿਹਾ ਹੈ ਕਿ ਇਮੋਸ਼ਨਲੀ ਬਹੁਤ ਜੁੜੀ ਹੋਈ ਹੈ ਅੱਗੇ ਵਧ ਨਹੀਂ ਪਾ ਰਹੀ ਉੱਥੇ ਸਟਕ ਹੋ ਗਈ ਹੈ ਦੈਨ ਉਹਨੂੰ ਉਸ ਲੈਵਲ ਨਾਲ ਕਿ ਉਹਦੀਆਂ ਉਹਦੀਆਂ ਫਿਰ ਚੰਗਿਆਈਆਂ ਵੱਲ ਲੈ ਕੇ ਜਾਣਾ ਪੈਂਦਾ ਹੈ। ਦੋਨੋਂ ਚੀਜ਼ਾਂ ਅਲੱਗ-ਅਲੱਗ ਹੈ। ਮਤਲਬ ਬ੍ਰੇਕਅਪ ਵਾਲੇ ਵੀ ਆਉਂਦੇ ਆ ਨਾ ਕਿ ਬ੍ਰੇਕਅਪ ਪਾਲਾ ਕੋਈ ਆ ਗਿਆ ਕਿ ਮੇਰਾ ਬ੍ਰੇਕਅਪ ਹੋ ਗਿਆ ਅਗੇ ਮੂਵ ਔਨ ਨਹੀਂ ਕਰ ਪਾ ਰਿਹਾ। ਵੀ ਜਿੱਦਾਂ ਕੋਈ ਬੁਆਏ ਹੈ ਜਾਂ ਗਰਲ ਹੈ ਹਾਂਜੀ ਉਹਨੂੰ ਕੋਈ ਛੱਡ ਗਿਆ ਉਹਦਾ ਪਾਰਟਨਰ ਜਾਂ ਉਹਦਾ ਮੈਰिज ਹੋ ਗਈ। ਵੀ ਪਹਿਲਾਂ ਉਹਨਾਂ ਦਾ ਪਿਆਰ ਸੀਗਾ ਹਾਂਜੀ ਬਟ ਕੁਝ ਕੰਡੀਸ਼ਨਸ ਹੋਈਆਂ ਵੀ ਪੇਰੈਂਟਸ ਦਾ ਅਪਰੂਵਲ ਨਹੀਂ ਸੀ ਜਾਂ ਕੋਈ ਅੱਛਾ ਕੋਈ ਮੈਚ ਮਿਲ ਗਿਆ। ਵੀ ਕੁੜੀ ਨੇ ਜਾਂ ਮੁੰਡੇ ਨੇ ਫਿਆ ਕਰਵਾ ਲਿਆ ਤੇ ਉਹ ਇਕੱਲਾ ਰਹਿ ਗਿਆ ਵੀ ਮੇਰੇ ਨਾਲ ਤਾਂ ਧੋਖਾ ਹੋ ਗਿਆ ਜੀ ਹੂੰ ਇਦਾਂ ਦਾ ਕੇਸ ਆਇਆ ਤੁਹਾਡੇ ਕੋਲ ਹਾਂਜੀ ਇਸ ਤਰ੍ਹਾਂ ਦੇ ਕੇਸ ਅੱਜਕਲ ਬਹੁਤ ਆਉਂਦੇ ਆ ਕਿਉਂਕਿ ਯੰਗਸਟਰ ਹੈ ਉਹਨਾਂ ਨੂੰ ਆ ਆਬਵੀਅਸ ਹੈ ਜਦੋਂ ਧੋਖਾ ਪਹਿਲਾਂ ਉਹਦਾ ਨਾ ਤੁਸੀਂ ਦੇਖੋ ਕਿ ਧੋਖਾ ਹੋਇਆ ਹੈ ਜਾਂ ਉਹ ਸਰਕਮਸਟੈਂਸਸ ਸੀਗੇ ਇੱਕ ਹੁੰਦਾ ਕਿ ਉਹ ਡਿਚ ਕਰਤਾ ਚੀਟ ਕਰ ਰਿਹਾ ਤੁਹਾਡੇ ਤੇ ਜੀ ਤੇ ਇਮੀਡੀਏਟ ਆਪਣੇ ਆਪ ਨੂੰ ਫੇਸ ਕਰੋ ਕਾਊਂਟਰ ਕਰੋ ਉਹਨੂੰ ਕਿ ਮੈਂ ਰੈਡੀ ਸੀਗਾ ਕਿ ਜੇ ਆ ਮੇਰੇ ਨਾਲ ਮੈਂ ਇਹਦੇ ਨਾਲ ਹੁੰਦਾ ਤਾਂ ਵੀ ਮੇਰੇ ਨਾਲ ਆ ਚੱਲਦਾ ਰਹਿੰਦਾ ਕਿ ਮੈਂ ਨਾ ਬੇਫੂਫ ਬਣ ਕੇ ਸਾਰੀ ਜ਼ਿੰਦਗੀ ਰਹਿ ਸਕਦਾ ਸੀ ਹੂੰ ਉਹ ਨਾ ਉਹਦੀ ਇੱਕ ਐਕਟੀਵिटीज ਵਗੈਰਾ ਦੇਣੀ ਆ ਬੰਦੀ ਆ ਮੈਨੂੰ ਹੈਨਾ ਪੇਪਰ ਪਨ ਲੈ ਕੇ ਬੈਠੋ ਤੁਸੀਂ ਇੰਨੇ ਵੀਕ ਹੋ ਤੁਸੀਂ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਤੋਂ ਜਵਾਬ ਲਿਖੋਗੇ ਦੇਖੋ ਇੱਕ ਕਾਉਂਸਲਰ ਦਾ ਫਰਕ ਕਿੰਨਾ ਹੁੰਦਾ ਕਿ ਮੈਂ ਤੁਹਾਡਾ ਹੱਥ ਫੜ ਕੇ ਤੁਹਾਨੂੰ ਉੱਥੋਂ ਠਿਕਰ ਲੈ ਕੇ ਜਾਣਾ ਮੈਂ ਸਰਵਾਈਵਰ ਨਹੀਂ ਆ ਜੀ ਮੈਂ ਸਰਵਾਈਵਰ ਬਣ ਗਈ ਫਿਰ ਤੁਸੀਂ ਮੇਰੇ ਤੋਂ ਡਿਪੈਂਡ ਕਰ ਗਏ ਜੀ ਫਿਰ ਮੈਂ ਤੁਹਾਨੂੰ ਕਿੱਥੇ ਕਿਸੇ ਪ੍ਰੋਬਲਮ ਜੋ ਗੱਡੇ ਆ ਫਿਰ ਤੇ ਤੁਹਾਨੂੰ ਇੱਕ ਪ੍ਰੋਬਲਮ ਜੋ ਗੱਡ ਕੇ ਮੈਂ ਤੁਹਾਨੂੰ ਆਪਣੇ ਵੱਲ ਲਾ ਲਿਆ ਕਿ ਮੈਮ ਨੇ ਮuje ਮਾੜੀ ਜੀ ਗੱਲ ਹੋਈ ਮੈਮ ਨੂੰ ਕਾਲ ਕਰੋ ਨਹੀਂ ਤੁਹਾਨੂੰ ਉਹ ਪ੍ਰੋਬਲਮ ਫੇਸ ਕਰਨ ਦਾ ਮੈਂ ਦੱਸ ਰਹੀ ਹਾਂ ਕਿ ਕਿਵੇਂ ਫੇਸ ਕਰਨੀ ਹੈ ਹੈਨਾ ਤੁਸੀਂ ਪੇਪਰ ਬਣ ਲਿਆ ਉਹਦਾ ਦੱਸਿਆ ਦੱਸ ਉਹਦੇ ਐਕਸਪੈਕਟ ਲਿਖੋ ਕਿ ਉਹਦੇ ਕੀ ਤੁਹਾਨੂੰ ਉਹਨੇ ਜੀ ਚੀਟ ਕੀਤਾ ਅੱਗੇ ਤੁਸੀਂ ਰੈਡੀ ਹੋ ਇਹਦੇ ਵਾਸਤੇ ਹਨਾਂ ਔਰ ਉਹਨੇ ਚੀਟ ਪਹਿਲਾਂ ਵੀ ਪਹਿਲਾਂ ਕੀ ਕੀ ਚੱਲ ਰਿਹਾ ਸੀ ਚੀ ਕੋਈ ਪ੍ਰੋਬਲਮ ਜਿਹੜੀ ਇਸ ਰਿਲੇਸ਼ਨਸ਼ਿਪ ਜਦੋਂ ਬ੍ਰੇਕਅਪ ਤੇ ਆਉਂਦਾ ਤਾਂ ਇੱਕ ਦਿਨ ਦਾ ਨਹੀਂ ਹੁੰਦਾ ਨਹੀਂ ਨਹੀਂ ਉਦੋਂ ਹੁੰਦਾ ਹੈ ਕਿ ਤੁਸੀਂ ਨੋ ਬੋਲਿਆ ਹੈ ਜੀ ਲੇਕਿਨ ਉਹ ਮੈਂਟਲੀ ਬਹੁਤ ਪਹਿਲਾਂ ਤੋਂ ਰੈਡੀ ਹੈ ਤੇ ਉਹ ਵੇਟ ਕਰ ਰਹੀ ਹੈ ਜਾਂ ਕਰ ਰਿਹਾ ਹੈ ਕਿ ਮੈਂ ਇਹਨੂੰ ਕਿਵੇਂ ਇਹਨੂੰ ਬਲੇਮ ਕਰ ਇਹਨੂੰ ਹੀ ਬਲੇਮ ਕਰਕੇ ਛੱਡ ਦਿੱਤਾ ਜਾ ਕਿਉਂਨੇ ਤੁਹਾਨੂੰ ਬਲੇਮ ਕਰਨਾ ਹੈ ਜੀ ਤੇ ਤੁਹਾਨੂੰ ਉਦੋਂ ਕੀ ਹੁੰਦਾ ਸਾਡਾ ਮੈਂਟਲ ਫ੍ਰੇਮ ਐਡਾ ਹੁੰਦਾ ਨਾ ਕਿ ਅਸੀਂ ਬਹੁਤ ਵੀਕ ਹੁੰਨੇ ਆ ਸੈਂਸਿਟਿਵ ਹੋ ਗਏ ਹੁੰਨੇ ਆ ਤੇ ਛੋਟੀ ਛੋਟੀ ਚੀਜ਼ ਜਿਹੜੀ ਹੈ ਨਾ ਬਹੁਤ ਇਫੈਕਟ ਕਰਦੀ ਹੈ ਫਿਰ ਅਸੀਂ ਕਰਨਾ ਵੀ ਉਹ ਸੁਣਨਾ ਵੀ ਕੀ ਐ ਸੈਡ Song ਸੁਣਨੇ ਮੇਰੇ ਨਾਲ ਇੰਨਾ ਮਾੜਾ ਹੋ ਗਿਆ ਰੋਟੀ ਪਾਣੀ ਨੂੰ ਐਵੇਂ ਦਾ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਇਸ ਚੀਜ਼ ਤੋਂ ਕੱਢ ਸਕਦੇ ਹੋ ਜੇ ਨਹੀਂ ਕੱਢ 파ਰੇ ਕਿਸੇ ਦੀ ਹੈਲਪ ਲਓ ਕਿਸੇ ਫਰੈਂਡੀ ਕੋਈ ਤੇ ਹੋ ਜਾਊਗਾ ਜਿਹੜਾ ਤੁਹਾਨੂੰ ਸੁਣ ਸਕੇ ਉਸ ਟਾਈਮ ਤੇ ਤੁਹਾਨੂੰ ਸੁਣਨਾ ਬੜਾ ਜ਼ਰੂਰੀ ਤੁਸੀਂ ਇੱਕ ਵਾਰੀ ਰੋ ਵੀ ਪਏ ਨਾ ਚੰਗੀ ਤਰ੍ਹਾਂ ਤੇ ਫਿਰ ਉੱਠ ਜਾਓਗੇ ਜੇ ਤੁਸੀਂ ਅੰਦਰ ਹੀ ਅੰਦਰ ਤੁਹਾਡਾ ਚੱਲਦਾ ਰਿਹਾ ਨਾ ਮੇਰੇ ਸਾਥ ਕਿਹਾ ਹੁਆ ਜੀ ਜੀ ਐਸਾ ਕੁਝ ਨਹੀਂ ਹੈ ਕਿ ਤੁਹਾਡੇ ਸਾਥ ਹੀ ਹੁਆ ਹੈ ਹਮਮ ਅਤੇ ਮੈਂ ਕਹਿੰਨੇ ਕਿ ਬਹੁਤ ਅੱਛਾ ਹੁਆ ਇਸ ਸੇ ਵੀ ਬੁਰਾ ਹੋ ਸਕਤਾ ਥਾ ਤੁਸੀਂ ਨਾ ਲੋਗੇ ਉਸਦੇ ਚੀਟ ਕਰ ਰਹੇ ਹੋ ਤੁਸੀਂ 24 ਘੰਟੇ ਫਿਰ ਕੀ ਕਰ ਲੋਗੇ ਉਹ ਰਿਲੇਸ਼ਨਸ਼ਿਪ ਤੁਹਾਨੂੰ ਇਹੋ ਜੀ ਉੱਥੇ ਤੇ ਆ ਕੇ ਪਤਾ ਲੱਗਦਾ ਕਿ ਹਾਂ ਆ ਵੀ ਚੱਲ ਰਿਹਾ ਸੀ ਫਿਰ ਕੀ ਕਰੋਗੇ ਤੇ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਤੇ ਉਹਦੀ ਸਿਚੁਏਸ਼ਨਸ ਦੇਖ ਕੇ ਸਾਨੂੰ ਉਹਦਾ ਦੱਸਣਾ ਪੈਂਦਾ ਹੈ ਕਿ ਆਹ ਚੀਜ਼ ਹੈ ਇਹਨੂੰ ਕੰਟੀਨਿਊ ਕਰਨਾ ਹੈ ਤਾਂ ਇਸ ਰਸਤੇ ਜਾਣਾ ਹੈ ਇਹਨੂੰ ਤੁਸੀਂ ਡਿਸਕੰਟੀਨਿਊ ਕਰਨਾ ਹੈ ਤਾਂ ਤੁਸੀਂ ਇਸ ਰਸਤੇ ਜਾਣਾ ਹੈ ਹਮ ਮੰਨ ਲਓ ਕਿਸੇ ਨੇ ਧੋਖਾ ਹੋ ਹੀ ਗਿਆ ਵੀ ਸਾਹਮਣੇ ਪਤਾ ਲੱਗ ਗਿਆ ਵੀ ਇਹ ਪਰਸਨ ਨੇ ਮੇਰੇ ਨਾਲ ਚੀਟ ਕੀਤਾ ਵੀ ਸਾਹਮਣੇ ਫਾਈਲਸ ਖੁੱਲ ਗਈਆਂ ਸਾਰਾ ਪਤਾ ਲੱਗ ਗਿਆ ਹਾਂਜੀ ਵੀ ਕੋਈ ਮੈਸੇਜਿਸ ਹੋ ਗਏ ਜਾਂ ਵੀਡੀਓਜ਼ ਹੋ ਗਏ ਜਾਂ ਕੁਝ ਵੀ ਪ੍ਰੂਫ ਵੀ ਉਹ ਮੰਨ ਵੀ ਗਿਆ ਹਾਂ ਮੈਂ ਸੀਗਾ ਵੀ ਜਾਂ ਸੀਗੀ ਰਾਈਟ ਫਿਰ ਉਹ ਉਹਦੇ ਵਿੱਚ ਕੀ ਹੁੰਦਾ ਵੀ ਬੰਦਾ ਕੀ ਕਰੇ ਉੱਥੇ ਛੱਡ ਦੇ ਵੀ ਉੱਥੇ ਪਰ ਜਿਹੜਾ ਉਹਦਾ ਨੁਕਸਾਨ ਹੋਇਆ ਜਾਂ ਹਾਂ ਇਹ ਤਾਂ ਚਲੋ ਐਸਾ ਲਾਅ ਵਾਲੀ ਗੱਲ ਆ ਕੀ ਵੈਸੇ ਹਾਂਜੀ ਨੁਕਸਾਨ ਨੁਕਸਾਨ ਜਿਹੜਾ ਉਹ ਵੀ ਹੋਇਆ ਆ ਆਫ ਕੋਰਸ ਤੁਸੀਂ ਇਮੋਸ਼ਨਸ ਇਨਵੈਸਟ ਕੀਤੇ ਆ ਜੀ ਜੀ ਹੈਨਾ ਲੇਕਿਨ ਅਗੇਨ ਤੁਹਾਨੂੰ ਕਾਊਂਟਰ ਜਦੋਂ ਕਰਨਾ ਹੈ ਨਾ ਮਾਈਂਡ ਦੇ ਨਾਲ ਖੇਲਣਾ ਹੈ ਹੈਨਾ ਕਾਊਂਟਰ ਕਰਨੇ ਤੋਂ ਤੂੰ ਤਾਂ ਇਹ ਕਰਨਾ ਹੈ ਕਿ ਮੈਂ ਮਤਲਬ ਇੰਨਾ ਕਮਜ਼ੋਰ ਆ ਮੈਂ ਉਹ ਇੰਨਾ ਕਿਵੇਂ ਪਾਗਲ ਹੋ ਸਕਦਾ ਹੈ ਕਿ ਤੈਨੂੰ ਇੰਨਾ ਚੀਟ ਕਰਕੇ ਤਾਂ ਵੀ ਤੂੰ ਹੀ ਜੰਨਾ ਹੈ ਜੀ 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 ਨਹੀਂ ਕਿਉਂਕਿ ਤੁਹਾਨੂੰ ਸਿਰਫ ਇਹ ਜੇ ਤੁਸੀਂ ਮਾਈਂਡ ਨੂੰ ਜਿਹੜੀ ਪ੍ਰੋਸੈਸਿੰਗ ਦੇਤੀ ਉਹਨੇ ਉਹਦੇ ਤੇ ਕੰਮ ਕਰਨਾ ਹੈ ਜਿਕੇ ਅੱਧ ਤੱਕ ਕੀ ਹੋ ਗਿਆ ਮੇਰੇ ਸਾਥ ਜ਼ਿੰਦਗੀ ਖਤਮ ਹੈ ਉਹਨੇ ਉਸ ਤੇ ਕੰਮ ਸ਼ੁਰੂ ਕਰਨਾ ਹੈ ਕਿਉਂਕਿ ਉਹਨੇ ਤਾਂ ਮੂਵੀ ਪਲੇ ਕਰਨੀ ਹੈ ਰਾਈਟ ਜਿਹੜੀ ਤੁਸੀਂ ਕੈਸਟ ਪਾਤੀ ਉਹਨੇ ਪਲੇ ਕਰ ਦੇਣੀ ਹੈ ਵਾਹ ਤੇ ਜੇ ਦੂਜੀ ਵਾਲੀ ਪਾਈ ਹੈ ਕਿ ਐਦਾਂ ਕਿਦਾਂ ਹੋ ਗਿਆ ਇੰਨਾ ਕਮਜ਼ੋਰ ਕਿਵੇਂ ਹੈ ਤੂੰ ਦੇਖੋ ਦੋਨੋਂ ਚੀਜ਼ਾਂ 'ਚ ਫਰਕ ਹੈ ਨਾ ਕੀ ਹੋ ਗਿਆ ਇਦਾਂ ਕਿਦਾਂ ਹੋ ਗਿਆ ਹੈ ਕੀ ਚੀਜ਼ ਸੀ ਉਹ ਫਿਰ ਉਹਦੀਆਂ ਕਮੀਆਂ ਯਾਦ ਕਰਨਾ ਸ਼ੁਰੂ ਕਰੋ ਤੇ ਜਦੋਂ ਤੁਸੀਂ ਮਤਲਬ ਕੰਮ ਕਰ ਰਹੇ ਹੋ ਕਿਸੇ ਚੀਜ਼ ਤੇ ਤੇ ਉਹਨੂੰ ਫੇਸ ਕਰਨਾ ਪੈਣਾ ਉਹਦੀਆਂ ਕਮੀਆਂ ਤੁਹਾਨੂੰ ਯਾਦ ਕਰਨੀਆਂ ਪੈਣੀਆਂ ਉਹਦੀਆਂ ਚੰਗਿਆਈਆਂ ਚਾਹਤ ਨਹੀਂ ਕਰਨੀਆਂ ਕੁਝ ਟਾਈਮ ਤੱਕ ਜਦੋਂ ਤੱਕ ਤੁਸੀਂ ਉਸ ਫੇਸ ਤੋਂ ਬਾਹਰ ਨਹੀਂ ਆ ਜਾਂਦੇ ਜੇ ਤੁਸੀਂ ਉਹਦਾ ਚੰਗਾਪਨ ਵੀ ਯਾਦ ਕਰਨ ਲੱਗੇ ਤੁਹਾਨੂੰ ਅਗੇਨ ਤੁਸੀਂ जाऊंगे उत अगे ही नहीं वाओगे कुछ टाइम तक यू हैव टू राइट इट डाउन कि हियर शी हैज डन दैट टू मी क्योंकि जो तीन लिखोगे तो सामने होएगा फिर तुम देख पाओगे ना कि मैं इन्ना मैं इन्ना वीक नहीं हूँ आई कैन फेस इट ती एवरीबडी कैन डू दैट एवरी वन कैन डू दैट सिर्फ सू अंदरों या कोई फ्रेंड के जरिए सानू आप ਬਹੁਤ ਜਮਿਲ ਜੇ ਗੱਡੀ ਚੱਲ ਪੈਂਦੀ ਜੀ ਜੀ ਬਹੁਤ ਜ਼ਰੂਰੀ ਹੈ ਮੈਨੂੰ ਪਹਿਲਾਂ ਮੈਂ ਮੈਂ ਕਾਉਂਸਲਰ ਮੈਂ ਨੈਟਫਲਿਕਸ ਤੇ ਇੰਗਲਿਸ਼ ਮੂਵੀਸ ਤੇ ਦੇਖਦਾ ਹੁੰਦਾ ਸੀ ਵੀ ਇਦਾਂ ਦੇ ਵੀ ਡਾਕਟਰ ਹੈਗੇ ਨੇ ਅਗਰ ਮੈਂ ਦੱਸਾਂ ਵੈਸੇ ਵੀ ਹੌਲੀ ਹੌਲੀ ਮੈਨੂੰ 7-8 ਸਾਲਾਂ 10 ਸਾਲਾਂ ਤੋਂ ਪਤਾ ਲੱਗਿਆ ਵੀ ਇਦਾਂ ਵੀ ਡਾਕਟਰ ਹੁੰਦੇ ਨੇ ਸ਼ਾਇਦ ਮੈਂ ਵੀ ਆਜ ਦਾ ਪੋਡਕਾਸਟ ਦੇਖ ਕੇ ਵੀ ਕਾਫੀ ਜਣਾਂ ਨੂੰ ਪਤਾ ਲੱਗਿਆ ਅੱਛਾ ਕਾਉਂਸਲਰ ਹੁੰਦੇ ਨੇ ਇਦਾਂ ਹੀ ਮਾਈਂਡ ਸੈਟ ਕਰਦੇ ਨੇ ਮੈਨੂੰ ਲੱਗਦਾ ਇਦਾਂ ਦੇ ਵੀ ਹੋਣਗੇ ਥੱਲੇ ਕਮੈਂਟ ਕਰਕੇ ਦੱਸਿਓ ਬਈ ਇਹ ਇੰਡੀਆ ਚ ਵੇ ਇਹ ਹੁਣੇ ਸਟਾਰਟ ਹੋਇਆ ਕਾਉਂਸਲਿੰਗ ਕੇ ਬਹੁਤ ਪਹਿਲਾਂ ਦੀ ਚੱਲਦੀ ਆ ਰਹੀ ਸੀ ਕਾਉਂਸਲਿੰਗ ਤਾਂ ਚੱਲਦੀ ਆ ਰਹੀ ਸੀ ਲੇਕਿਨ ਇੰਨਾ ਜ਼ਿਆਦਾ ਮਤਲਬ ਹੈ ਨਹੀਂ ਸੀ ਕਿ ਆਪਾਂ ਜਾ ਨਹੀਂ ਪਾਉਂਦੇ ਸੀ ਮਤਲਬ ਜੇ ਮੈਂ ਯਾਦ ਕਰਾਂ ਕਿ ਮੇਰੇ ਫਰੈਂਡ ਨੂੰ ਕਿਸੇ ਨੂੰ ਪ੍ਰੋਬਲਮ ਸੀ ਤੇ ਅਸੀਂ ਉਹਨੂੰ ਕਹਿ ਰਹੇ ਕਿ ਤੂੰ ਬਾਤ ਕਰ ਲੈ ਤੋ ਕਹਿੰਦੇ ਨਹੀਂ مجھے ਐਸੇ ਬੋਲਣਗੇ ਕਿ ਇਹ ਪਾਗਲ ਹੈ ਕਿਆ ਹਮਨਲੀ ਤਾਂ ਹੀ ਹੁੰਦਾ ਹਾਂ ਤੇ ਹੁਣ ਜਿਹੜੀ ਹੈ ਹੋਰ ਅਵੇਅਰਨੈਸ ਆ ਰਹੀ ਹੈ ਪੈਰੈਂਟਸ ਚ ਆ ਰਹੀ ਹੈ ਹੈਨਾ ਓਕੇ ਕਿਉਂਕਿ ਛੋਟੇ ਛੋਟੇ ਬੱਚੇ ਹੈ ਜਿਨ ਨੂੰ ਪ੍ਰੋਬਲਮ ਹੋ ਰਹੀ ਹੈ ਉਹ ਵੀ ਆਉਂਦੇ ਨੇ ਉਹਨਾਂ ਦੇ ਕਈ ਵਾਰੀ ਬੱਚੇ ਨੂੰ ਲੈ ਕੇ ਆਏ ਹੁੰਦੇ ਆ ਲੇਕਿਨ ਪ੍ਰੋਬਲਮਸ ਉਹਨਾਂ ਚ ਆਪ ਚ ਹੁੰਦੀ ਹੈ ਓਕੇ ਹਾਂ ਸਕੂਲ ਚ ਮੈਂ ਕਾਉਂਸਲਿੰਗ ਕਰਦੀ ਸੀ ਔਰ ਮੇਰੇ ਕੋਲ ਬੱਚੇ ਨੂੰ ਲੈ ਕੇ ਆਏ ਨੇ ਬੱਚੇ ਦੀ ਕਾਉਂਸਲਿੰਗ ਆਟੇ ਉਹ ਆਪਣੀ ਹਸਬੰਡ ਵਾਈਫ ਕਾਉਂਸਲਿੰਗ ਕਰਾ ਕੇ ਜਾ ਰਹੇ ਨੇ ਕਿਉਂਕਿ ਪ੍ਰੋਬਲਮ ਤੇ ਹੋਰ ਕਿਤੇ ਸੀਗੀ ਹਮ ਬੱਚਾ ਤੇ ਵਿਚਾਰਾ ਜੋ ਦੇਖ ਰਿਹਾ ਉਹਦੇ ਮੈਂਟਲ ਲੈਵਲ ਤੇ ਅਲੱਗ ਫਰਕ ਪੈ ਰਿਹਾ ਜੀ ਮੈਨ ਲੱਗਦਾ ਪੇਰੈਂਟਸ ਅੱਜਕੱਲ ਹ ਇਹ ਬਹੁਤ ਚੱਲਦਾ ਹੈ ਵੀ ਗਵਾਂਡੀਆਂ ਦਾ ਬੱਚਾ ਪਰਫੈਕਟ ਆ ਤੂੰ ਨਲਾਇਕ ਆ ਹਾਂ ਇਹ ਬਹੁਤ ਫੀਡਿੰਗ ਹੁੰਦੀ ਆ ਵੀ ਤੂੰ ਕੁਝ ਕਰ ਲੈ ਉਹ ਦੇਖ ਉਹ ਦੇਖ ਐਗਜ਼ਾਮਪਲਸ ਕਿਸੇ ਦੀ ਨਹੀਂ ਜਾਣੀਆਂ ਮਤਲਬ ਦਾ ਬੱਚਾ ਕਿੰਨਾ ਕਿ ਡਿਪਰੈਸ ਹੋ ਜਾਂਦਾ ਵੀ ਮੇਰੇ ਘਰੇ ਮੇਰੀ ਰਿਸਪੈਕਟ ਜਾਂ ਮੈਨੂੰ ਉਹ ਨਹੀਂ ਕਰਦੇ ਹਾਂ ਇਹ ਬਹੁਤ ਜ਼ਿਆਦਾ ਹੈ ਅੱਜਕੱਲ ਤੁਸੀਂ ਛੋਟੇ ਛੋਟੇ ਬੱਚੇ ਨਰਸਰੀ ਦਾ ਬੱਚਾ ਹੈ ਨਾ ਜੀ ਉਹਦਾ ਤੁਸੀਂ ਐਡਮਿਸ਼ਨ ਕਰਾਇਆ ਜੀ ਬੜੇ ਅੱਛੇ ਸਕੂਲ 'ਚ ਔਰ ਕੰਪੈਰੀਸਨ ਜਿਹੜਾ ਹੈ ਨਾ ਉਹਦੇ ਨਾਲ ਵਿਚਾਰੇ ਦੇ ਨਾਲ ਕੀ ਤੈਨੂੰ ਇੰਨੇ ਪਰਸੈਂਟ ਲੈ ਕੇ ਹੀ ਆਉਣੇ ਆ ਕਿੰਨਾ ਪ੍ਰੈਸ਼ਰਾਈਜ਼ ਕਰ ਰਹੇ ਹੋ ਜੀ ਔਰ ਉਸ ਬੱਚੇ ਦਾ ਜਿਹੜਾ ਬਚਪਨ ਹੈ ਉਹ ਤੇ ਅੱਜਕੱਲ ਤੁਸੀਂ ਇੱਕ ਹੋਰ ਚੀਜ਼ ਦੇਖੋਗੇ ਕਿ ਜਿਹੜਾ ਆਪਣਾ ਬਚਪਨ ਸੀ ਕਿ ਠੀਕ ਹੈ ਪੜ ਰਹੀ ਹੈ ਬਾਹਰ ਖੇਡਣ ਨਹੀਂ ਜਾ ਰਹੀ ਸਭ ਕੁਝ ਵਧੀਆ ਚੱਲ ਰਿਹਾ ਹੈ ਅੱਜਕਲ ਉਹਨਾਂ ਨੂੰ ਨਾ ਰੋਬੋਟ ਬਣਾ ਦਿੱਤਾ ਗਿਆ ਜੀ ਬਚਪਨ ਵੀ ਜਿਹੜਾ ਨਾ ਉਹਨਾਂ ਦਾ ਕਿਤੇ ਰਹਿ ਗਿਆ ਮਤਲਬ ਟਾਡਾ ਤੁਸੀਂ ਬਿਜ਼ੀ ਹੋ ਮੰਨ ਲਓ ਤੁਹਾਡਾ ਕੈਰੀਅਰ ਐਦਾਂ ਦਾ ਹੈ ਤੁਸੀਂ ਬਿਜ਼ੀ ਹੋ ਲੇਕਿਨ ਤੁਸੀਂ ਉਹਨਾਂ ਨੂੰ ਆਪਸ਼ਨਸ ਫੜਾ ਦਿਆ ਕਿ ਹੋਂ ਤੇਰੀ ਸਕੂਲ ਤੋਂ ਬਾਅਦ ਤੇਰੀ ਆ ਕਲਾਸ ਹੈ ਉਸ ਤੋਂ ਬਾਅਦ 뮤직 ਕਲਾਸ ਉਸ ਤੋਂ ਬਾਅਦ ਟੈਨਿਸ ਕਲਾਸ ਉਸ ਤੋਂ ਬਾਅਦ ਸੋਅਨ 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 ਠੀਕ ਹੈ ਉਸ ਬੱਚੇ ਦਾ ਠੀਕ ਹੈ ਪਰ ਉਹ ਗਰੋ ਕਿਵੇਂ ਕਰੇਗਾ ਠੀਕ ਹੈ ਉਹਨੂੰ ਇੱਕ ਕੱਦੀ ਐਕਟੀਵਿਟੀ ਆਉਣੀ ਚਾਹੀਦੀ ਹੈ ਮੰਨ ਲਿਆ ਠੀਕ ਹੈ ਸਪੋਰਟਸ ਵੀ ਉਹਨੂੰ ਇੱਕ ਅਦਾ ਸਪੋਰਟਸ ਆਉਣਾ ਚਾਹੀਦਾ ਲੇਕਿਨ ਤੁਸੀਂ ਤੁਹਾਨੂੰ 24 ਘੰਟੇ ਮਤਲਬ ਇਤਨੇ ਵਜੇ ਸੋਣਾ ਇਤਨੇ ਵਜੇ ਡਿਸਪਲਿਨ ਇਸ ਰਿਕਵਾਇਰਡ ਹੈ ਨਾ ਲੇਕਿਨ ਇੱਕ ਛੋਟਾ ਜਿਹਾ ਮਤਲਬ ਉਹਨਾਂ ਨੂੰ ਫਰੀਨੈਸ ਵੀ ਚਾਹੀਦੀ ਹੈ ਔਰ ਇਹਦੇ ਚ ਤੁਹਾਡਾ ਖੁਦ ਦਾ ਬੱਚੇ ਨਾਲ ਇਨਵੋਲ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਅਸੀਂ ਸੋਚਦੇ ਕਿ ਗੈਜਟਸ ਦੇਤੇ ਤੇ ਸਾਡੀ ਕੀ ਲੋੜ ਹੈ ਜੀ ਆਈਪੈਡ ਫੜਾ ਦਿਓ ਆਈਫੋਨ ਪੜਾ ਦਿਓ ਹੈ ਨਾ ਸਾਡੀ ਕੀ ਲੋੜ ਹੈ ਬੱਚਿਆਂ ਨੂੰ ਇਨਾ ਕੁਛ ਸੋਸ਼ਲ ਮੀਡੀਆ ਤੇ ਕੀ ਦੇਖ ਰਹੇ ਹੁਣ ਨਹੀ ਪਤਾ ਨਾ ਕੀ ਸਾਨੂੰ ਇਫੈਕਟ ਕਰ ਰਿਹਾ ਕਿ ਨਹੀਂ ਕਰ ਰਿਹਾ ਆਈ ਸਾਈਟ ਦਾ ਪੱਕੇ ਨੇ ਖਰਾਬ ਹੋ ਜਾਂਦੀ ਹੈ ਇੱਥੇ ਕੀ ਕੀ ਖਰਾਬ ਹੋ ਰਿਹਾ ਤੁਹਾਨੂੰ ਨਹੀਂ ਪਤਾ ਇੱਕ ਮੈਮ ਮੈਂ ਪ੍ਰੋਬਲਮ ਦੇਖੀ ਬਈ ਜੜੀ ਮੈਨੂੰ 12ਵੇਂ ਸਾਲ ਜਾਂ 14ਵੇਂ ਸਾਲ ਚ ਪਤਾ ਲੱਗੇ ਹੈ ਚੀਜ਼ਾਂ ਹਾਂਜੀ ਉਹ 5ਵੇਂ ਸਾਲ ਦੇ ਬੱਚੇ ਨੂੰ ਪਤਾ ਲੱਗ ਰਹੀਆਂ ਮੈਂ ਕਿਹਾ ਯਾਰ ਮੈਂ ਤਾਂ ਇਹ 15 ਇਅਰ ਦਾ ਸੀ ਉਦੋਂ ਪਤਾ ਲੱਗੀ ਸੀ ਇਹ ਗੱਲ ਰਾਈਟ ਕੋਈ ਵੀ ਗੱਲ ਹੋ ਸਕਦੀ ਹੈ ਓ ਉਹ 6 ਸਾਲ ਦੇ ਬੱਚੇ ਨੂੰ ਪਤਾ ਲੱਗ ਰਹੀ ਹੈ ਮੈਂ ਕਿ ਇਹ ਬਹੁਤ ਜਲਦੀ ਨਹੀਂ ਮਚਰ ਹੋਈ ਜਾਂਦੇ ਆ ਦੇਖ ਕੇ ਰੀਲਾਂ ਵੀ ਬਿਲਕੁਲ ਬਿਲਕੁਲ ਮੈਚਿਉਰਿਟੀ ਆ ਰਹੀ ਹੈ ਔਰ ਉਹ ਕਿਤੇ ਤੁਹਾਡਾ ਮੈਂਟਲ ਸਟਕ ਵੀ ਹੋ ਰਿਹਾ ਹੈ ਫਿਰ ਤੁਸੀਂ ਉਹਨਾਂ ਹੀ ਚੀਜ਼ਾਂ ਨੂੰ ਆਪਾਂ ਰੀਲ ਦੇਖਦੇ ਆ ਨਾ ਇੱਕ ਤਰੀਕ ਦੇ ਨਾਲ ਸਕਰੋਲ ਕਰਦੇ ਰਹਿੰਦੇ ਆ ਉਦੋਂ ਦੀ ਆਉਂਦੀ ਰਹਿੰਦੀ ਹੈ ਨਾ ਤੇ ਸੋਚੋ ਬੱਚੇ ਦੇ ਮਾਈਂਡ ਤੇ ਕੀ ਇਫੈਕਟ ਹੋ ਰਿਹਾ ਹੈ ਅਸੀਂ ਕੀ ਕਰਦੇ ਆ ਜਦੋਂ ਬੱਚਾ 9th 10th ਚ ਆਉਂਦਾ ਹੈ ਨਾ ਉਦੋਂ ਯਾ ਇਵਨ 11th 12th ਅਸੀਂ ਕਹਿੰਦੇ ਕਿ ਹੁਣ ਨਾ ਮੈਨੂੰ ਆਈ ਸ਼ੁੱਡ ਸਪੀਕ ਟੂ ਹਿਮ অর ਹਰ ਜਦੋਂ ਉਹਨੂੰ ਪ੍ਰੋਬਲਮ ਸੀ ਹੈਨਾ ਉਹਨੂੰ ਤੁਹਾਡੀ ਲੋਡ ਸੀ ਕਿ ਜਦੋਂ ਇਸ ਮਤਲਬ ਆਪਣੇ ਪ੍ਰੋਬਲਮ ਛੋਟੇ ਛੋਟੇ ਪ੍ਰੋਬਲਮਸ ਹੁੰਦੀਆਂ ਉਹਨਾਂ ਦੀਆਂ ਕਿ ਸਕੂਲ 'ਚ ਕਿਸੇ ਨੇ ਕਹਿਤਾ ਕੁਝ ਹੈਨਾ ਕਿ ਉਹਨੂੰ ਕਿਸੇ ਫਰੈਂਡ ਨੇ ਬੁਲੀ ਕਰਤਾ ਤੁਸੀਂ ਉਦੋਂ ਸੁਣਨ ਵਾਸਤੇ ਸੀ ਨਹੀਂ ਹੈਨਾ ਇੱਕ ਮੈਂ ਹੋਰ ਆਪਣੇ ਕਲੈਂਟਸ ਨੂੰ ਕਹਿੰਨੀ ਹੁਨੇ ਕਿ 9 ਮਿੰਟ ਥੈਰੇਪੀ 9 ਮਿੰਟ ਥੈਰੇਪੀ ਓਕੇ ਓ ਕੀ ਹੈ ਜਿਹੜੇ ਛੋਟੇ ਬੱਚੇ ਆ ਨਨ ਜੀ ਜੀ ਆਪਾਂ ਕਹਿਦੀ ਕਿ ਟਿਲ ਆ 6 ਤੋਂ 7 ਕਲਾਸ ਤੱਕ ਬਹੁਤ ਵਧੀਆ ਕੰਮ ਕਰਦੀ ਹੈ ਜਦੋਂ 3 ਮਿੰਟ ਤੁਸੀਂ ਉਹਨੂੰ ਉਠਾਉਣ ਤੋਂ ਪਹਿਲਾਂ ਉਠਾਉਣੇ ਹਨ ਐਨ ਕੀ ਉੱਠ ਜਾਓ ਲੇਟ ਹੋ ਗਏ ਹੋ ਤੁਸੀਂ ਤਾਂ ਰੋਜ਼ ਹੀ ਐਸਾ ਕਰਦੇ ਹੋ ਇਸ ਤਰੀਕੇ ਨਾਲ ਨਹੀਂ 3 ਮਿੰਟ ਉਹਨਾਂ ਨੂੰ ਦੋ ਉਹਦੋਂ ਆਰਾਮ ਨਾਲ ਉਠਾਓ ਖੁਦ ਉੱਠਣਾ ਨਾ 15 ਮਿੰਟ ਹੋਰ ਪਹਿਲਾਂ ਉੱਠ ਜਾਓ ਜੀ ਲੇਕਿਨ ਅਸੀਂ ਅਸੀਂ ਖੁਦ ਪੈਨਿਕ ਕਰ ਰਹੇ ਹੁੰਦੇ ਉਹਦੀ ਮਾਈਂਡ ਤੇ ਤਾਂ ਬਹੁਤ ਫਰਕ ਪੈਂਦਾ 3 ਮਿੰਟ ਤੁਸੀਂ ਸਵੇਰੇ ਦਿੱਤੇ 3 ਮਿੰਟ ਜਦੋਂ ਉਹ ਸਕੂਲ ਤੋਂ ਵਾਪਸ ਆਏ ਉਹਨੂੰ ਸੁਣੋ ਕੀ ਹਾਉ ਵਾਸ ਯਰ ਡੇ ਉਹ ਤੁਹਾਨੂੰ ਦੱਸੇਗਾ ਉਹਦੀ ਇੱਕ ਹੈਬਿਟ ਬਣੇਗੀ ਤੁਹਾਡੀ ਬੌਂਡਿੰਗ ਤੁਹਾਡਾ ਕਨੈਕਸ਼ਨ ਬਣੇਗਾ ਉਹਦੇ ਨਾਲ yes ਤੇ 3 ਮਿੰਟ ਉਹਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਿ ਤੁਸੀਂ ਉਹਨੂੰ ਚੰਗੀ ਤਰ੍ਹਾਂ ਉਹਦੇ ਸਿਰ ਤੇ ਹੱਥ ਫੇਰਿਆ ਹੈ ਨਾ ਜੇ ਆਪਾਂ ਪਾਠ ਕਰਦੇ ਹਾਂ ਤੇ ਉਹਨੂੰ ਚੰਗੀ ਵਾਈਬ੍ਰੇਸ਼ਨਸ ਨਾਲ ਸੁਮਾਉਣਾ ਆਨੇ ਕਿ ਟੀਵੀ ਆਫ ਸਭ ਕੁਛ ਆਪ ਵੀ ਸੋ ਜਾਓ ਬੱਚਾ ਨਹੀਂ ਸੌ ਪਾਏਗਾ ਨਾ ਆਪਾਂ ਸੌ ਪਾਨੇ ਆ ਜੀ 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 ਤੇ ਤੁਸੀਂ ਉਹਨੂੰ ਇੱਕ ਅੱਛਾ ਕਾਮਿੰਗ ਪ੍ਰੋਟੈਕਟਿਵ এনवायरमेंट ਦਿੱਤਾ ਉਹ ਜ਼ਰੂਰੀ ਹੈ ਅਸੀਂ ਕੀ ਕਹਿੰਨੇ ਕਿ ਟਾਈਮ ਨਹੀਂ ਹੈ ਜੇ ਬੱਚਾ ਨਾ ਸੁਣਾਉਂਦਾ ਸਾਨੂੰ ਬਹੁਤ ਕੁਝ ਬਹੁਤ ਕੁਝ ਦੱਸਦਾ ਹੈ ਅਸੀਂ ਉਹਨੂੰ ਇਨੈਗਲੈਕਟ ਕਰ ਦਿੰਨੇ ਆ ਜੀ ਜੀ ਹੈ ਨਾ ਕਿ ਕੋਈ ਨਾ ਬਾਅਦ ਵਿੱਚ ਬਤਾਨਾ ਉਹਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਫਿਰ ਉਹਨੂੰ ਅੱਗੇ ਜਾ ਕੇ ਪਤਾ ਨਹੀਂ ਕਿਹੜੇ ਕਿਹੜੇ ਮਤਲਬ ਸਟੇਜ ਫੋਬੀਆ ਜਿਹੜਾ ਕਿ ਜਿੰਨੂੰ ਕਹਿੰਨੇ ਆ ਨਾ ਬੱਚੇ ਡਰੇ ਜੇ ਰਹਿੰਦੇ ਆ ਪਤਾ ਨਹੀਂ ਕੀ ਕੁਝ ਚੀਜ਼ਾਂ ਸਾਡੀ ਥੋੜੀ ਜੀ ਇਗਨੋਰੈਂਸ ਨਾਲ ਪੈਦਾ ਹੋ ਜਾਂਦੀ ਹੈ ਤਾਂ ਹੀ ਕਰਕੇ ਚ ਪਹਿਲਾਂ ਤੁਸੀਂ ਕਹੋਗੇ ਕੁਝ ਕਿਉਂ ਨਹੀਂ ਸੀ ਨਾਨੀ ਦਾਦੀ ਮਤਲਬ ਜੁਆਇੰਟ ਫੈਮਿਲੀ ਹੁੰਦੇ ਸੀ ਨਾ ਕਿ ਅੱਜ ਦਾਦੀ ਕੋਲ ਸੌਂਗੇ ਉਹਨੇ ਸਟੋਰੀ ਸੁਣਾਈਆਂ ਅੱਜ ਕੱਲ ਕੋਣ ਸੁਣਾਉਂਦਾ ਹੈ ਆਪਾਂ ਵੀ ਸੁਣੀਆਂ ਹੁੰਗੀਆਂ ਬੜੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ ਹੈਨਾ ਤੇ ਉਹਨਾਂ ਦਾ ਕੀ ਸੀ ਕਿ ਉਹ ਪਾਠ ਕਰਨਾ ਵੀ ਸਿਖਾਉਂਦੇ ਹੁੰਦੇ ਸੀ ਜੀ ਹੈਨਾ ਤੇ ਉਹ ਇੱਕ ਇੱਕ ਉਹਨਾਂ ਦਾ ਉਹਨਾਂ ਨਾਲ ਅਟੈਚਮੈਂਟ ਦੂਜਾ ਹੈ ਕਿ ਬਹੁਤ ਸਾਰੇ ਜਾਨੇ ਹਨ ਹੁਣ ਉਹ ਬੱਚੇ ਨੂੰ ਕੀ ਲੱਗਦਾ ਹੈ ਕਿ ਕਿਤੇ ਨਾ ਕੋਈ ਤੇ ਅੰਦਰ ਚੱਲ ਰਿਹਾ ਹੈ ਕਿ ਆਈ ਏਮ ਅਲੋਨ ਕਿ Papa aur Mama ਜਿਹੜੇ ਉਹ ਬਿਜ਼ੀ ਹੈ ਮਤਲਬ ਉਹ ਮੈਨੂੰ ਨਹੀਂ ਸੁਣ ਸਕਦੇ ਇਸ ਤੱਕ ਉਹ ਜੂਝਦਾ ਰਹਿੰਦਾ 6th 7th class ਤੱਕ ਜਦੋਂ ਤੱਕ ਆਪਾਂ ਕਹਿੰਦੇ ਹਨ ਨਾ ਕਿ ਚਾਈਲਡਹੂਡ ਚੱਲ ਰਿਹਾ ਉਹਨਾਂ ਦਾ ਫਿਰ ਆਉਂਦਾ ਪ੍ਰੀ ਟੀਨ ਹੈਨਾ ਸੈਵਨਥ ਕਲਾਸ ਤੋਂ ਉਹਨਾਂ ਦਾ ਪ੍ਰੀ-ਟੀਨ ਸਟਾਰਟ ਹੋ ਜਾਂਦਾ ਹੈ। ਦੈਨ ਜਦੋਂ ਉਹ ਟੀਨੇਜ ਚ ਗਿਆ ਨਾਇਨਥ ਕਲਾਸ ਚ ਹੈਨਾ ਅਰਾਊਂਡ ਦਾ ਏਜ ਆਫ 13 ਟੂ 14 ইয়ার্স। ਉਦੋਂ ਉਹਨੇ ਤੁਹਾਨੂੰ ਐਕਸੈਪਟ ਨਹੀਂ ਕਰਨਾ। ਦੈਨ ਤੁਸੀਂ ਉਹਦੇ ਪਿੱਛੇ ਘੁੰਮੋਗੇ ਉਹਨੇ ਨਹੀਂ ਕਿਉਂਕਿ ਉਹਨੇ ਤੁਹਾਡਾ ਸਬਸਟੀਟਿਊਟ ਲੱਭ ਲਿਆ ਉਹਦੇ ਫਰੈਂਡਸ। ਤੇ ਫਰੈਂਡਸ ਲੱਭੇ ਆਫਕੋਰਸ ਬਹੁਤ ਜ਼ਰੂਰੀ ਹੈ। ਲੇਕਿਨ ਜ਼ਰੂਰੀ ਤੇ ਨਹੀਂ ਕਿ ਉਹਨੂੰ ਹਰ ਚੀਜ਼ ਚੰਗਾ ਗਾਈਡ ਕਰਨਗੇ। ਜੀ ਜੀ ਜੀ। ਹੈਨਾ ਫਿਰ ਉਹ ਪੀਅਰ ਪ੍ਰੈਸ਼ਰ ਵੀ ਆਏਗਾ ਹਰ ਕੋਈ ਕੰਮ ਕਰੇਗਾ ਤੇ ਤਾਂ ਹੀ ਬੌਂਡਿੰਗ ਬੜੀ ਜ਼ਰੂਰੀ ਹੈ ਫਿਰ ਅਸੀਂ ਕਹਿੰਨੇ ਆ ਕਿ ਹੋਣਾ ਮੈਨੂੰ ਸੁਣਦਾ ਨਹੀਂਗਾ ਕਿਉਂਕਿ ਤੁਸੀਂ ਉਹਨੂੰ ਵੀ ਤਾਂ ਨਹੀਂ ਸੁਣਿਆ ਨਾ ਜਦੋਂ ਸੁਣਾਉਣਾ ਚਾ ਰਹੀ ਸੀ ਛੋਟੇ ਛੋਟੇ ਬੱਚਿਆਂ ਦੀ ਬਹੁਤ ਪ੍ਰੋਬਲਮਸ ਹੁੰਦੀ ਹੈ ਮੇਰੇ ਕੋਲ ਬਹੁਤ ਸਾਰੇ ਕੇਸਿਸ ਆਨ ਦੇ ਹੈ ਮਤਲਬ ਚਾਈਲਡ ਅਬਿਊਜ਼ ਦੇ ਹੋਗੇ ਹੋਰ ਟੀਨੇਜ ਤੋਂ ਬਾਅਦ ਬਹੁਤ ਸਾਰੇ ਚੀਜ਼ਾਂ ਔਰ ਸੋਸ਼ਲ ਮੀਡੀਆ ਉਹਨੂੰ ਬਹੁਤ ਅਫੈਕਟ ਕਰ ਰਿਹਾ ਹੈ ਕਿਉਂਕਿ ਬੱਚੀਆਂ ਜਿਹੜੀਆਂ ਨੇ ਉਹ ਬੰਨਾ ਕੁਝ ਪ੍ਰੀਟੈਂਡ ਕੁਝ ਹੋਰ ਕਰ ਰਹੀਆਂ ਹੈ ਹੈਨਾ ਜੀ ਜੀ ਕਿਉਂ ਇਸ ਦੇ ਸਾਬ ਨਾਲ ਕਿ ਹਮ ਐਸੇ ਨਹੀਂ ਹੈ ਕਿ ਕਿਉਂ ਇਫੈਕਟ ਬਹੁਤ ਹੈ ਜੀ ਐਡਵਾਂਟੇਜਸ ਬਹੁਤ ਨਹੀਂ ਤੇ ਡਿਸਐਡਵਾਂਟੇਜਸ ਵੀ ਬਹੁਤ ਜ਼ਿਆਦਾ ਨਹੀਂ ਤਾਂ ਕਰਕੇ ਸਭ ਤੋਂ ਤੁਹਾਡਾ ਪੈਰੈਂਟਸ ਦਾ ਸਿਰਫ ਇੱਕੋ ਹੀ ਹੈ ਕਿ ਤੁਸੀਂ ਇਨਵੋਲਵ ਹੋਣਾ ਸ਼ੁਰੂ ਕਰੋ ਛੋਟੀ ਜੀ ਗੱਲ ਹੈ ਸਰ ਕੀਆ ਬਾਤ ਹੈ ਮੈਮ ਮੈਨੂੰ ਲੱਗਦਾ ਹੈ ਇਹ ਚੀਜ਼ਾਂ ਬਹੁਤ ਜ਼ਰੂਰੀ ਸੀ ਪਹੁੰਚਣੀ ਹੈ ਹਾਂਜੀ ਵੀ ਇੱਕ ਇੱਕ ਦੇ ਘਰੇ ਪਹੁੰਚਦੀਆਂ ਨੇ ਵੀ ਸੁਵੇਰੇ ਕੋਈ ਬੱਚੇ ਨੂੰ ਉਠਾਊਗਾ ਪਿਆਰ ਕਰੇ ਆਰਾਮ ਨਾਲ ਉਠਾਵੇ ਵੀ ਆਪ ਘਰੀ ਚ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਡਿਫਾਈਨ ਕਰਦੇ ਸਾਰਿਆਂ ਦੇ ਘਰ ਜੋ ਚੱਲਦਾ ਪਿਆ ਵਾ ਐਵੇਂ ਐਵੇਂ ਹੁੰਦਾ ਅਸੀਂ ਆਪ ਵੀ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਇਹ ਐਟਮੋਸਫੇਅਰ ਮਿਲੇ ਜੀ ਜੀ ਕੀ ਮੇਰਾ ਠੀਕ ਹੈ ਸਭ ਕੁਝ ਚੱਲਦਾ ਰਹਿਣਾ ਹੈ ਔਰ ਨਾ ਇੱਕ ਹੋਰ ਚੀਜ਼ ਹੈ ਮਦਰ ਦਾ ਜੜਾ ਨਾ ਦੇਖੋ ਮਦਰ ਔਰ ਫਾਦਰ ਦਾ ਮੈਂ ਨਹੀਂ ਜਨਰਲਾਈਜ਼ ਨਹੀਂ ਕਰ ਰਹੀ ਕਿ ਫਾਦਰ ਹੀ ਕਿਉਂ ਨਹੀਂ ਕੇਅਰ ਕਰ ਸਕਦੇ ਉਹ ਵੀ ਕਰ ਰਹੇ ਹੈ ਪਰ ਫਾਦਰ ਦਾ ਜਿਹੜਾ ਹੈ ਉਹਨੇ ਬਾਹਰ ਦਾ ਕੰਮ ਵੀ ਦੇਖਣਾ ਹੈ ਜੀ ਹੈ ਨਾ ਤੇ ਮਦਰ ਦਾ ਮੈਂ ਹੀ ਕਿਉਂ ਕਰੂੰ ਔਰ ਮੈਂ ਕਰ ਤੋ ਰਹੀ ਹਾਂ ਖਾਣਾ ਬਣਾ ਤੋ ਰਹੀ ਹਾਂ ਨਹੀਂ ਤੁਹਾਡਾ ਬੱਚੇ ਦੇ ਮੈਂਟਲੀ ਤੌਰ ਤੇ ਉਹਦੇ ਨਾਲ ਇਨਵੋਲਵ ਹੋਣਾ ਕਿ ਤੁਹਾਨੂੰ ਜਿਹੜੀ ਵੀ ਗੱਲ ਹੈ ਨਾ ਮਤਲਬ ਤੁਹਾਨੂੰ ਇੰਨਾ ਬੱਚੇ ਨੂੰ ਫ੍ਰੀ ਹੋਣਾ ਚਾਹੀਦਾ ਹੈ ਕਿ ਕੁਝ ਵੀ ਹੋਏ ਤੁਹਾਨੂੰ ਆ ਕੇ ਦੱਸ ਪਾਵੇ ਕੀ ਬਾਤ ਹੈ ਕੋਚਰੀ ਹੋਵੇ ਇੰਨਾ ਦੋਸਤ ਬਨ ਜੇ ਤਾਂ ਇੰਨਾ ਦੋਸਤ ਬਨ ਜੇ ਤੇ ਸਮਝੋ ਤੁਸੀਂ ਜਗ ਜਿੱਤ ਲਿਆ ਫਿਰ ਨਾ ਡਿਗਰੀਆਂ ਜਿਹੜੀਆਂ ਨਾ ਉਹ ਬੜਿਆ ਜ਼ਿਆਦਾ ਵੈਲਿਊ ਕਰਦੀਆਂ ਕਿ ਠੀਕ ਹੈ ਯਾਰ ਜੀ ਮੇਰਾ ਬੱਚਾ ਮੇਰੇ ਨਾਲ ਜੁੜਿਆ ਹੋਇਆ ਨਾ ਬਹੁਤ ਵਧੀਆ ਕੋਈ ਬੇਟੀ ਆ ਕੇ ਹਰ ਇੱਕ ਗੱਲ ਦੱਸਿਆ ਅੱਜ ਇਦਾਂ ਕਿਸੇ ਮੁੰਡੇ ਨੇ ਆ ਕੀਤਾ ਵੀ ਪੇਰੈਂਟਸ ਉਹਦੀ ਸਮਝ ਜਾਂਦੇ ਆ ਵੀ ਹਾਂ ਉਹਦੀ ਪ੍ਰੋਬਲਮ ਸੋਲਵ ਹਾਂ ਤੇ ਬਹੁਤ ਵਧੀਆ ਚੀਜ਼ ਹੈ ਬਿਲਕੁਲ ਉਹ ਇਨਵੋਲ ਹੋਣਾ ਤੁਹਾਨੂੰ ਸ਼ੁਰੂ ਤੋਂ ਸਟਾਰਟ ਕਰਨਾ ਪਊਗਾ 11th ਚ ਜਾ ਕੇ ਤੁਹਾਨੂੰ ਨਹੀਂ ਦੱਸੇਗੀ ਉਹ ਜੀ ਕਿਉਂਕਿ ਪਹਿਲਾਂ ਜਦੋਂ ਦੱਸਣਾ ਜਾ ਰਹੀ ਸੀ ਉਦੋਂ ਤੁਸੀਂ ਸੁਣਿਆ ਨਹੀਂ ਤੁਸੀਂ ਉਦੋਂ ਜੱਜਮੈਂਟ ਦੇ ਤੁਸੀਂ ਆਪਣੇ ਉਹਦੇ ਚ ਕਿ ਐਸਾ ਤੋਂ ਨਹੀਂ ਹੋਤਾ ਹਮਾਰੇ ਟਾਈਮ ਪਰ ਨਹੀਂ ਇੱਕ ਦੂਜੀ ਗੱਲ ਜਿਹੜੀ ਤੁਸੀਂ ਹੋਰ ਕਹੀ ਸੀ ਕਿ ਲੇਬਲ ਕਰਨਾ ਬੱਚੇ ਨੂੰ ਜੀ ਇਹ ਨਾਲ ਜ਼ਿਆਦਾ ਉਹਦੇ ਮੈਂਟਲ ਲੈਵਲ ਤੇ ਫਰਕ ਪਾਉਂਦਾ ਹੈ ਤੂੰ ਤੋਂ ਨਿਕੰਮਾ ਹੈ ਜੀ ਇਹ ਜ਼ਰੂਰੀ ਨਹੀਂ ਕਿ ਗਵਰਨੀਆਂ ਦੇ ਬੱਚੇ ਨਾਲ ਚੱਲ ਰਿਹਾ ਹੋਏ ਆਪਣੇ ਬੱਚੇ ਨਾਲ ਵੀ ਚੱਲਦਾ ਹੈ ਬਹੁਤ ਫਰਕ ਪੈਂਦਾ ਦੋਨੋਂ ਬੱਚੇ ਅਲੱਗ ਹੈ ਠੀਕ ਹੈ ਬੋਧ ਦੇ ਲੈ ਕੇ ਆਉਣੇ ਹਨ ਤੂੰ ਹੈਨਾ ਸੇਮ এনवायरमेंट ਹੈ ਸਾਰਾ ਕੁਝ ਸੇਮ ਹੈ ਲੇਕਿਨ ਉਹਨਾਂ ਦੀ ਗਰੋਥ ਜਿਹੜਾ ਹੈ ਉਹ ਅਲੱਗ-ਅਲੱਗ ਹੁੰਦੀ ਹੈ ਨਾ ਇੱਕ ਵੱਡਾ ਹੋਇਆ ਇੱਕ ਤਾਂ ਇੱਕ ਅਲੱਗ ਟਾਈਮ ਨਾਲ ਵੱਡਾ ਹੋ ਰਿਹਾ ਹੈ ਸੇਮ ਬੱਚੇ ਵੀ ਤੇ ਹੈ ਨਾ ਤੁਸੀਂ ਉਹਨੂੰ ਕਹੀ ਜਾਣਾ ਕਿ ਉਹ ਦੇਖ ਵੋ ਇਤਨਾ ਅੱਛਾ ਕਰ ਰਹੀ ਹੈ ਤੂੰ ਤਾਂ ਕੁਝ ਨਹੀਂ ਕਰ ਪਾ ਰਾ ਤੂੰ ਤਾਂ ਹੈ ਹੀ ਬਕਾਰ ਤੂੰ ਤਾਂ ਹੈ ਹੀ ਨਿਕੰਮਾ ਉਹ ਬੱਚੇ ਦੇ ਸਬਕੌਂਸ਼ੀਅਸ ਮਾਈਂਡ 'ਚ ਇਹ ਨਾ ਹੁੰਦੀ ਰਹਿੰਦੀ ਰੀਲ ਚੱਲਦੀ ਰਹਿੰਦੀ ਹੈ ਤੇ ਉਹ ਆਪਣੇ ਆਪ ਨੂੰ ਇਹ ਸਮਝਣੇ ਲੱਗ ਪੈਂਦਾ ਕਿ ਮੈਂ ਤੇ ਹਾਂ ਹੀ ਨਹੀਂ ਕਿਸੇ ਕੰਮ ਦਾ ਜਿਹੜੇ ਆਪਾਂ ਅੱਜਾਂ ਜਰੂਰੀ ਤਾਂ ਨਹੀਂ ਸੀ ਕਿ ਮੈਂ ਵੀ ਆਪਣੇ ਬਚਪਨ 'ਚ ਬਹੁਤ ਮੈਨੂੰ ਪਤਾ ਸੀ ਕਿ ਮੈਂ ਕਮਾਂ ਜਾਣਾ ਲੇਕਿਨ ਮੇਰੇ ਪੈਰੈਂਟਸ ਨੇ ਕਦੀ ਮੈਨੂੰ ਐਦਾਂ ਨਹੀਂ ਕਿਹਾ ਹੈਨਾ ਤੇ ਜਿਹੜੇ ਪੈਰੈਂਟਸ ਆ ਬੋਲਦੇ ਰਹਿੰਦੇ ਆ ਨਾ ਉਹਨਾਂ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਆਪਣੇ ਘਰੇ ਹੀ ਕੰਪੀਟੀਸ਼ਨ ਭੈਣ ਭਰਾ ਆਪਸ 'ਚ ਲੜਾਈ ਜਾਂਦੇ ਪੌਦਾ ਲੱਗ ਜਾਂਦਾ ਨਾ ਬਿਚ ਰੀ ਸਿਸਟਰ ਤਾਂ ਇਨੀ ਐਜੂਕੇਟਡ ਆ ਉਹ ਵਧੀਆ ਵਾ ਉਹਦੇ 'ਚ ਕੁਝ ਹੋਰ ਕੁਆਲਿਟੀਆਂ ਹੋਣੀਆਂ ਜਿਹੜੇ ਤੁਸੀਂ ਆਨ ਹੀ ਨਹੀਂ ਦੇ ਰਹੇ ਸਾਹਮਣੇ ਹਰ ਬੱਚਾ ਜਿਹੜਾ 98% ਪਾਸ ਤੇ ਪੈਦਾ ਨਹੀਂ ਹੋਇਆ। ਕੀ ਆ ਬਾਤ ਹੈ ਮੈਂ? ਲੋ ਆਪਾਂ ਚਾਹੁੰਨੇ ਆ ਕਿ ਮੇਰਾ ਬੱਚਾ ਤੇ ਡਾਕਟਰ ਬਣੇ। ਹੈਨਾ? ਇੰਜੀਨੀਅਰ ਬਣੇ ਜਾਂ ਬਿਲਕੁਲ ਟਾਪ ਰੈਂਕ ਤੇ ਪਹੁੰਚੇ। ਜਿਹੜੀ ਨਾ ਕਿਤੇ ਆ ਸਭ ਜੀ ਆਪਾਂ ਸਾਈਕੋਲੋਜੀਕਲ ਗੱਲ ਕਰੀਏ ਤੇ ਆ ਆਪਣੀ ਨਾ ਕਿਤੇ ਨਾ ਕਿਤੇ ਕੁਝ ਸਪਰੈਸ ਹੋਇਆ ਹੁੰਦਾ। ਆਪਾਂ ਕਰ ਨਹੀਂ ਪਾਏ ਤੇ ਉਹ ਬੱਚੇ ਚ ਦੇਖਦੇ ਆ ਕਿ ਇਹਨੇ ਹੁਣ ਕਰਨਾ ਹੈ। ਹਮ ਬੱਚੇ ਦਾ ਦੇਖੋ ਉਹਦਾ ਮੈਂਟਲ ਲੈਵਲ ਕੀ ਹੈ ਤੁਹਾਨੂੰ ਸਿਰਫ ਨਾ ਉਹਦੇ ਨਾਲ ਖੜੇ ਹੋਣਾ ਹੈ ਕਰ ਉਹਨੇ ਲੈਣਾ ਹੀ ਹੈ ਜੀ ਕਰ ਲੈਗ ਔਰ ਬਹੁਤ ਅੱਛਾ ਕਰੇਗਾ ਜਿਤ ਪਹਿਲਾਂ ਹੀ ਉਹਨੂੰ ਇਹੀ ਕਹੀ ਜਾਓਗੇ ਨਾ ਕਿ ਕੁਝ ਨਹੀਂ ਕਰ ਸਕਦਾ ਵਾਈਬ੍ਰੇਸ਼ਨਸ ਹੈ ਜਿਵੇਂ ਆਪਾਂ ਕਿਹਾ ਪlant ਨੂੰ ਵੀ ਕਹਿੰਦੇ ਕਹਿੰਦੇ ਰੋ ਬਕਾਰ ਹੈ ਬਕਾਰ ਹੈ ਉਹਦੇ ਤੇ ਫਰਕ ਪੈਂਦਾ ਸੜ ਜਾਂਦਾ ਹੋ ਜਾਏਗਾ ਸੜ ਜਾਂਦਾ ਜੀ ਸੇਮ ਸੇਮ ਮਾ ਜਿਹੜਾ ਚੀਜ਼ ਹੈ ਜਿਹੜੇ ਆਪਾਂ ਹੁਣੇ ਆ ਲਈਏ ਜਿਹੜਾ ਹੁਣੇ ਨੀਡ ਦਾ ਐਗਜ਼ਾਮ ਹੋਇਆ ਹਾਂਜੀ ਹੈਨਾ ਜੀ ਹੁਨੇ ਤੁਸੀਂ ਇਹ ਸੋਚੋ ਕਿੰਨੇ ਬੱਚਿਆਂ ਦਾ ਹੈਨਾ ਨਾਲ ਹੀ ਉਹਨਾਂ ਦੇ ਪੇਰੈਂਟਸ ਦਾ ਟਾਈਮ ਕੀ ਫਾਈਨੈਂਸ਼ੀਅਲ ਕੀ ਸਭ ਕੁਝ ਜੁੜਿਆ ਹੋਇਆ ਹੈਨਾ ਕੀ ਉਹਨਾਂ ਨੇ ਕੀ ਕੁਝ ਡਿਵੋਟ ਨਹੀਂ ਕੀਤਾ ਉਹਦੇ ਲਈ ਤੇ ਉਹਨਾਂ ਨੂੰ ਰਿਜ਼ਲਟ ਕੀ ਮਿਲਿਆ ਇਹੋ ਜੀ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕੀਤਾ ਜਾਵੇ ਹੈਨਾ ਤੇ ਉਹਦੇ ਤੇ ਕਿ ਪੇਰੈਂਟਸ ਬੱਚਿਆਂ ਦਾ ਸਾਥ ਦੇਣ ਬਹੁਤ ਜ਼ਿਆਦਾ ਉਹ ਮੰਨਦੇ ਆ ਕਿ ਤੁਹਾਨੂੰ ਬਹੁਤ ਸਟ्रेस ਹੈ ਕਿਉਂਕਿ ਤੁਹਾਡਾ ਵੀ ਉਹਨੇ ਹੀ ਇਮੋਸ਼ਨਸ ਕੀ ਫਾਈਨੈਂਸ਼ੀਅਲ ਸਭ ਕੁਝ ਇਨਵੈਸਟ ਕੀਤਾ ਹੈ ਲੇਕਿਨ ਬੱਚਾ ਤੁਸੀਂ ਵੱਡੇ ਹੋ ਨਾ ਬੱਚਾ ਤੁਹਾਡਾ ਆਪਣਾ ਹੈ ਇਹ ਸਭ ਤੋਂ ਪਹਿਲਾਂ ਇਹ ਜਾਣ ਲਓ ਇਹ ਲਾਈਫ ਦਾ ਲਾਸਟ ਐਗਜ਼ਾਮ ਨਹੀਂ ਸੀ ਕੋਈ ਵੀ ਐਗਜ਼ਾਮ ਨਾ ਮੰਨ ਲਾਸਟ ਐਗਜ਼ਾਮ ਨਹੀਂ ਹੁੰਦਾ ਉਸ ਤੋਂ ਬਾਅਦ ਤੁਸੀਂ ਤੇ ਆਪਣੇ ਆਪ ਨੂੰ ਛੱਡ ਹੀ ਦਿੱਤਾ ਨਾ ਮੰਨ ਲਓ ਤੁਸੀਂ ਕਿਹਾ ਕਿ ਤੂੰ ਕਰ ਹੀ ਨਹੀਂ ਪਾਇਆ ਯਾਉ ਬੱਚੇ ਦਾ ਮੈਂਟਲ ਇੰਨਾ ਜ਼ਿਆਦਾ ਸਟ्रेस ਹੋ ਗਿਆ ਕਿ ਉਹ ਉਹਨੇ ਸੋਚਿਆ ਕਿ ਅੱਗੇ ਤਾਂ ਕੁਝ ਹੈ ਹੀ ਨਹੀਂ ਪਰ ਸਭ ਤੋਂ ਪਹਿਲਾਂ ਉਹਦਾ ਨਾ ਇਹ ਜਿਹੜਾ ਆ ਕੋਈ ਥੌਟਸ ਆਉਂ ਨੀ ਇਹ 네ਗੇਟਿਵ ਥੌਟਸ ਆ ਕਿ ਇੱਕ ਨਾ ਟਾਈਮ ਡਿਊਰੇਸ਼ਨ ਹੁੰਦਾ ਹੈ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਜਿਹੜੇ 10 ਮਿੰਟਸ ਦਾ ਟਾਈਮ ਹੁੰਦਾ ਹੈ ਓਕੇ ਹਾਂਜੀ ਜੇ ਤੁਸੀਂ 10 ਮਿੰਟਸ ਆਪਣੇ ਡਿਸਟਰੈਕਟ ਕਰ ਲੇ ਯੂਅਰ ਲਾਈਫ ਵਿਲ ਬੀ ਸੇਵਡ ਕਿ 10 ਮਿੰਟਸ ਕਿਵੇਂ ਸੇਵ ਕਰੋਗੇ ਉਦੋਂ ਤੁਹਾਨੂੰ ਇਹੋ ਜਿਹੇ ਖਿਆਲ ਆਉਣਗੇ ਕਿ ਮਤਲਬ ਅੱਗੇ ਕੁਝ ਹੈ ਹੀ ਨਹੀਂ ਜਿੱਦਾਂ ਦੋ ਬੱਚਿਆਂ ਨੇ ਸੁਸਾਇਸਾਈਡ ਅਟੈਂਪਟ ਕਰ ਲਿਆ ਹਾਂਜੀ 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 ਸੋਚੋ ਮਤਲਬ ਉਹਨਾਂ ਦੇ ਪੇਰੈਂਟਸ ਤੇ ਕੀ ਉਹ ਤੇ ਵਿਚਾਰੀਆਂ ਨੇ ਜਾਨ ਦੇ ਦਿੱਤੀ ਔਰ ਇਹੋ ਜਿਹੇ ਬੜੇ ਹੋਰ ਬੱਚੇ ਹੋਣਗੇ ਜਿਨ੍ਹਾਂ ਦਾ ਮੈਂਟਲ ਸਟ्रेस ਲੈਵਲ ਇੰਨਾ ਜ਼ਿਆਦਾ ਚੱਲ ਰਿਹਾ ਹੈ ਤੇ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਉਹਨਾਂ ਦਾ ਸਾਥ ਦੇਣਾ ਪਏਗਾ ਕਿਉਂਕਿ ਉਹ ਫਸਟ ਤੇ ਉਹ ਹੀ ਨੇ ਨਾ ਉਹਨਾਂ ਨੂੰ ਦੱਸਣਾ ਪੈਗਾ ਕਿ ਆਪਨੇ ਆਪਣਾ ਕਰ ਲਿਆ ਜਦੋਂ ਵੀ ਸਾਡੇ ਬੱਚੇ ਵੀ ਐਗਜ਼ਾਮ ਦੇਣ ਜਾਣੇ ਨਾ ਸੀ ਕਹਿੰਦੇ ਕਿ ਤੁਸੀਂ ਆਪਣਾ ਦੋ ਜੀ ਤੁਸੀਂ ਤਿਆਰੀ ਕੀਤੀ ਹੈ ਮਤਲਬ ਆਪਣੀ ਪ੍ਰੈਪਰੇਸ਼ਨ ਤੁਸੀਂ 100% ਦੇਣਾ ਹੈ ਰਿਜ਼ਲਟ ਜਿਹੜਾ ਮਰਜੀ ਆਏ ਆ ਤੁਹਾਨੂੰ ਬੱਚੇ ਨੂੰ ਇੰਸ਼ੋਰੈਂਸ ਦੇਣੀ ਪੈਗੀ ਪਹਿਲਾਂ ਕਿਉਂਕਿ ਆਪਾ ਕੀ ਕਹਨੇ ਕਿ ਦੇਖ ਤੇਰੇ ਤੇ ਇਤਨੇ ਖਰਚਾ ਹੋ ਗਿਆ ਦੇਖ ਤੇਰੇ ਤੇ ਤੇਰੇ ਲਈ ਮੈਂ ਇਹ ਛੋੜ ਦਿਆ ਦੇਖ ਤੇਰੇ ਲਈ ਬੱਚੇ ਦੇ ਅੰਦਰ ਚੱਲ ਰਿਹਾ ਹੁੰਦਾ ਸੋਚ ਰਿਹਾ ਉਨੇ 2 ਸਾਲ ਪੈਰੈਂਟਸ ਨੇ 4 ਸਾਲ ਲਾਇਨੇ 2 ਸਾਲ ਡ੍ਰੌਪ ਕਰਾਇਆ ਹੈ ਨਾ 2 ਸਾਲ ਪ੍ਰੈਪਰੇਸ਼ਨ ਲਈ ਸਾਰੇ ਦੇ ਸਾਰੇ ਇੰਨੇ ਖਰਚੇ ਕੀਤੇ ਨੇ ਮੈਂ ਮੰਨਦੀ ਹਾਂ ਤੁਸੀਂ ਖਰਚੇ ਕਰ ਰਹੇ ਹੋ ਸਭ ਕੁਝ ਕਰ ਰਹੇ ਹੋ ਲੇਕਿਨ ਬੱਚਾ ਵੀ ਤਾਂ ਛੋਟਾ ਹੈ ਨਾ ਉਹਦੇ ਮਾਈਂਡ ਲੈਵਲ ਤੇ ਹੁਣ ਕੀ ਕਰ ਲਾਂਗੇ ਆਪਾਂ ਹੁੰਤੇ ਉਹਨੇ ਆਪਣੀ ਲਾਈਫ ਦੇ ਦਿੱਤੀ ਜੀ ਜੀ ਅਹੀ ਆਪਾਂ ਪਹਿਲਾਂ ਸੰਭਾਲਿਆ ਹੁੰਦਾ ਕਿ ਉਹਨੂੰ ਦੱਸਣਾ ਹੈ ਕਿ ਬੇਟਾ ਕਰਨਾ ਹੈ ਐਸਾ ਨਹੀਂ ਹੈ ਕਿ ਲਾਸਟ ਐਗਜ਼ਾਮ ਹੈ ਤਾਂ ਦਿਖ ਨਾ ਵਧੀਆ ਤਰ੍ਹਾਂ ਕਰ ਪਾਏਗਾ ਅੱਛਾ ਮੈਮ ਕਾਫੀ ਵਾਰ ਆਇਆ ਹੁੰਦਾ ਕਾਫੀ ਸਾਰੇ ਮੈਂ ਵੀ ਡਾਂਸਿੰਗ ਕੋਚਿੰਗ ਕਰਦਾ ਸੀ ਡਾਂਸ ਸਿਖਾਉਂਦਾ ਸੀ ਕੋਈ ਬੱਚਾ ਬਹੁਤ ਐਕਟਿਵ ਹੁੰਦਾ ਸੀ ਕੋਈ ਬੱਚਾ ਨਾ ਘਰੋਂ ਹੀ ਮਾਇੂਸ ਹੋਣਾ ਉਹਨੇ ਬਸ ਕੁਝ ਗਲਤ ਬੋਲੀ ਜਾਣਾ ਜਾਂ ਮਾਰ ਹੀ ਦੇਣਾ ਵੀ ਇੰਨੀ ਐਨੇ ਕੁ ਜ਼ਿਆਦਾ ਉਹ ਵਾਇਲੈਂਟ ਹੋ ਜਾਂਦੇ ਆ ਕੀ ਬੱਚੇ ਵੀ ਬੱਚੇ ਲਗ ਲਗ ਨੇ ਬਿਹੇਵੀਅਰ ਚ ਐਨੇ ਚੇਂਜਸ ਕਿਵੇਂ ਆ ਜਾਂਦੇ ਆ ਵੀ ਕੋਈ ਬਿਲਕੁਲ ਹੀ ਸਾਇਲੈਂਟ ਆ ਬਈ ਬਹੁਤ ਕੌਨਫੀਡੈਂਸ ਹੀ ਨਹੀਂ ਹੈਗਾ ਬੋਲਣ ਦਾ ਕੁਝ ਬਹੁਤ ਐਕਟਿਵ ਨੇ ਪ੍ਰੋਐਕਟਿਵ ਨੇ ਇਹ ਵਰੀ ਕਰਦਾ ਪੇਰੈਂਟਿੰਗ ਤੇ ਪੈਰੈਂਟਿੰਗ ਤੇ ਵੀ ਕਰਦਾ ਹੈ ਕਈ ਵਾਰੀ ਇਹ ਹੈ ਕਿ ਬਿਲਕੁਲ ਹੀ ਜੇ ਬੱਚਾ ਕੁਝ ਬਿਲਕੁਲ ਹੀ ਅਲੱਗ ਹੈ ਹੈਨਾ ਜਿਵੇਂ ਆਪਾਂ ਉਹਨੂੰ ਬਿਲਕੁਲ ਏ ਡੀ ਐਚ ਡੀ ਦਾ ਬੱਚਾ ਹੈ ਕਿ ਕੁਝ ਡਿਸਆਰਡਰ ਤਾਂ ਨਹੀਂ ਹੈ ਉਹਨੂੰ ਸਪੈਸ਼ਲ ਚਾਈਲਡ ਵਾਲੇ ਜੀ ਤਾਂ ਨਹੀਂ ਹੈ ਉਹ ਅਲੱਗ ਕੈਟੇਗਰੀਜ਼ ਹੈ ਹੈਨਾ ਤੇ ਜੇ ਨਾਰਮਲ ਬਿਹੇਵੀਅਰ ਬੱਚਾ ਹੈ ਉਹ ਆਲ ਆਫ ਅ ਸਰਟਨ ਕੁਝ ਐਦਾਂ ਦਾ ਅਗਰੈਸਿਵ ਬਿਹੇਵੀਅਰ ਕਰਨ ਲੱਗ ਗਿਆ ਹੈ ਜਾਂ ਅਬਿਊਜ਼ਿੰਗ ਕਰਨ ਲੱਗ ਗਿਆ ਹੈ ਉਹਦੇ ਪਿੱਛੇ ਦਾ ਕਾਰਨ ਜਾਨਣਾ ਪੈਂਦਾ ਹੈ ਕੀ ਕਿਤੇ ਉਹ ਦੇ ਘਰ ਤੇ ਮਤਲਬ ਜੀ ਜਾਂ ਤਾਂ ਉਹ ਦੇ ਘਰੇ ਜਾਂ ਉਹ ਦੇ ਪੀਅਰ ਗਰੁੱਪ ਚ ਕੋਈ ਇਹੋ ਜਿਹਾ ਚੱਲਤਾ ਨਹੀਂ ਰਿਹਾ ਜਿਹਦੇ ਨਾਲ ਉਹ ਸਟ੍ਰੈਸ ਹੈ ਜਾਂ ਕੁਛ ਆ ਸਿੱਖ ਰਿਹਾ ਇਹੋ ਜਿਹਾ ਤੇ ਉਹ ਦੇਖਣਾ ਪਏਗਾ ਫਿਰ ਜੇ ਕੁਝ ਵੀ ਨਹੀਂ ਇਹੋ ਜਿਹਾ ਆਲ ਆਫ ਅ ਸੱਡਨ ਐਦਾਂ ਕਿ ਗੋਸ ਟੀਵੀ ਤੋਂ ਉਹ ਨਹੀਂ ਦੇਖ ਰਿਹਾ ਟੀਵੀ ਬਸ ਤੇ ਅਲੱਗ ਹੈ ਕਿ ਉਹਨੂੰ ਉਹਦੀ ਕਿਵੇਂ ਉਹਦੀ ਡੀਟੌਕਸੀਫਿਕੇਸ਼ਨ ਕਿੱਦਾਂ ਕੀਤੀ ਜਾਵੇ ਲੇਕਿਨ ਇਹ ਅਬ ਬਿਹੇਵੀਅਰ ਆਪਾਂ ਸੁਧਾਰੀਏ ਕਿਵੇਂ ਕਿ ਮੰਨ ਲਓ ਉਹ ਵੱਡਿਆਂ ਦੇ ਰਿਸਪੈਕਟ ਨਹੀਂ ਕਰਦਾ ਜੀ ਤਾਂ ਦੀ ਤੁਹਾਨੂੰ ਲੱਗਿਆ ਕਿ ਆ ਮਤਲਬ ਕਿਸੇ ਨੂੰ ਵੇਸ਼ ਹੀ ਨਹੀਂ ਕਰਦਾ ਕੁਝ ਇਹੋ ਜਿਹੀ ਚੀਜ਼ਾਂ ਹੈ ਹੋਮਵਰਕ ਕੰਪਲੀਟ ਨਹੀਂ ਕਰ ਰਿਹਾ ਹੈਨਾ ਆ ਖੇਡਣ ਨੂੰ ਬਹੁਤ ਟਾਈਮ ਚਾਹੀਦਾ ਇਹਨੂੰ ਹੈਨਾ ਤੇ ਆ ਸਾਰੀਆਂ ਚੀਜ਼ਾਂ ਨਾ ਛੋਟਾ ਜਿਹਾ ਇੱਕ ਆਪਾਂ ਇੱਕ ਆਪਣੇ ਆਪ ਵੀ ਸੋਲੂਸ਼ਨ ਕਰ ਸਕਦੇ ਹਾਂ ਦਾ ਹਰ ਇੱਕ ਪੇਰੈਂਟ ਕਰ ਸਕਦਾ ਹੈ ਇੱਕ ਚਾਰਟ ਬਣਾਇਆ ਉਹਦੇ ਚ ਰੀਨਫੋਰਸਮੈਂਟ ਹੁੰਦੀ ਹੈ ਓਕੇ ਸਭ ਤੋਂ ਪਹਿਲਾਂ ਨਾ ਪਨਿਸ਼ਮੈਂਟ ਬਾਰੇ ਜਾਣਨੇ ਆ ਆਪਾਂ ਕਿ ਆਪਾਂ ਪਨਿਸ਼ ਕਿਵੇਂ ਕਰਨਾ ਹੈ ਪनिश्डਮੈਂਟ ਨਹੀਂ ਕਰਨੀ ਹੈ ਰਿਨਫੋਰਸਮੈਂਟ ਦੇਣੀ ਹੈ ਨੈਗੇਟਿਵ اور ਪੋਜ਼ਿਟਿਵ ਦੋਨੋਂ ਹੁੰਦੀ ਹੈ ਓਕੇ ਉਹ ਚਾਰਟ ਕੀ ਕੀਤਾ ਤੁਸੀਂ ਐਕਟੀਵਿਟੀਆਂ ਲਿਖ ਲਈਆਂ ਹੈਨਾ ਕਿ ਐਕਟੀਵਿਟੀਆਂ ਲਿਖੀਆਂ ਕਿ ਉਹਦਾ ਚੰਗਾ ਬਿਹੇਵੀਅਰ ਵਾਸਤੇ ਉਹਨੂੰ ਤੁਸੀਂ ਟਿਕ ਕਰਦੇ ਰਹਿਣਾ ਹੈ ਰਾਈਟ ਕੀਤਾ ਚੰਗਾ ਬਿਹੇਵੀਅਰ ਐਂਡ ਜਿਹੜੇ ਤੁਸੀਂ ਬਿਹੇਵੀਅਰ ਚੇਂਜ ਕਰਨਾ ਚਾਹੁੰਦੇ ਹੋ ਦੋਨੋਂ ਕਾਲਮ ਬਣਾ ਲਿਓ ਤੇ ਹੈਨਾ ਕਿ ਚੇਂਜ ਕੀ ਕੀ ਕਰਨਾ ਹੈ ਮੰਨ ਲਓ ਕਿ ਇਹ ਵਿਸ਼ ਨਹੀਂ ਕਰਦਾ ਇਹ ਅਬਿਊਜ਼ ਕਰਦਾ ਇਹਦਾ ਜਿਹੜੇ ਵਾਚਿੰਗ ਗਾਰਡਸ ਹਨ ਬਹੁਤ ਜ਼ਿਆਦਾ ਹੈ ਜੀ ਤੇ ਤੁਸੀਂ ਲਿਖਦੇ ਗਏ ਪੰਜ ਚੰਗੇ ਲਿਖੇ ਪੰਜ ਗਲਤ ਲਿਖੇ ਫਿਰ ਉਹਦਾ ਤੁਸੀਂ ਟਿਕ ਕਰਦੇ ਗਏ ਔਰ ਉਹਦਾ ਦੇਖਦੇ ਗਏ ਮੰਡੇ ਟਿਊਜ਼ਡੇ ਵੈਡਨਸਡੇ ਪੂਰਾ ਵੀਕ ਦਾ ਉਹ ਕਾਲਮਸ ਬਣਾਏ ਟਿਕ ਕਰਦੇ ਗਏ ਲਾਸ ਤੇ ਆ ਕੇ ਹਨਾ ਵੀਕਐਂਡ ਆ ਕੇ ਕਾਊਂਟ ਕੀਤਾ ਓਕੇ ਕਿ ਇਹਦੇ ਜਿਹੜੇ ਚੰਗੇ ਬਿਹੇਵੀਅਰ ਦੇ ਕਿੰਨੇ ਪੁਆਇੰਂਟਸ ਨੇ ਕਿੰਨੇ ਉਹ ਸਹੀ ਵਾਲੇ ਨੇ ਤੇ ਮਾੜੇ ਵਾਲੇ ਬਿਹੇਵੀਅਰ ਦੇ ਕਿੰਨੇ ਨੇ ਓਕੇ ਫਿਰ ਤੁਸੀਂ 네ਗੇਟਿਵ ਇਨਫੋਰਸਮੈਂਟ ਕੀ ਕਰਨਾ ਨੇਗੇਟਿਵ ਰੀਇਨਫੋਰਸਮੈਂਟ ਜੁ ਕੁੱਟਣ ਨੇ ਲੱਗ ਪੈਣਾ ਨੂੰ ਬੱਚੇ ਤੇ ਹੱਥ ਕਦੇ ਨਹੀਂ ਜੁਕਣਾ ਚਾਹੀਦਾ ਜਿਹੜਾ ਅਸੀਂ ਬੱਚੇ ਤੇ ਹੱਥ ਚੁੱਕ ਰਹੇ ਹਾਂ ਇਹ ਸੋਚੋ ਕਿ ਉਹ ਤੁਹਾਡੀ ਖੁਦ ਦੀ ਵੀਕਨੈਸ ਹੈ ਕਿ ਤੁਸੀਂ ਉਹ ਤੁਹਾਡੇ ਇੰਨਾ ਕਮਜ਼ੋਰ ਹਨ ਕਿ ਤੁਹਾਨੂੰ ਅੱਗੋਂ ਨਹੀਂ ਮਾਰ ਸਕਦਾ ਇਸ ਲਈ ਤੁਸੀਂ ਉਹਨੂੰ ਮਾਰ ਰਹੇ ਹੋ ਔਰ ਉਹਦੇ ਮੈਂਟਲ ਲੈਵਲ ਤੇ ਬਹੁਤ ਫਰਕ ਪੈਂਦਾ ਹੈ ਕਿਉਂ ਬਾਹਰਲੀ ਕੰਡਿਸ ਕੁੱਟਣ ਨਹੀਂ ਦਿੱਤਾ ਜਾਂਦਾ ਸਾਡੇ ਇੱਥੇ ਰੋਜ਼ ਦੀ ਕਟਾਈ ਚੱਲਦੀ ਹੈ ਜੀ ਤੁਸੀਂ ਉਹਨੂੰ ਜੇ ਰੋਜ਼ ਤੁਸੀਂ ਜੇ ਕੋਟ ਰਹੇ ਹੋ ਮਾਰ ਰਹੇ ਹੋ ਤੇ ਉਹਨੂੰ ਸਟੱਬਰਨ ਕਰ ਰਹੇ ਹੋ ਤੁਸੀਂ ਟੀਟ ਬੰਦਾ ਜਾਏਗਾ ਕੋਈ ਵੀ ਸੁਧਾਰ ਨਹੀਂ ਆ ਰਿਹਾ ਉਹਦੇ ਚ ਡਰ ਪੈਦਾ ਕਰ ਰਹੇ ਹੋ ਉਹ ਡਰ ਨਾਲ ਠੀਕ ਨਹੀਂ ਹੋਏਗਾ ਤੁਹਾਨੂੰ ਉਹਦੇ ਉਹਦੇ ਨਾਲ ਗੱਲ ਕਰਨੀ ਪਏਗੀ ਤੁਹਾਨੂੰ ਉਹਦਾ ਪ੍ਰੋਸੈਸਿੰਗ ਕਰਨੀ ਪਏਗੀ ਕਿਉਂਕਿ ਬੱਚਾ ਬੱਚੇ ਦਾ ਮੈਂਟਲ ਲੈਵਲ ਔਰ ਤੁਹਾਡਾ ਮੈਚ ਵੀ ਕਰਨਾ ਚਾਹੀਦਾ ਹੈ ਅੱਜ ਕੱਲ੍ਹ ਦੀ ਜਨਰੇਸ਼ਨ ਦਾ ਬੱਚਾ ਹੈ ਨਾ ਜੀ ਪਹਿਲਾਂ ਵਾਲੀ ਜਨਰੇਸ਼ਨ ਅਲੱਗ ਸੀ ਅੱਜ ਕੱਲ ਦੀ ਜਨਰੇਸ਼ਨ ਦਾ ਬੱਚਾ ਹੈ ਤੁਹਾਨੂੰ ਉਸੇ ਹਿਸਾਬ ਨਾਲ ਉਹਦੇ ਨਾਲ ਗੱਲ ਕਰਨੀ ਪਏਗੀ ਤੇ ਆ ਜਦੋਂ ਤੁਸੀਂ ਬਣਾਓਗੇ ਚਾਰਟ ਜਦੋਂ ਐਂਡ 'ਚ ਜਾ ਕੇ ਜਦੋਂ ਉਹਦੇ ਮਾਰਕਸ ਤੁਸੀਂ ਜੋ ਰਾਈਟ ਵਾਲੇ ਕਾਊਂਟ ਕਰੋਗੇ 네ਗੇਟਿਵ ਇਨਫੋਰਸਮੈਂਟ ਕੀ ਕਰੋਗੇ ਜਿਹੜਾ ਉਹਦਾ ਸਭ ਤੋਂ ਚੰਗਾ ਲੱਗਦਾ ਉਹਨੂੰ ਕੰਮ ਅੱਜ ਕੱਲ ਬੱਚਾ ਨੂੰ ਕੀ ਚੰਗਾ ਲੱਗਦਾ ਕਿ ਉਹਨਾਂ ਨੂੰ ਟੀਵੀ ਦੇਖਣਾ ਤੁਸੀਂ ਉਹਦੇ ਵਾਚਿੰਗ ਆਵਰਸ ਕੱਟ ਕਰਦੇ ਥੈਟ ਇਜ਼ ਕਾਲਡ 네ਗੇਟਿਵ ਇਨਫੋਰਸਮੈਂਟ ਜੀ ਜਾਂ ਤੁਸੀਂ ਉਹਦੀ ਜਿਹੜੀ ਫੇਵਰੇਟ ਚੀਜ਼ ਹੈ ਹੈ ਨਾ ਪੀਜ਼ਾ ਖਾਂਦੇ ਜੰਗ ਫੂਡ ਖਾਂਦੇ ਜੋ ਵੀ ਖਾਂਦੇ ਹਨ ਨਾ ਉਹ ਤੁਸੀਂ ਉਹਨੂੰ ਮੰਥ ਚ ਇੱਕ ਵਾਰੀ ਕਰਤਾ ਉਹਨੂੰ ਘਟਾਤਾ ਕਿਹੜਾ ਬੱਚਾ ਜਿਹੜਾ ਮੈਗੀ ਨਹੀਂ ਖਾਂਦਾ ਇੱਕ ਇੱਕ ਹਫਤੇ ਚ ਤੇ ਇੱਕ ਵਾਰੀ ਦਹੀਂ ਦੀ ਹੈ ਨਾ ਕਿ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਪਾਸਤਾ ਖਾ ਲਓ ਹੈ ਨਾ ਉਹਨਾਂ ਹੀ ਕੱਟ ਕਰਦੇ ਗਏ ਥਿਸ ਇਸ ਕਾਲਡ 네ਗੇਟਿਵ ਰੀਨਫੋਰਸਮੈਂਟ ਕੀ ਯੂ ਸੀ ਸ਼ਾਰਪਨੈਸ ਖੁਦ ਐਕਟਿਵ ਹੋ ਕਿ ਉਹਨਾਂ ਨੂੰ ਮਤਲਬ ਸਾਨੂੰ ਆਪਣੀ ਸਮਾਰਟਨੈਸ ਵੀ ਦਿਖਾਣੀ ਪੈਣੀ ਹੈ ਕਿਉਂਕਿ ਉਹ ਜਨਰੇਸ਼ਨ ਬਹੁਤ ਸਮਾਰਟ ਹੈ ਦ ਸੇਮ ਪੋਜ਼ਿਟਿਵ ਰੀਇਨਫੋਰਸਮੈਂਟਸ ਕੀ ਕਰੋਗੇ ਕਿ ਪੋਜ਼ਿਟਿਵ ਜਿਉਂ ਉਹਦਾ ਜਿਵੇਂ ਸਾਡੇ ਘਰ ਦਾ ਵੀ ਆ ਹੈ ਕਿ ਜੇ ਬੱਚਾ ਬੜਾ ਚੰਗਾ ਕਰ ਰਿਹਾ ਤਾਂ ਅਸੀਂ ਕਰਨੇ ਕਿ ਲਗਜ਼ਰੀ ਬਜਟ ਲਿਆ ਕੇ ਦੇ ਨਾ ਇਹਨੂੰ ਕਿ ਉਹਨੂੰ ਕੋਈ ਤਿੰਨ ਚਾਰ ਆਈਟਮਸ ਲਿਆਤੀਆਂ ਖਾਣ ਦੀਆਂ ਔਰ ਨਾ ਇਹ ਨਾ ਥੋੜਾ ਜਿਹਾ ਲਿਮਿਟਿਡ ਰੱਖਣਾ ਹੈ ਮਤਲਬ ਲਗਜ਼ਰੀ ਬਜਟ ਦਾ ਆ ਮਤਲਬ ਨਹੀਂ ਹੈ ਕਿ ਤੁਸੀਂ ਇੱਕ ਟਾਈਮ ਤੇ ਉਹਨੂੰ 2000 ਦਾ ਖਾਣਾ ਲਿਆ ਕੇ ਦੇਤਾ ਜੀ ਜਾਂ ਤੁਸੀਂ ਉਹਨੂੰ ਕੋਈ ਇਹੋ ਜਿਹਾ ਗੈਜਟ ਦੇਤਾ ਉਹਨੂੰ ਉਸ ਚੀਜ਼ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ ਛੋਟੀ ਜੀ ਚੀਜ਼ ਹੈ ਉਹਨੂੰ ਪਤਾ ਹੋਏ ਕਿ ਆ ਮੈਂ ਕਮਾਈ ਹੈ। ਕੀ ਬਾਤ ਹੈ। ਹੈਨਾ? ਜੀ ਤਾਂ ਹੀ ਉਹਦੀ ਵੈਲਿਊ ਹੋਊਗੀ। ਅਸੀਂ ਜਿੰਨੇ ਮਰਜੀ ਚੰਗੇ ਆ। ਓਬਵੀਅਸ ਹੈ ਜਿੰਨੇ ਅਸੀਂ ਅੱਜ ਜਿੰਨੀ ਵੀ ਸਾਡੀ ਅਸੀਂ ਜਿੰਨਾ ਵੀ ਸਾਡੇ ਕੋਲ ਪੈਸਾ ਹੈ ਜਾਂ ਕੁਝ ਵੀ ਹੈ ਹੈਨਾ? ਅਸੀਂ ਬੱਚੇ ਨੂੰ ਆਪਣੇ ਤੋਂ ਵੀ ਜ਼ਿਆਦਾ ਦੇਣਾ ਚਾਹੁੰਦੇ ਆ। ਸਾਰੇ ਪੈਰੈਂਟ ਸਹੀ ਚਾਹੁੰਦੇ। ਸਾਰੇ ਪੈਰੈਂਟ ਸਹੀ ਚਾਹੁੰਦੇ ਆ। ਲੇਕਿਨ ਉਸ ਬੱਚੇ ਨੂੰ ਉਸ ਦੀ ਵੈਲਿਊ ਵੀ ਹੋਣੀ ਚਾਹੀਦੀ ਹੈ। ਤੇ ਛੋਟੀ ਚੀਜ਼ ਦੋ ਲੇਕਿਨ ਉਹਨੂੰ ਉਹਦੀ ਵੈਲਿਊ ਸਕਾਉ ਕਿ ਆ ਤੂੰ ਅਰਨ ਕੀਤੀ ਹੈ। ਦਿਸ ਇਜ਼ ਕਾਲਡ ਪੋਜ਼ਿਟਿਵ ਐਂਡ ਨੈਗੇਟਿਵ ਰਿਨਫੋਰਸਮੈਂਟ ਇਸ ਨਾਲ ਤੁਸੀਂ ਜਿਹੜਾ ਵੀ ਕੋਈ ਨੈਗੇਟਿਵ ਬਿਹੇਵੀਅਰ ਹੈ ਬੱਚੇ ਦਾ ਤੁਹਾਨੂੰ ਲੱਗਦਾ ਹੈ ਤੇ ਉਹਨੂੰ ਤੁਸੀਂ ਆਪਣੇ ਆਪ ਹੀ ਘਟ ਕਰ ਸਕਦੇ ਹੋ ਡਿਜੀਟਲ ਉਹਦੇ ਚ ਜਾਈਏ ਕਿ ਬੱਚਾ ਟੀਵੀ ਬਹੁਤ ਦੇਖ ਰਿਹਾ ਹੈ ਕਿਵੇਂ ਘਟ ਕੀਤਾ ਜਾਵੇ ਮੋਬਾਈਲ ਦਾ ਬਹੁਤ ਹੈ ਮੈਮ ਇਹਦੇ ਬਾਰੇ ਵੀ ਦੱਸੋ ਸੋਸ਼ਲ ਮੀਡੀਆ ਕਿ ਹਰ ਇੱਕ ਘਰ ਦੀ ਸਾਡੇ ਘਰ ਦੀ ਕਹਾਣੀ ਵੀ ਹੋਣੀ ਹੈ ਜੇ ਬੱਚਾ ਰੋਟੀ ਨਹੀਂ ਖਾਂਦਾ ਚੱਲ ਹੁਣ ਰੀਲਸ ਦੇਖ ਲੈ ਯਾਰ ਤੇ ਥੋੜੀ ਜਿਹੀ ਰੋਟੀ ਖਾਲੂਆ ਚਲਬਾਨੇ ਨਾਲ ਇਹ ਬਹੁਤ ਚੱਲਦਾ ਵਾ ਇਹਨੂੰ ਕਿਵੇਂ ਕੱਟ ਕਰੀਏ ਇਹਦਾ ਸੋਲੂਸ਼ਨ ਹੈ ਹੀ ਨਹੀਂ ਸੋਲੂਸ਼ਨ ਨਹੀਂ ਹੈ ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਕਿਹਾ ਨਾ ਸੋਲੂਸ਼ਨ ਨਹੀਂ ਹੈ ਤੇ ਇਹਨੂੰ ਨਾ ਆਪਾਂ ਕੀ ਕਰਦੇ ਆਂ ਕਿ ਬੰਦ ਕਰਤਾ ਜਾਂ ਤਾਂ ਬਿਲਕੁਲ ਕੱਟ ਆਫ ਕਰਾਂਗੇ ਹਾਂ ਇਦਾਂ ਨਹੀਂ ਹੋ ਸਕਦਾ ਗੱਤੀ ਵੀ ਜੀ ਕੋਈ ਵੀ ਚੀਜ਼ ਹੈ ਨਾ ਜਿਹੜੀ ਬੰਦ ਪਈ ਹੈ ਨਾ ਮੇਰਾ ਧਿਆਨ ਉਹਦੇ ਵੱਲ ਹੀ ਹੋਊਗਾ ਮੋਬਾਈਲ ਨਹੀਂ ਦੇਖਾ ਮੈਨੇ ਮੋਬਾਈਲ ਨਹੀਂ ਦੇਖਾ ਮੈਨੇ ਉਹ ਤਾਂ ਦਿਮਾਗ ਤੇ 24 ਘੰਟੇ ਮੋਬਾਈਲ ਚੱਲਣ ਰਿਹਾ ਜੀ ਫਿਰ ਉਹ ਤਾਂ ਕੀ ਹੋਊਗਾ ਮਤਲਬ ਦੇਖੋ ਆ ਬਹੁਤ ਵੱਡੀ ਐਡਿਕਸ਼ਨ ਹੈ ਜੀ ਬੱਚਿਆਂ ਦੀ ਕਿ ਸਾਡੀ ਵੀ ਹੈ ਜਦੋਂ ਅਸੀਂ ਰਾਤ ਨੂੰ ਦੇਖਦੇ ਹਾਂ ਚਲ 10 ਮਿੰਟ ਮੋਬਾਈਲ ਦੇਖ ਲਈਏ 10 ਮਿੰਟ ਜੋ ਕਦੋਂ 2 ਘੰਟੇ ਹੁੰਦੇ ਸਾਨੂੰ ਖੁਦ ਨਹੀਂ ਪਤਾ ਲੱਗਦਾ ਜੀ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪਏਗਾ ਬੱਚੇ ਕਿੰਨੂ ਜ਼ਿਆਦਾ ਸਭ ਤੋਂ ਜ਼ਿਆਦਾ ਕਿੰਨੂ ਫੋਲੋ ਕਰਦੇ ਆ ਰੋਲ ਮਾਡਲ ਰੋਲ ਮਾਡਲ ਕੀ ਹੈ ਪੈਰੈਂਟਸ ਖੁਦ ਮੈਂ ਖੁਦ ਬੱਚੇ ਦੇ ਸਾਹਮਣੇ ਸਕਰੋਲ ਕਰ ਰਹੀ ਹਾਂ ਹੈਨਾ ਤੇ ਬੱਚੇ ਨੂੰ ਕਹਿੰਨੇ ਮੋਬਾਈਲ ਨਹੀਂ ਦੇਖਣਾ ਆਪਣੇ ਜੀ ਬੱਚਾ ਰੁਕੇਗਾ ਸਭ ਤੋਂ ਪਹਿਲਾਂ ਆਪਣੇ ਘਰ ਦਾ ਇੱਕ ਸਿਸਟਮ ਬਣਾਓ ਹੈ ਨਾ ਕਿ ਜਿਹੜਾ ਖਾਣੇ ਦੇ ਟਾਈਮ ਤੇ ਨੋ ਮੋਬਾਈਲ ਅਸੀਂ ਡਾਇਨਿੰਗ ਟੇਬਲ ਤੇ ਖਾਣਾ ਖਾਵਾਂਗੇ ਐਨੇ ਟਾਈਮ ਤੱਕ ਕੋਈ ਮੋਬਾਈਲ ਨਹੀਂ ਦੇਖੇਗਾ ਭਾਵੇਂ ਵੱਡਾ ਹੈ ਭਾਵੇਂ ਛੋਟਾ ਉਹਨੂੰ ਪਤਾ ਹੋਵੇ ਕਿ ਆ ਸਾਡਾ ਫੈਮਲੀ ਟਾਈਮ ਹੈ ਫਿਰ ਇੱਕ ਛੋਟੀ ਛੁੱਟੀ ਕੋਈ ਗੇਮਸ ਹੁੰਦੀਆਂ ਨਾ ਮਤਲਬ ਜਿਹੜੀਆਂ ਅੱਜ ਕੱਲ ਆਪਾਂ ਭੁੱਲ ਹੀ ਗਏ ਆ ਸਿਰਫ ਆਪਾਂ ਗੇਮਸ ਕਿਹਦੇ ਵਾਸਤੇ ਰੱਖਦੇ ਆ ਗਿਫਟ ਦੇਣ ਵਾਸਤੇ ਜੀ ਕਿ ਬੱਚੇ ਦਾ ਫਲਾਣੇ ਦਾ ਬਰਥਡੇ ਚਲੋ ਜੀ ਆ ਗਿਫਟ ਦੇ ਦੋ ਜੀ ਉਹ ਗੇਮਸ ਬੱਚੇ ਨਾਲ ਖੇਡਨੀ ਆ ਸਟਾਰਟ ਕਰੋ ਫਾਂ ਮੇ ਚੈਸ ਸੈ ਲੂਡੋ ਹੈ ਹੈ ਨਾ ਉਹਦੇ ਕਿਉਂਕਿ ਤੁਸੀਂ ਆਪਣਾ ਟਾਈਮ ਬਚਾ ਰਹੇ ਹੋ ਤੇ ਉਹਨੂੰ ਉਹ ਗੈਜਟ ਦੇ ਰਹੇ ਹੋ ਜੀ ਤੇ ਤੁਸੀਂ ਆਪ ਇਨਵੋਲਵ ਨਹੀਂ ਹੋਏ ਬੱਚਾ ਕਿਵੇਂ ਹੋ ਜਾਊਗਾ ਜੀ ਚੇਂਜ ਤੁਹਾਨੂੰ ਖੁਦ ਵੀ ਕਰਨਾ ਪਏਗਾ ਨਾ ਐਫਰਟ ਖੁਦ ਵੀ ਲਾਉਣਾ ਪਏਗਾ ਤੇ ਡੀਟੌਕਸੀਫਿਕੇਸ਼ਨ ਕਿੱਦਾਂ ਹੋਏ ਕਿ ਪਹਿਲਾਂ ਉਹਦਾ ਟਾਈਮ ਰਿਡਿਊਸ ਕਰੋ ਮਨ ਲਓ ਜੇ ਬੱਚਾ ਤੁਹਾਡਾ 8 ਘੰਟੇ ਟੀਵੀ ਦੇਖ ਰਿਹਾ ਹੈ ਜੇ ਤੁਸੀਂ ਕਹੋਗੇ ਕਿ ਨਹੀਂ ਅੱਜ ਤੋਂ ਤੂੰ ਸਿਰਫ 1 ਘੰਟਾ ਦੇਖੇਗਾ نو ਇਟ ਇਜ਼ ਨੋਟ ਪੋਸੀਬਲ ਉਹਨੂੰ ਲਿਆਓ ਹਾਫ ਤੇ ਫਿਰ ਹੋਰ ਘਟ ਹੈ ਨਾ ਕਿਉਂਕਿ ਤੁਸੀਂ ਜੇ ਆਪਾਂ ਕਹਿੰਦੇ ਆਪਾਂ ਡੀ ਐਡਿਕਸ਼ਨ ਵਾਲ ਵੀ ਜਾਣਦੇ ਆ ਇੱਕ ਵਾਰੀ ਆਪਾਂ ਸਾਰਾ ਕੁਝ ਛਡਾ ਦਿੱਤੀ ਤੇ ਉਹ ਵਿਦਡਰੋਅਲ ਸਿਮਟਮਸ ਬਹੁਤ ਹੁੰਦੇ ਆ ਨਾ ਤੇ ਇਹ ਤਾਂ ਸਭ ਤੋਂ ਵੱਡੀ ਐਡਿਕਸ਼ਨ ਹੈ ਉਹਦਾ ਬਹੁਤ ਕੁਝ ਭਰੇ ਰਹਿੰਦਾ ਦਿਮਾਗ ਦੇ ਖਾਲੀ ਨਹੀਂ ਹੁੰਦਾ ਹਾਂ ਸੋ ਇਹ ਚੀਜ਼ ਹੈਗੇ ਮੈਮ ਸਟੂਡੈਂਟਸ ਨਾਲ ਗੱਲ ਕੀਤੀ ਆਪਾਂ ਵੀ ਬਹੁਤ ਸਾਰੇ ਕੇਸਿਸ ਮੈਂ ਦੇਖਦਾ ਕੁਝ ਰੀਲਸ ਜਾਂ ਵੀਡੀਓਜ਼ ਹੁ ਰੀਲਸ ਹੀ ਫੇਰ ਖਲ ਲੱਗੀ ਦੇਖਦੇ ਆ ਬੱਚੇ ਸਟ੍ਰੈਸ ਵਿੱਚ ਨੇ ਜਿਹੜੇ ਬਾਹਰ ਗਏ ਨੇ ਸਟੱਡੀ ਕਰਨ ਕੈਨੇਡਾ ਠੀਕ ਆ ਇਥੋਂ ਲੋਨਸ ਲੈ ਕੇ ਗਏ ਨੇ ਜਾਂ ਕੁਝ ਜ਼ਮੀਨ ਜਾਇਦਾਦ ਵੇਚ ਕੇ ਗਏ ਨੇ ਸਟੱਡੀ ਵੀ ਕਰ ਰਹੇ ਨੇ ਅਰਨਿੰਗ ਵੀ ਕਰਨਾ ਇਧਰ ਲੋਨ ਉਤਾਰਨਾ ਵੀ ਆ ਇਧਰੋਂ ਪੇਰੈਂਟਸ ਦਾ ਫੋਨ ਆ ਰਿਹਾ ਵੀ ਪੁੱਤ ਹਾਂ ਵੀ ਇਧਰੋਂ ਕਿਵੇਂ ਆ ਕਿਦਾਂ ਸਿਸਟਮ ਆ ਕਿਸ਼ਤ ਜਾਣੀ ਆ ਜਾਂ ਇਨਸਟਾਲਮੈਂਟ ਜਾਣੀ ਆ ਉਧਰ ਜਵਾਗ ਬੈਠਾ ਉਹ ਉਹਨੂੰ ਸਟੱਡੀ ਦਾ ਵੀ ਆ ਵੀ ਕਿੰਨੇ ਕਿ ਮੇਰੇ ਲੈਕਚਰਸ ਲੱਗੇ ਨੇ ਕਿੰਨੀ ਇਨਕਮ ਹੋਣੀ ਹੈ ਕਿੰਨਾ ਮੈਂ ਬਚਾਣਾ ਇਹ ਚੱਲ ਕੀ ਰਿਹਾ ਮੈਂ ਮੇਰਾ ਕੀ ਸੋਲੂਸ਼ਨ ਹੈਗਾ ਤੇ ਬੱਚੇ ਕਿਵੇਂ ਉੱਥੇ ਸਟ्रेस ਆਣਾ ਕਿਵੇਂ ਉਹ ਕਰਨ ਸਭ ਤੋਂ ਪਹਿਲਾਂ ਤੇ ਜੇ ਆਪਾਂ ਦੇਖੀ ਕਿ ਉਹਨਾਂ ਦੀ ਉਹਨਾਂ ਨੇ ਮੈਂ ਉਹਦੇ ਤੇ ਨਹੀਂ ਜਾਉਂਗੀ ਕਿ ਉਹਨਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਆਫ ਕੋਰਸ ਜੇ ਉਹਨਾਂ ਦਾ ਇੰਨਾ ਜ਼ਿਆਦਾ ਉਹ ਉਹਨਾਂ ਨੂੰ ਉੱਥੋਂ ਪਸੰਦ ਸੀਗਾ ਤਾਂ ਹੀ ਬੱਚਾ ਗਿਆ ਮੈਂ ਮੈਂ ਕਹਾਂ ਕਿ ਜਾਣਾ ਹੀ ਨਹੀਂ ਚਾਹੀਦਾ ਨਹੀਂ ਉਹਨੂੰ ਪੋਜ਼ਿਟਿਵ ਦਿਖਿਆ ਹੋਵੇਗਾ ਤਾਂ ਹੀ ਗਿਆ ਲੇਕਿਨ ਜਿਹੜਾ ਬੱਚਾ ਗਿਆ ਹੈ ਜਾਂ ਕੋਈ ਐਡਲਟ ਹੈ ਜਿਹੜਾ ਉੱਥੇ ਕੰਮ ਕਰ ਰਿਹਾ ਹੈ ਹੈ ਨਾ ਇੱਥੋਂ ਜਾ ਕੇ ਜਦੋਂ ਆਪਣੇ ਇੰਡੀਅਨਸ ਜਾਂਦੇ ਨੇ ਤੇ ਉੱਥੇ ਦਾ ਜੇ ਤੁਹਾਡੀ ਕੁਆਲੀਫਿਕੇਸ਼ਨ ਉਹਨਾਂ ਦੇ ਪ੍ਰੋਪਰ ਨਹੀਂਗੀ ਜੀ ਤਾਂ ਵੀ ਆਪਾਂ ਨੂੰ ਜਾ ਕੇ ਪੜਾਈ ਹੋਰ ਕਰਨੀ ਪੈਂਦੀ ਏ ਉਹਨਾਂ ਦੀ ਜੌਬਸ ਲੈਣ ਵਾਸਤੇ ਜੀ ਤੇ ਜਾਂ ਜਿਹੜੇ ਬੱਚੇ ਜਾਂਦੇ ਉਚਾਰੇ ਤੇ ਉਹ ਹੀ ਕਰ ਰਹੇ ਹੁੰਦੇ ਆ ਕਿ ਐਕਸਟਰਾ ਟਾਈਮ ਆਪਣਾ ਕਰਨਗੇ ਜਾਂ ਲੇਬਰ ਦਾ ਕੰਮ ਕਰਨਗੇ ਕਿਸੇ ਓਦੇ ਤੇ ਸਟੋਰ ਤੇ ਲੱਗੇ ਹੋਣਗੇ ਉਹਨਾਂ ਦਾ ਬੱਚਿਆਂ ਦਾ ਸਟ्रेस ਇੰਨਾ ਹੈ इवन ਜਿਹੜੇ ਫੈਮਲੀਆਂ ਨੇ ਹੁਣੇ ਗਈਆਂ 5-7 ਸਾਲਾਂ ਤੋਂ ਕਿਉਂਕਿ ਇੱਥੇ ਵਾਲਿਆਂ ਦੇ 익ਸਪੈਕਟੇਸ਼ਨਸ ਬਹੁਤ ਨੇ ਹੈਨਾ ਕਿ ਲੋਨ ਲੈ ਕੇ ਗਏ ਨੇ ਉਹਨਾਂ ਦਾ ਜਿਹੜਾ ਹੈ ਕਿ ਉਹ ਗਏ ਸੀ ਕਿ ਅਸੀਂ ਉੱਥੇ ਜਾ ਕੇ ਪ੍ਰੋਗਰੈਸ ਕਰਨੀ ਹੈ ਜੀ ਇੱਕ ਗੱਲ ਵੀ ਨਹੀਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਜੀ ਕਿ ਦੇਖੋ ਪ੍ਰੋਗਰੈਸ ਕਰ ਰਹੇ ਨਹੀਂ ਹੈ ਨਾ ਲੇਕਿਨ ਨਵੀਂ ਚੀਜ਼ ਕੁਝ ਨਹੀਂ ਕਰ ਰਹੇ ਆਪਣੇ ਲਈ ਕੁਝ ਵੀ ਨਹੀਂ ਕਰ ਰਿਹਾ ਉਹ ਬੰਦਾ ਉਹ ਸਿਰਫ ਇੱਕ ਵਿਚਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਈਵਨ ਉੱਥੇ ਤੁਸੀਂ ਦੇਖੋ ਤੇ 18-18 ਘੰਟੇ ਵੀ ਕੰਮ ਕਰਦਾ ਹੈ ਕਰਦੇ ਨੇ ਜੀ ਹੈ ਨਾ ਤੇ ਉਹ ਸੋਚੋ ਦਾ 멘ਟਲ ਲੈਵਲ ਕਿੰਨਾ ਜ਼ਿਆਦਾ ਉਹ ਕਿੰਨਾ ਡਿਪਰੈਸਡ ਹੋਏਗਾ ਤੇ ਜੇ ਕੁਝ ਉਹਨੂੰ ਲੱਗ ਰਿਹਾ ਹੈ ਕਿ ਮੈਨੂੰ ਕੋਈ ਡਿਪਰੈਸ਼ਨ ਹੈ ਜਾਂ ਮੈਨੂੰ ਕੁਝ ਐਂਗਜ਼ਾਇਟੀ ਦਾ ਲੱਗ ਰਿਹਾ ਹੈ ਤੇ ਉਹ ਦੋ ਤਿੰਨ ਚੀਜ਼ਾਂ ਜਿਹੜੀਆਂ ਉਹਨੂੰ ਕਰਨੀਆਂ ਚਾਹੀਦੀਆਂ ਹਰ ਇੱਕ ਨੂੰ ਕਿਉਂਕਿ ਜਿੰਨਾ ਵੀ ਕਰ ਲੋ ਤੁਸੀਂ ਫਿਰ ਗੱਲ ਉੱਥੇ ਹੀ ਹੁੰਦੀ ਕਿ ਜੇ ਆਪਣੇ ਬਾਰੇ ਨਹੀਂ ਸੋਚੋਗੇ ਤੇ ਜਿਹੜੇ ਪਿੱਛੇ ਨੇ ਉਹਨਾਂ ਦਾ ਧਿਆਨ ਕਿਵੇਂ ਰੱਖ ਪਾਓਗੇ ਸਭ ਤੋਂ ਪਹਿਲਾਂ ਤੇ ਮੈਂ ਇੰਪੋਰਟੈਂਟ ਆ ਨਾ ਤੇ ਕਰੋਗੇ ਕੀ ਕਿ ਇਕਤਾ ਇਨਵੋਲਵ ਰਹੋ ਜਿਹੜਾ ਤੁਹਾਡਾ ਪੁਰਾਣਾ ਗਰੁੱਪ ਸੀ ਬੜੀ ਛੋਟੀ ਜੀ ਗੱਲ ਹੈ ਕੀ ਬਾਤ ਹਮ ਕਿ ਜਿਹੜਾ ਕਾਲਜ ਦਾ ਗਰੁੱਪ ਹੁੰਦਾ ਹੈ ਨਾ ਹਾਂਜੀ ਉਹਦੇ ਚ ਨਾ ਅਸੀਂ ਉਹ ਹੁੰਨੇ ਆ ਜਿਹੜੇ ਅਸੀਂ ਔਰ ਜੇ ਅਸੀਂ ਮੰਨ ਲਓ ਕਿ ਅੱਗੇ 40 ਸਾਲ ਦੇ 50 ਸਾਲ ਦੇ ਆ ਹੈ ਨਾ ਜੀ 50 ਸਾਲ ਦੇ ਵੀ ਅਸੀਂ ਕਾਲਜ ਗਰੁੱਪ ਦੇ ਵਾਸਤੇ ਉਹੀ ਆ ਜੀ 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 ਹੈ ਨਾ ਹਾਂਜੀ ਹਾਂਜੀ ਤੇ ਉਹ ਤੁਹਾਨੂੰ ਨੀ ਨਾ ਜਿੰਨਾ ਵੀ ਕਹਿ ਲਓ ਉਹਨਾਂ ਨੇ ਤੁਹਾਡੀ ਤੁਹਾਨੂੰ ਉਵੇਂ ਹੀ ਲੈਣਾ ਹੈ ਜੀ 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 ਉਨੇ ਤੁਸੀਂ ਕੀ ਗੱਲ ਨਹੀਂ ਹਾਂ ਤੂੰ ਟਿਕ ਕਰਕੇ ਮੈਂ 50 ਸਾਲ ਦੇ ਹੋ ਗਿਆ ਆਪਾਂ ਹਾਂਜੀ ਤੇ ਤੁਸੀਂ ਉਹ ਵਾਲੀ ਚੀਜ਼ ਜਿਹੜਾ ਉਹ ਛੱਡ ਜਾਂਦਾ ਨਾ ਉੱਥੇ ਉਹ ਰੁਕ ਗਿਆ ਦੇਖੋ ਫਰੈਂਡਸ ਦਾ ਹੋਣਾ ਬੜਾ ਜ਼ਰੂਰੀ ਹੈ ਜੀ ਮੇਰੇ ਕੋਲ ਵੀ ਕਲਾਇੰਟਸ ਆਉਂਦੇ ਹਨ ਨਾ ਤਾਂ ਮੈਂ ਕਹਿੰਨੀ ਹੈ ਕਿ ਆਪਣਾ ਜੋ ਕਾਲਜ ਗਰੁੱਪ تھا ਕੋ ਜੁਆਇਨ ਕਰੋ ਕਿਉਂਕਿ ਅਸੀਂ ਆਫ ਕੌਰਸ ਐ ਲਾਈਫ 'ਚ ਪ੍ਰੋਬਲਮਸ ਇੰਨੀ ਆ ਜਾਂਦਾ ਹੈ ਅਸੀਂ ਵੱਧਦੇ ਜਾਂਦੇ ਅੱਗੇ ਤੇ ਅਸੀਂ ਸਿਆਣੇ ਹੋ ਜਾਂਦੇ ਹਾਂ ਹੈਨਾ ਜੀ ਪਰ ਸਾਨੂੰ ਉਹ ਪਾਗਲਵੰਤੀ ਵੀ ਜ਼ਰੂਰੀ ਹੈ ਉਹਨਾਂ ਉਹ ਪਾਗਲਬੰਦੀ ਅਸੀਂ ਆਪਣੇ ਫੀਲਡਸ ਤੱਕ ਦਿਖਾ ਨਹੀਂ ਸਕਦੇ ਜੀ ਜੀ ਹੈਨਾ ਉਹ ਕਿੱਥੇ ਦੇਖ ਸਕਦੀ ਹੈ ਉਹ ਉਸੇ ਤੇ ਦੇਖ ਸਕਦੀ ਹੈ ਆਪਣੇ ਕਾਲਜ گروپ ਤੇ ਆਪਣੇ ਸਕੂਲ ਫਰੈਂਡਸ ਤੇ ਜਿਹੜਾ ਆਪਣਾ ਪਿਛੋਕੜ ਹੈ ਨਾ ਉੱਥੇ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਦੋਂ ਵੀ ਗੱਲ ਕਰ ਪਾਓ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਉਹਨਾਂ ਨਾਲ ਲੱਗੇ ਹੀ ਰਹੋ ਆਫਕੋਰਸ ਕਿਸੇ ਕੋਲ ਵੀ ਟਾਈਮ ਨਹੀਂ ਹੈ ਇੱਕ ਗਰੁੱਪ ਬਣਾਓ ਇਨਵੋਲਵ ਰਹੋ ਕਿ ਤੁਸੀਂ ਲੱਗੇਗਾ ਕਿ ਹਾਂ ਕੁਝ ਅੱਛਾ ਹੈ ਲਾਈਫ ਮੇਰੇ ਤੇ ਇੱਕ ਮੋਨੋਟਨਸ ਲਾਈਫ ਚੱਲ ਰਹੀ ਹੈ ਮਤਲਬ ਕੱਟ ਰਹੀ ਨਹੀਂ ਹੋਣੀ ਚਾਹੀਦੀ ਲਾਈਫ ਮਤਲਬ ਮਿਲੀ ਤਾਂ ਇੱਕ ਵਾਰੀ ਹੈ ਨਾ ਹਾਂਜੀ ਹਾਂਜੀ ਇਹ ਹੋ ਗਿਆ ਇੱਕ ਉੱਥੇ ਵੀ ਜੇ ਤੁਹਾਨੂੰ ਇਹੋ ਜਿਹਾ ਕੋਈ ਗਰੁੱਪ ਮਿਲਦਾ ਹੈ ਕਿ ਤੁਸੀਂ ਇਕੱਠੇ ਬੈਠ ਸਕਦੇ ਹੋ ਹੈਨਾ ਚਿਲਡ ਆਊਟ ਕਰ ਸਕਦੇ ਹੋ ਤੇ ਯੂ ਸ਼ੁਡ ਗੋ ਫॉर दैट ਫਿਰ ਦੂਜੀ ਇੱਕ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਜਦੋਂ ਵੀ ਕੁਝ ਐਦਾਂ ਦਾ ਤੁਹਾਨੂੰ ਐਂਗਜ਼ਾਇਟੀ ਡਿਪਰੈਸ਼ਨ ਵਾਲ ਜਾਂਦੇ ਹੋ ਨਾ ਤੇ ਮੈਡੀਟੇਸ਼ਨ ਜੇ ਨਹੀਂ ਕਰ ਪਾਉਂਦੇ ਹਰ ਕਿਸੇ ਦੇ ਵਾਸਤੇ ਕੰਮ ਨਹੀਂ ਹੁੰਦਾ ਮੈਡੀਟੇਟ ਕਰ ਪਾਣਾ प्राणायाम ब्रीदिंग एक्सरसाइज हर कोई कर सकता है। ਤੁਸੀਂ ਆ ਮਤਲਬ ਕਰਕੇ ਦੇਖੋ ਇਨੀ ਇਫੈਕਟਿਵ ਹੈ ਨਾ। ਇਹ ਸਿੰਪਲ ਲੈਂਗੁਏਜ ਸਮਝਾਵਾਂ ਅੰਦਰ ਗੜਬੜੀ ਚੱਲਦੀ ਹੈ ਨਾ। ਠੀਕ ਵੀ ਤੇ ਉੱਥੋਂ ਹੀ ਹੋਣੀ ਹੈ। ਜਿੱਥੇ ਤਾਲੇ ਦੀ ਚਾਬੀ ਗੁੰਮ ਹੋਈ ਹੈ ਲੱਭਣੀ ਵੀ ਉੱਥੋਂ ਹੀ ਹੈ। ਕੀ ਬਾਤ ਹੈ ਮੈਂ। ਹੈ ਨਾ? ਤੇ ਤੁਸੀਂ ਅੰਦਰ ਮਤਲਬ ਹੀਲਿੰਗ ਚਾਹੀਦੀ ਹੈ ਨਾ। ਬੀਥਿੰਗ ਹੀ ਤਾਂ ਹੈ। ਔਰ ਦੇਖੋ ਇਹਨਾ ਇਫੈਕਟਿਵ ਹੈਈ ਬਰੀਥਿੰਗ ਮਸਟ ਹੈ। ਯਨ ਬਰੀਥਿੰਗ ਐਕਸਰਸਾਈਜ਼ ਕੁਛ ਵੀ ਕਰਨੇ ਸ਼ੁਰੂ ਕਰੋ ਤੁਹਾਡੀ ਐਂਗਜ਼ਾਇਟੀ ਚ ਤੁਹਾਨੂੰ 100% ਤੁਹਾਨੂੰ ਮਿਲਣਾ ਹੀ ਮਿਲਣਾ ਹੈ ਇਹਦਾ ਬੈਨੀਫਿਟ। ਇੱਕ ਛੋਟੀ ਜੀ ਹੋਰ ਟੈਕਨੀਕ ਮੈਂ ਦੱਸਦੀ ਹੁੰਦੀ ਆ ਆਪਣੇ ਪੇਸ਼IENTS ਨੂੰ ਕਿ ਜੇ ਤਾਂ ਬੱਚਾ ਹੈ ਫਿਰ ਉਹਨੂੰ ਆਪਾਂ ਦੱਸਿਦਾ ਕਿ 333 ਦਾ ਹੈ ਫਾਰਮੂਲਾ ਹੈ। OK। ਜੀ ਵੱਡਾ ਹੈ ਕੋਈ ਤੋ 54321 54321 ਹਾਂਜੀ ओके 5 ਦਾ ਕੀ ਹੈ ਕਿ 5 টাইমস ਇਹਨੂੰ ਆਪਾਂ ਇਹਦੇ ਵਿੱਚ ਲੈ ਆਈਏ ਕਿ ਮਾਈਂਡਫੁਲਨੈਸ ਬਹੁਤ ਜ਼ਰੂਰੀ ਹੈ ਐਂਗਜ਼ਾਇਟੀ ਹੈ ਨਾ ਪੈਨਿਕ ਹੋ ਰਿਹਾ ਹੈ ਹੈ ਨਾ ਤੇ ਮੈਨੂੰ ਮੈਂ ਕੀ ਚੱਲ ਰਿਹਾ ਹਾਂ ਜਾਂ ਮੈਂ ਪਾਸਟ ਚੱਲ ਰਿਹਾ ਹਾਂ ਮੈਂ ਪ੍ਰੈਸੈਂਟ ਉਹ ਫਿਊਚਰ ਚੱਲ ਰਿਹਾ ਮੈਨੂੰ ਆਪਣੇ ਆਪ ਨੂੰ ਪ੍ਰੈਸੈਂਟ ਚ ਲੈ ਕੇ ਆਉਣਾ ਹੈ ਠੀਕ ਹੈ ਜੋ ਆਪਾਂ ਕਹਿੰਦੇ ਨਹੀਂ ਕਿ ਗੁੱਸਾ ਬਹੁਤ ਆਉਂਦਾ ਹੈ ਤੇ ਬੈਕਵਰਡ ਕਾਊਂਟਿੰਗ ਸ਼ੁਰੂ ਕਰ ਦੋ ਐਂਗਜ਼ਾਇਟੀ ਵਾਸਤੇ 5 4 3 2 1 ਇਹ ਬਹੁਤ ਜ਼ਰੂਰੀ ਹੈ ਜਾਂ 3 3 3 ਕਰ ਲਓ ਤੁਸੀਂ 3 ਦਾ ਕੀ ਮਤਲਬ ਹੈ 3 ਟਾਈਮਸ ਤੁਹਾਨੂੰ ਆਪਣੀ ਸੈਂਸਰੀ ਆਰਗਨਸ ਹੈ ਨਾ ਜਿਹੜੀ ਚੀਜ਼ ਤੁਸੀਂ ਦੇਖ پا ਰਹੇ ਹੋ ਉਹਨੂੰ ਬੋਲਣਾ ਹੈ ওকে ਮਤਲਬ ਦੇਖ ਪਾ ਰਹੇ ਮੰਨ ਲਓ ਮੈਨੂੰ ਕੋਈ ਵੀ ਚੀਜ਼ ਹੈ ਗਲਾਸ ਹੈ ਮਾਈਕ ਹੈ ਆਈ हैव टू ਸਪੀਕ ਇਟ ਆਊਟ ওকে ਠੀਕ ਹੈ ਆ ਹੋ ਗਿਆ 3 ਅਨਦਰ 3 ਜਿਹੜੀ ਚੀਜ਼ ਮੈਂ ਸੁਣ پا ਰਹੀ ਹਾਂ ਆਈ हैव टू ਸਪੀਕ ਇਟ ਆਊਟ ਅਨਦਰ 3 ਹੈ ਨਾ ਉਸ ਤੋਂ ਬਾਅਦ 3 ਅਗਲਾ ਕਿਹੜਾ ਹੈ ਕਿ ਮੈਂ ਆਈ ਹੈਵ ਟੂ ਸ਼ੇਕ ਮਾਈ ਬਾਡੀ ਪਾਰਟਸ ਮਤਲਬ ਮੈਂ ਹੈਂਡ ਸ਼ੇਕ ਕੀਤਾ neck ਸ਼ੇਕ ਕੀਤੀ leg ਸ਼ੇਕ ਕੀਤੀ 3 ਟਾਈਮਸ 3 3 3 ਤੇ ਇਹਦੇ ਨਾਲ ਹੋਇਆ ਕੀ ਜੀ ਇਹਦੇ ਨਾਲ ਮੇਰਾ ਇੱਕਦਮ ਤੋਂ ਡਿਸਟਰੈਕਸ਼ਨ ਹੋ ਗਿਆ ਜਿਹੜਾ ਮੇਰਾ ਚੱਲ ਰਿਹਾ ਸੀ ਨਾ ਪੀਕ ਟਾਈਮ ਮੈਂ ਉਹਨੂੰ ਡਿਸਟਰੈਕਟ ਕਰਤਾ ਕਦੀ ਵੀ ਥਿੰਕਿੰਗ ਬੰਦ ਨਹੀਂ ਹੋ ਸਕਦੀ ਥਾਟਸ ਆਉਣਾ ਬੰਦ ਨਹੀਂ ਹੋ ਸਕਦਾ ਉਹਦੋਂ ਬੰਦਾ ਗਿਆ ਸਮਝੋ ਵੀ ਕੈਨ ਡਾਇਵਰਟ ਇਟ ਹੈਨਾ ਜੇ ਮੈਂ ਸੋਚਾਂ ਮੈਂ ਇਸ ਬਾਰੇ ਨਹੀਂ ਸੋਚਣਾ ਮੈਂ ਤਾਂ ਕੰਟੀਨਿਊਸਲੀ ਉਸੇ ਬਾਰੇ ਹੀ ਸੋਚਾਂਗੀ ਜੀ ਜੀ ਹੈਨਾ 2 ਘੰਟੇ ਇੱਕ ਗਲਾਸ ਬਾਰੇ ਨਹੀਂ ਸੋਚਣਾ ਮੈਨੂੰ ਇੱਕ ਗਲਾਸ ਬਾਰੇ ਨਹੀਂ ਸੋਚਣਾ ਗਲਾਸ ਬਾਰੇ ਸੋਚਦੇ ਤੁਸੀਂ ਉਹੀ ਰਹੇ ਹੋ ਜੀ ਜੀ 33 ਵਾਲਾ ਤੁਹਾਡਾ ਕੰਪਲੀਟ ਹੋ ਜਾਂਦਾ ਦੈਨ ਅਗੇਨ 5 4 3 2 1 ਇਹ ਆਪਾਂ ਪੂਰੇ ਸੈਂਸ ਆਰਗਨਸ ਤੇ ਕੰਮ ਕਰਦੇ ਆ ਕਿ 5 ਟਾਈਮ ਆਈ ਹੈਵ ਟੂ ਰੀਕਾਲ ਮਤਲਬ ਬੋਲਣਾ ਹੈ माइंड ਨੂੰ ਯੂ ਹੈਵ ਟੂ ਸਪੀਕ ਇਟ ਆਊਟ 5 ਟਾਈਮਸ ਮੈਨੂੰ ਬੋਲਿਆ ਜਿਹੜੀਆਂ ਜਿੰਦਾ ਮੈਨੂੰ ਨਜ਼ਰ ਆ ਰਹੀਆਂ ਹਨ ਮੰਨ ਲਓ ਕੈਮਰਾ ਹੈ ਮਾਈਕ ਹੈ ਜੋ ਵੀ ਚੀਜ਼ਾਂ ਹੈ ਕਿ ਮੈਂ ਮਾਈਂਡ ਨੂੰ ਇੱਥੇ ਲੈ ਕੇ ਆਉਣਾ ਹੈ ਠੀਕ ਹੈ ਫਿਰ 4 ਆ ਗਿਆ ਸਾਊਂਡ ਤੇ ਚੱਲਾ ਗਿਆ ਜੋ ਵੀ ਚੀਜ਼ਾਂ ਮੈਨੂੰ ਸੁਣ ਰਹੀਆਂ ਉਹ 4 ਫਿਰ 3 ਤੇ ਚੱਲਾ ਗਿਆ ਅਗੇਨ ਜਿਹੜੀਆਂ ਚੀਜ਼ਾਂ ਮੈਨੂੰ ਟੱਚ ਮੈਂ ਕਰ ਸਕਦੀਆਂ ਹੈ ਨਾ ਫਿਰ ਹੋ ਗਿਆ ਸਮੈਲ ਹੋ ਗਿਆ ਟੇਸਟ ਹੋ ਗਿਆ ਇਸ ਤਰੀਕੇ ਨਾਲ ਪੰਜ ਚੀਜ਼ਾਂ ਤੇ ਮੈਨੂੰ 5 ਸੈਂਸ ਆਰਗਨਸ ਤੇ ਕੰਮ ਕਰਨਾ ਹੈ। ਜੇ ਮੁਸ਼ਕਿਲ ਲੱਗੇ ਤੇ 333 ਵਾਲਾ ਫੰਡਾ ਸੀ ਆਰਾਮ ਨਾਲ ਕਰ ਲੈਣਾ। ਮੈਂ ਫਸਟ ਟਾਈਮ ਸੁਣਿਆ ਹੈ। ਮੈਂ ਟਰਾਈ ਵੀ ਕਰੂੰਗਾ। ਹਾਂ। ਵੀ ਕੁਝ ਮੈਂ ਸੋਚ ਰਿਹਾ ਤਾਂ ਮੈਨੂੰ ਮੈਨੂੰ ਯਾਦ ਵੀ ਰਹਿਣੀ ਹੈ ਗੱਲ। ਤੇ ਕਾਫੀ ਟਰਾਈ ਕਰਕੇ ਦੇਖਿਓ ਯਾਰ ਤੁਸੀਂ ਵੀ। ਹਾਂ। ਟਰਾਈ ਕਰਕੇ ਦੇਖਣਾ। ਇਹ ਬਹੁਤ ਇਫੈਕਟਿਵ ਹੈ। 5 4 3 2 1 ਪੂਰੇ ਸੈਂਸਰੀ ਆਰਗਨਸ ਕਿ ਜਿਹਦੇ ਚਾੜਾ ਫਰਸਟ ਆ ਗਿਆ ਸਾਈਡ ਦਾ ਆ ਗਿਆ ਸਾਊਂਡ ਦਾ ਆ ਗਿਆ ਸਮਲ ਦਾ ਟੱਚ ਦਾ ਐਂਡ ਟੇਸਟ ਦਾ ਓਕੇ ਹੈਨਾ ਟੇਸਟ ਤੇ ਆ ਕੇ ਸਾਡਾ ਬਿਲਕੁਲ 1 ਤੇ ਆ ਗਿਆ ਦ ਥਿੰਗਸ ਯੂ ਕੈਨ ਟੇਸਟ ਉਹਨੂੰ ਇੱਕ ਵਾਰੀ ਬੋਲਣਾ ਤੇ ਕੀ ਹੋਇਆ ਕਿ 3 3 ਵਾਲੇ ਚ ਮੇਰਾ ਟਾਈਮ ਕੱਟ ਸੀ ਉਹ ਸੀ ਬੱਚਿਆਂ ਨੂੰ ਅਕਸਰ ਦੱਲਨੇ ਕਿ ਬੱਚੇ ਫਟਾਫਟ ਉਹ ਕਰ ਲੈਂਦੇ ਆ ਜੀ 5 ਵਾਲੇ ਦਾ ਥੋੜਾ ਜਿਹਾ ਵੱਧ ਗਿਆ ਹੈਨਾ ਤੇ ਤਾਂ ਕਰਕੇ ਜੇ ਤੁਹਾਨੂੰ 3 ਵਾਲਾ ਕੰਫਰਟੇਬਲ ਲੱਗਦਾ ਤੁਸੀਂ ਉਹ ਕਰ ਲਓ ਐਗਜੈਕਟ ਜੇ ਡਾਇਵਰਟ ਕਰ ਲਿਆ ਤਾਂ ਸਮਝੋ ਤੁਸੀਂ ਉਹ ਸਿਚੁਏਸ਼ਨ ਨੂੰ ਵਿਨ ਕਰ ਲਿਆ ਹੂੰ ਕੋਈ ਥਿੰਕਿੰਗ ਚਲਦੀ ਸੀ ਇਹਨੂੰ ਡਾਇਵਰਟ ਕਰਤਾ ਡਾਇਵਰਟ ਕਰਤਾ ਪਾਸ ਤੇ ਜ਼ਰੂਰੀ ਹੈ ਨਾ ਜੀ ਹੂੰ ਤੇ ਜਦੋਂ ਆਪਣਾ ਇੱਕ ਹੋਰ ਚੀਜ਼ ਆ ਆਪਾਂ ਕਹਿੰਦੇ ਕਿ ਕੋਈ ਵੀ ਚੀਜ਼ ਹੈ ਨਾ ਜਿਹੜੀ ਰਿਲੀਜੀਅਸ ਚੀਜ਼ ਆ ਹਾਂ ਜੀ ਹੈ ਨਾ ਹਰ ਇੱਕ ਦਾ ਆਪਣਾ ਉਹ ਪਰਸਨਲ ਹੁੰਦਾ ਜੀ ਮੈਨੂੰ ਕਿਤੇ ਵਿਸ਼ਵਾਸ ਆ ਤੁਹਾਨੂੰ ਕਿਤੇ ਤੇ ਹੈ ਵੀ ਕਿ ਨਹੀਂ ਹੈ ਲੇਕਿਨ ਸਮਥਿੰਗ ਇਜ਼ ਗੋਇੰਗ ਔਨ ਤੁਹਾਨੂੰ ਪਤਾ ਹੈ ਤੁਹਾਡਾ ਜਿਹੜੀ ਪਰਸਨਲ ਮੈਡੀਸਿਨ ਕਿਹੜੀ ਹੈ ਜੀ ਹੋ ਸਕਦਾ ਹੈ ਕਿ ਮੈਨੂੰ ਸਿਰਫ ਓਮ ਕਹਿ ਕੇ ਠੀਕ ਲੱਗਦਾ ਹੋਵੇ ਕਿਸੇ ਹੋਰ ਨੂੰ ਵਾਇਗਰੂ ਕਹਿ ਕੇ ਠੀਕ ਲੱਗਦਾ ਹੋਵੇ ਤੇ ਉਹ ਆਪਣਾ ਨਾ ਇੱਕ ਉਹ ਵੀ ਬਣਾ ਕੇ ਰੱਖਣਾ ਚਾਹੀਦਾ ਹੈ। ਕੀ ਆ ਮੇਰੀ ਐਸਓਐਸ ਮੈਡੀਸਿਨ ਹੈ? ਜੀ ਜਦੋਂ ਵੀ ਆਪਾਂ ਸਟੈਸਟ ਜਾ ਰਹੇ ਹਾਂ ਹੁਣ ਲੱਗ ਰਿਹਾ ਕੋਈ ਸੋਲੂਸ਼ਨ ਨਹੀਂ ਹੈ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਹੈ ਆ 3 ਵਾਲਾ ਫਾਰਮੂਲਾ ਉਸ ਤੋਂ ਬਾਅਦ ਉਹ ਚੀਜ਼ ਛੋਟਾ ਜਿਹਾ ਕੋਈ ਮੰਤਰ ਹੈ ਕੋਈ ਮੂਲ ਮੰਤਰ ਹੈ ਜੀ 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 ਉਹ ਆਪਣਾ ਪਰਸਨਲ ਹੈ ਨਾ ਤੁਹਾਨੂੰ ਬਤਾਉਣਾ ਚਾਹੀਦਾ ਮੈਂ ਮੈਂ ਹਰ ਪੋਡਕਾਸਟ ਤੋਂ ਪਹਿਲਾਂ ਖਾਨ ਸਾਹਿਬ ਸਿੰਗਰ ਨੇ ਤੇ ਉਹਨਾਂ ਨੇ ਹਜੇ ਲਾਈਵ ਨਹੀਂ ਕੀਤਾ ਉਹਨਾਂ ਨੇ ਮੈਨੂੰ ਪਰਸਨਲ ਚ ਭੇਜਿਆ ਹੋਇਆ ਪੰਜਾ ਪੌੜੀਆਂ ਦਾ ਪਾਠ ਹਾਂ ਤੇ ਉਹ ਬਹੁਤ ਰੂਹਦਾਰੀ ਨੇ ਉਹਨਾਂ ਨੇ ਮਤਲਬ ਮੈਂ ਗਾਇਆ ਹੀ ਗੈਦਰ ਨਾ ਵੀ ਉਹ ਆ ਪੋਡਕਾਸਟ ਤੋਂ ਪਹਿਲਾਂ ਵੀ ਮੈਂ ਕੱਲਾ ਬੈਠਾ ਸੀਗਾ ਮੈਂ ਉਹ ਪੰਜਾ ਪੌੜੀਆਂ ਦਾ ਪਾਠ ਲਾਇਆ ਮੈਨੂੰ ਉਹ ਸਾਫ਼ ਕਰ ਦਿੰਦਾ ਪਤਾ ਨਹੀਂ ਹਾਂ ਹਰ ਇੱਕਦਮ ਮੈਂ ਕਿਹਾ ਨਾ ਉਹ ਆਪਣੀ ਮੈਡੀਸਿਨ ਜਿਹੜੀ ਹੈ ਨਾ ਉਹ ਅੱਡੋ ਅੱਡ ਐ ਐਂਡ ਯੂ ਕਾਂਟ ਫੋਰਸ ਐਨੀਵਨ ਟੂ ਡੂ ਥੈਟ ਯੈਸ ਬਿਕੋਜ਼ ਉਹਨਾਂ ਦਾ ਅਲੱਗ ਹੈ ਉਹ ਉਹਨਾਂ ਨੂੰ ਕਿਹਦੇ ਚ ਅੱਛਾ ਲੱਗ ਰਿਹਾ ਹੈ ਹੋ ਸਕਦਾ ਉਹਨਾਂ ਦਾ ਜਿਹੜਾ ਉਹ ਪੀਸ ਵਾਲਾ ਜਿਹੜਾ ਕਾਮਨੈਸ ਵਾਲਾ ਕੁਝ ਹੋਰ ਚੀਜ਼ ਹੋਵੇ ਤੁਹਾਡੀ ਆ ਹੈ ਜੀ ਜੀ ਹੈਨਾ ਸਾਰਿਆਂ ਦੀ ਅਲੱਗ-ਲੱਗ ਸਪੈਸ਼ialਟੀ ਤਾਂ ਸਭ ਦੀ ਅਲੱਗ-ਲੱਗ ਹੁੰਦੀ ਹੈ ਨਾ ਕਿਸੇ ਨੂੰ ਕਿਤੇ ਹਿੱਟ ਕਰਦੀ ਕਿਸੇ ਨੂੰ ਕਿਤੇ ਹਿੱਟ ਕਰਦੀ ਹੈ ਪਰ ਜੁੜੇ ਸਾਰੇ ਤਾਰਾ ਜੁੜੀਆਂ ਹੋਈਆਂ ਇੱਕ ਮੈਮ ਤੁਸੀਂ ਜ਼ਿਕਰ ਕੀਤਾ ਸੀਗਾ ਗ੍ਰੈਟੀਟਿਊਡ ਦਾ ਇੱਕ ਸਿੰਪਲ ਜਿਹਾ ਵਰਡ ਹੈ ਗ੍ਰੈਟੀਟਿਊਡ ਵੀ ਕੋਈ ਜੇ ਆਪਾਂ ਗੂਗਲ ਕਰੀਏ मीनिंग ਵੀ ਕੁਝ ਆਜੂਗਾ ਉਸ ਦਾ ਮਤਲਬ ਬਟ ਉਹਨੂੰ ਮੈਂ ਚਾਹਨਾ ਪ੍ਰੋਪਰਲੀ ਐਕਸਪਲੇਨ ਕਰੂੰ ਗ੍ਰੈਟੀਟਿਊਡ ਕੀ ਆ ਕਿਉਂ ਹੋਣਾ ਚਾਹੀਦਾ ਆਪਾਂ ਅਕਸਰ ਜੇ ਆਪਾਂ ਇਹਨੂੰ ਸਿੰਪਲ ਲੈਂਗੁਏਜ ਦੇਖੀਏ ਗੁਰਦੁਆਰਿਆਂ ਦੇ ਕੰਧਾਂ ਤੇ ਲਿਖਿਆ ਹੁੰਦਾ ਨਾ ਕਿ ਸੁਖ ਵੇਲੇ ਸ਼ੁਕਰਾਨਾ ਹਾਂਜੀ ਹੈ ਨਾ ਗ੍ਰੈਟੀਟਿਊਡ ਕੀ ਹੈ ਸ਼ੁਕਰਾਨਾ ਕਿ ਅਸੀਂ ਗ੍ਰੈਟੀਟਿਊਡ ਨਹੀਂ ਕਰਦੇ ਮਤਲਬ ਮੈਨੂੰ ਹਮੇਸ਼ਾ ਇਹ ਰਹੂਗਾ ਕਿ ਮੇਰੇ ਕੋਲ ਆ ਨਹੀਂਗਾ ਜੀ ਮਤਲਬ ਜੋ ਚੀਜ਼ ਮੇਰੇ ਕੋਲ ਨਹੀਂ ਹੈ ਮੈਂ ਹਮੇਸ਼ਾ ਮਤਲਬ ਜਿੰਨੂੰ ਵੀ ਮੰਨਦੇ ਆ ਉਹਨੂੰ ਕਹਿੰਦੇ ਮੇਰੇ ਪਾਸ ਇਹ ਨਹੀਂ ਹੈ ਇਹ ਹੋਤਾ ਤਾਂ ਕੀ ਹੁੰਦਾ ਹਮ ਬਟ ਮੈਂ ਕਦੀ ਵੀ ਥੈਂਕਫੁਲ ਨਹੀਂ ਹਾਂ ਉਸ ਚੀਜ਼ ਨੂੰ ਲੈਕ ਜਿਹੜੀ ਮੇਰੇ ਕੋਲ ਹੈ ਜੀ ਕਈ ਹੁਣੀ ਮੇਰੇ ਕੋਲ ਐਹੋ ਜੇ client ਵੀ ਆਉਂਦੇ ਆ ਮੈਮ ਫਾਈਨੈਂਸ਼ੀਅਲ ਕ੍ਰਾਈਸਿਸ ਚੱਲ ਰਿਹਾ ਕੁਝ ਵੀ ਤਾਂ ਨਹੀਂ ਹੈ ਹਮ ਮਤਲਬ ਬਰਬਾਦ ਹੋ ਗਿਆ ਮੈਂ ਤਾਂ ਜੀ ਬਰਬਾਦ ਹੋ ਗਿਆ ਤੂੰ ਬੈਠਾ ਤਾਂ ਮੇਰੇ ਸਾਹਮਣੇ ਆ ਨਾ ਬਿਲਕੁਲ ਚੱਲ ਕੇ ਆਏ ਆ ਆਪਣੇ ਪੈਰਾਂ ਤੇ ਗੱਲ ਕਰ پا ਰਹੇ ਆ ਇਹਨਾਂ ਤੂੰ ਕੌਨਸ਼ੀਅਸ ਐ ਇਸ ਤੋਂ ਵੱਡੀ ਗੱਲ ਕਿਹੜੀ ਐ ਜੀ ਸਟਾਰਟ ਇੱਥੋਂ ਹੀ ਕਰ ਜੌਬ ਦਾ ਤੁਸੀਂ ਕਹਿੰਦੇ ਹੋ ਕਿ ਜੌਬ ਨੂੰ ਹਮੇਸ਼ਾ ਕਰਸ ਕਰਦੇ ਜਾਣਾ ਹੈ ਨਾ ਕੁਝ ਨਹੀਂ ਐ ਵਾਹ ਪੇ ਤਾਂ ਇਹ ਹੋਤਾ ਹੈ ਬੇਕਾਰ ਐ ਲੋਕ ਹੀ ਬੇਕਾਰ ਐ ਉਹਨੂੰ ਨਾ ਇਦਾਂ ਦੀ ਆਦਤ ਪੈ ਜਾਂਦੀ ਐ ਫਿਰ ਇਦਾਂ ਇਦਾਂ 네ਗੇਟਿਵ ਥਿੰਕਿੰਗ ਸ਼ੁਰੂ ਹੁੰਦੀ ਰਹਿੰਦੀ ਐ ਹੈਨਾ ਜੀ ਤੇ 네ਗੇਟਿਵ ਥਿੰਕਿੰਗ ਦਾ ਕੋਈ ਵੀ ਉਹ ਫਿਰ ਫਿਰ ਉਹਦੇ ਇਲਾਜ ਬਸਤੇ ਜਾਉਗੇ ਜੀ ਕਿਉਂ 네ਗੇਟਿਵ ਥਿੰਕਰ ਬਹੁਤ ਵੱਡਾ ਬਣ ਚੁੱਕਿਆ ਇਹਦਾ ਕਿਵੇਂ ਇਲਾਜ ਹੋਏ ਗ੍ਰੈਟੀਟਿਊਡ ਜਿਸੀ ਕਰਦੇ ਹਾਂ ਗ੍ਰੈਟੀਟਿਊਡ ਰਾਤ ਨੂੰ ਕਰਨਾ ਸਵੇਰੇ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਰਾਤ ਨੂੰ ਸੌਣ ਲੱਗਿਆਂ ਜਿਹੜਾ ਵੀ ਜੇ ਆਪਾਂ ਇਹਨੂੰ ਪ੍ਰੀਵਿਊ ਕਰੀਏ ਕਿ ਆਪਾਂ ਸਾਰੇ ਗੈਜਟ ਬੰਦ ਕੀਤੇ ਸੌਣ ਲੱਗੇ ਹਾਂ ਹੈਨਾ ਪਾਠ ਕਰਨਾ ਹੈ ਕੋਈ ਕਰ ਸਕਦੇ ਹੂੰ ਪਾਠ ਨਹੀਂ ਵੀ ਕਰਦੇ ਨਾ ਕੋਈ ਜ਼ਰੂਰੀ ਨਹੀਂ ਹੈ ਪਾਠ ਕਰਨਾ ਸਿਰਫ ਇੰਨਾ ਕਿ ਮਤਲਬ ਬਾਬਾ ਜੀ ਨੂੰ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਕਿ थैंक यू ਸੋ ਮਚ ਤੁਸੀਂ ਮੈਨੂੰ ਸਭ ਕੁਝ ਦਿੱਤਾ ਸੋਚ ਕੇ ਦੇਖੋ ਗ੍ਰੈਟੀਟਿਊਡ ਦੀ ਨਾ ਥੈਰੇਪੀ ਕਰਾਉਣੀ ਆ ਮੈਂ 15 ਡੇਜ਼ ਦੀ ਹੁੰਦੀ ਆ ਮਤਲਬ ਤੁਹਾਨੂੰ ਪਹਿਲੇ ਦਿਨ ਲੱਗਦਾ ਹੈ ਕਿ ਜਦੋਂ ਈਵਨ ਜਦੋਂ ਫਸਟ ਇਨ ਮੈਂ ਵੀ ਕੀਤੀ ਸੀ ਤੇ ਮੈਨੂੰ ਲੱਗਿਆ ਮੈਨੂੰ ਮੇਰੀ ਇਨਸਟ੍ਰਕਟਰ ਨੇ ਪੁੱਛਿਆ ਕਿ ਗ੍ਰੈਟੀਟਿਊਡ ਫੀਲ ਕਰਨਾ ਹੈ ਤਾਂ ਕਿਸ سے ਸਟਾਰਟ ਕਰੋਗੀ ਆਈ ਵਾਸ ਥਿੰਕਿੰਗ ਅਬਾਊਟ ਇਟ ਕੀ ਆਈ ਵਾਸ ਨੋਟ ਅਵੇਅਰ ਮੈਂ ਕਿਹਾ ਹਾਊ ਵੀ ਵਿਲ ਡੂ ਅਬਾਊਟ ਜੌਬ ਕਹਿੰਦੀ ਨਹੀਂ ਜੌਬ ਸਭ ਤੋਂ ਪਹਿਲੇ ਤੋਂ ਆਪकी ਬੋਡੀ ਦਾ ਗ੍ਰੈਟੀਟਿਊਡ ਹੈ ਨਾ ਸਾਹ ਚੱਲਦੇ ਪਏ ਆ ਸਾਹ ਚੱਲਦੇ ਪਏ ਆ ਫਿਰ ਉਹਦਾ ਇੱਕ ਇੱਕ ਦਿਨ ਦਾ ਸੀਕਾ ਜਿਹੜੀ 15 ਦਿਨ ਦੀ ਥੈਰੇਪੀ ਹੁੰਦੀ ਹੈ ਤੁਸੀਂ ਇੰਨਾ ਕੁਝ ਨਹੀਂ ਕਰਨਾ ਸਿਰਫ ਤੁਸੀਂ ਇੰਨਾ ਕਹਿਣਾ ਹੈ ਕਿ ਬੱਬਾ ਜੀ ਥੈਂਕ ਯੂ ਸੋ ਮੱਚ ਫਾਰ एवरीथिंग ਇੱਕ ਕੀ ਤੇ ਲਾਈਨ ਬੋਲਨੀ ਹੈ ਹੁਣ ਤੁਸੀਂ ਗ੍ਰੈਟੀਟਿਊਡ ਕਰ ਲਿਆ ਹੁਣ ਇਸ ਤੋਂ ਅਗਲਾ ਸਟੈਪ ਆਉਂਦਾ ਹੈ ਮੈਨੀਫੈਸਟੇਸ਼ਨ ਸੁਣਿਆ ਹੋਊਗਾ ਤੁਸੀਂ ਹਾਂਜੀ ਹਾਂ ਅੱਜਕੱਲ ਬੜਾ ਟ੍ਰੈਂਡਿੰਗ ਵਰਡ ਹੈ ਮੈਨੀਫੈਸਟ ਕਰਨਾ ਹੈ ਹੈਨਾ ਮੈਨੀਫੈਸਟੇਸ਼ਨ ਕੀ ਹੁੰਦਾ ਹੈ ਕਿ ਅਸੀਂ ਜੋ ਚਾਹਨੇ ਆ ਉਹ ਅਸੀਂ ਮੈਨੀਫੈਸਟ ਮਤਲਬ ਉਹਨੂੰ ਅਸੀਂ ਉਹਨੂੰ ਰੀਅਲ ਕਿਵੇਂ ਚਾ ਪਾਈਏ ਰੀਅਲ ਕਿਵੇਂ ਹੋ ਪਾਇਓ that is called manifestation manifestation ਦਾ ਕੀ ਹੈ ਕਿ ਤੁਸੀਂ 네ਗੇਟਿਵ ਸੋਚਣਾ ਨਹੀਂ ਹੈ ਔਰ ਬੋਲਣਾ ਨਹੀਂ ਹੈ ਜਿਹੜਾ ਕਿ ਅਸੀਂ ਅਕਸਰ ਕਰਦੇ ਹਾਂ 네ਗੇਟਿਵ ਬੋਲ ਨਾ ਰਹਿ ਨਹੀਂ ਸਕਦੇ ਆਪਾਂ ਇੱਕ ਉਹਦੇ ਤੇ ਟ੍ਰੈਫਿਕ ਲਾਈਕ ਦੇਖ ਤੇ ਸਟ੍ਰਕੋਜੀ ਤੇ ਕਿਸਮਤ ਹੀ ਖਰਾਬ ਹੈ ਜੀ ਮੇਰੇ ਨਾਲ ਤਾਂ ਕੁਝ ਹੋਣਾ ਹੀ ਨਹੀਂ ਮੈਂ ਤਾਂ ਟਾਈਮ ਤੇ ਪਹੁੰਚਣਾ ਹੀ ਨਹੀਂ ਜੀ ਬਾਈਕ ਤੇ ਅੱਗੋਂ ਕੋਈ ਗਿਆ ਇਹ ਠੁਗਿਆ ਹੀ ਲੈ ਬੋਲਿਆ ਨਾ ਸੋਚੋ ਤੁਸੀਂ ਉਹਨੂੰ ਕੀ ਵਾਈਬ੍ਰੇਸ਼ਨਸ ਦੇਤੀਆਂ ਜੀ ਇੱਕ ਸੈਕਿੰਡ ਹੈ ਨਾ ਤੇ ਕਦੀ ਵੀ ਨਾ ਜਦੋਂ ਤੁਸੀਂ ਬੋਲਦੇ ਹੋ ਨਾ ਸੋਚੋ ਫਿਰ ਬੋਲੋ ਰੀਲ ਆਪਾਂ ਸਕਰੋਲ ਕਰਦੇ ਹਾਂ ਨਾ ਜੀ ਤੇ ਉਹ ਆਪਾਂ ਦੇਖਦੇ ਹਾਂ ਕਿ ਇੱਕ ਆਪਣੀ ਜਿਹੜੀ ਪਸੰਦੀ ਰੀਲ ਆਪਾਂ ਕੀਤੀ ਉਹ ਫਟਾਫਟ ਅੱਗੋਂ ਉਹੀ ਆਉਂਦੀ ਰਹਿੰਦੀ ਹੈ। ਅਸੀਂ ਕਰਕੇ ਦੇਖਣਾ ਹੈ ਨਾ ਕਿਉਂਕਿ ਉੱਥੋਂ ਇੰਸਟਾ ਦਾ ਕੀ ਸਰ ਦਾ ਅਲਗੋਰਿਦਮ ਜਦਾਂ ਚੱਲ ਰਿਹਾ ਹੁੰਦਾ ਕਿ ਉਹਨਾਂ ਨੇ AI ਤੋਂ ਫਟਾਫਟ ਕਰ ਲਿਆ। ਹਾਂਜੀ ਹਾਂਜੀ ਇਹੀ ਹੁੰਦਾ। ਇਸ ਤੋਂ ਵੱਡਾ AI ਕੋਈ ਹੈਗਾ? ਵਾਹ। ਕੋਈ ਨਹੀਂ ਹੈਗਾ। ਜੀ ਜੀ ਜੀ। ਸਬਕੌਂਸ਼ੀਅਸ ਤੋਂ ਵੱਡਾ ਕੋਈ AI ਨਹੀਂ ਬਣਿਆ। ਤਾਂ ਸੋਚੋ ਉਹ ਜੇ ਸਕਰੋਲ ਕਰ ਰਿਹਾ ਹੈ ਤੁਸੀਂ ਇੱਥੇ 네ਗੇਟਿਵ ਥਿੰਕਿੰਗ ਸਕਰੋਲ ਕਰ ਰਹੇ ਹੋ ਤਾਂ ਕਿੱਥੇ ਪਹੁੰਚ ਰਹੀ ਹੈ ਜੀ ਫਿਰ ਤੁਸੀਂ ਕਹਿੰਦੇ ਹੋ ਮੇਰੀ ਅਰਦਾਸ ਪੂਰੀ ਨਹੀਂ ਹੁੰਦੀ ਬਾਬਾ ਜੀ ਚ ਕੁਝ ਨਹੀਂ ਹੈਗਾ ਬਾਬਾ ਜੀ ਤੇ ਦਿਨ ਨੂੰ ਬੈਠੇ ਸਾਨੂੰ ਮੰਗਣਾ ਨਹੀਂ ਆਉਂਦਾ ਮੰਗੀਏ ਤਾਂ ਸਹੀ ਢੰਗ ਨਾਲ ਮਤਲਬ ਇਨਸਿਕਿਉਰਟੀ ਚ ਫਸੇ ਹੋਈਆਂ ਐ ਐਸਾ ਐਸਾ ਹੋ ਜਾਏ ਨਾ ਇਸ ਤੋਂ ਚੰਗਾ ਕਹੋ ਐਸਾ ਤਾਂ ਹੋ ਗਿਆ ਜਦੋਂ ਅਸੀਂ ਅਫਰਮੇਸ਼ਨ ਕਰਦੇ ਆ ਨਾ ਉਦੋਂ ਹਮੇਸ਼ਾ ਅਸੀਂ ਉਹਨੂੰ ਡੰਚ ਕਰਦੇ ਆ ਕਿ ਮੈਂ ਇਹ ਕਰ ਲੂੰਗਾ ਸਬਕੌਂਸ਼ੀਅਸ ਮਾਈਂਡ ਨੇ ਨਹੀਂ ਚੁੱਕਣਾ ਕਿ ਕਰ ਲੂੰਗਾ ਫਿਊਚਰ ਟੈਂਸ ਨਹੀਂ ਚੁਕਣਾ ਨਹੀਂ ਉਹਨੇ ਫਾਈਲ ਚੁਕਨੀ ਹੈ ਹੋ ਗਿਆ ਐਂਡ ਇਹ ਹੁੰਦਾ ਹੈ ਤੁਸੀਂ ਕੋਈ ਵੀ ਚੀਜ਼ ਮੈਨੀਫੈਸਟ ਕਰੋ ਉਦੋਂ ਟਾਈਮ ਲੱਗਦਾ ਹੈ ਬਿਕੋਜ਼ ਬਹੁਤ ਸਾਰੀਆਂ ਹੋਰ ਚੀਜ਼ਾਂ ਤੁਹਾਡਾ ਇਹ ਨਹੀਂ ਹੈ ਕਿ ਤੁਸੀਂ ਮੈਨੀਫੈਸਟ ਕਰੋ ਬੱਚਾ ਪੜਾਈ ਪੜੋਈ ਛੱਡ ਕੇ ਮੈਨੀਫੈਸਟ ਕਰਨਾ ਸ਼ੁਰੂ ਹੋ ਜਾਏ ਮੇਰੇ ਇਤਨੇ ਨੰਬਰ ਆ ਜਾਈਂ ਇਹ ਚੀਜ਼ਾਂ ਸਟਰੈਂਥਨ ਕਰਦੀ ਹੈ ਤੁਹਾਡੀ ਉਸ ਮਿਹਨਤ ਨੂੰ ਕਿ ਦੇਖੋ ਇੱਕ ਤਾਂ ਮੈਂ ਪੜ੍ਹਾਈ ਵੀ ਕੀਤੀ ਹੈ ਨਾ ਮੈਂ ਆਪਣੀ ਜੌਬ ਤੇ 100% ਦੇ ਰਹੀ ਹਾਂ ਦੂਜਾ ਮੈਂ ਆਪਣੀ ਮੈਂਟਲ ਲੈਵਲ ਤੇ ਫਿਜ਼ੀਕਲ ਲੈਵਲ ਮੈਂ ਆਪਣਾ ਪੜ੍ਹਾਈ ਕਰ ਲਈ ਹੈ ਨਾ ਮੈਂਟਲ ਲੈਵਲ ਤੇ ਮੈਂ ਉਹ ਥੋਟ ਵੀ ਕਲੀਅਰ ਕੀਤੀ ਹੈ ਕਿ ਐਸਾ ਹੋ ਗਿਆ ਮੇਰੀ 98% ਆ ਗਈ ਹੈ ਮੇਰੇ ਜਿੰਨੇ ਵੀ ਤੁਸੀਂ ਸੋਚੇ ਹੈ ਜੀ ਹੈ ਨਾ ਮੈਂ ਇੰਨੇ ਜਿਹੜੇ ਐ ਇੰਨਾ ਮੈਂ ਜੋਬ ਤੇ ਇੰਨਾ ਅਚੀਵ ਕਰ ਲਿਆ ਮੇਰੀ ਆਪਨ ਮੋਸ਼ਨ ਹੋ ਗਈ ਇਹਦਾ ਸਾਰਿਆਂ ਦਾ ਨਾ ਇੱਕ ਉਹ ਚੱਲਦਾ ਹੈ ਜਿਵੇਂ ਤੁਸੀਂ ਰਾਤ ਨੂੰ ਮੈਂ ਤੁਹਾਨੂੰ ਦੱਸਿਆ ਕਿ ਰਾਤ ਨੂੰ ਸਬਕੌਨਸ਼ੀਅਸ ਮਾਈਂਡ ਐਕਟੀਵੇਟ ਹੁੰਦਾ ਹੈ ਮੈਨੀਫੈਸਟ ਕਰਨਾ ਹੈ ਜਿਹੜੀ ਤੁਸੀਂ ਸੋਚ ਰਹੇ ਹੋ ਚੀਜ਼ ਉਹਨੂੰ ਵਿਜ਼ੂਅਲਾਈਜ਼ ਕਰੋ ਇਮੇਜਿਨ ਕਰੋ ਉਹਨੂੰ ਐਨੀ ਸਟੈਪ ਬਾਈ ਸਟੈਪ ਉਸੇ ਮਿਹਨਤ ਕਰਨੀ ਹੈ ਲੇਕਿਨ ਆਪਣੇ ਆਪ ਨੂੰ ਟੌਪ ਲੈਵਲ ਤੇ ਰੱਖੋ कि ਜਿੱਥੇ ਵੀ ਤੁਸੀਂ ਦੇਖ ਰਹੇ ਹੋ ਨਾ ਉਹਨੂੰ ਮੈਂ ਉਸ ਚੇਅਰ ਤੇ ਬੈਠੀ ਹੋਈ ਆ ਜਾਂ ਮੈਂ ਇੰਨੇ ਲੱਕ ਆਡੀਅנס ਨੂੰ ਫੇਸ ਕਰ ਰਹੀ ਆ that is your ਉਹ ਪੂਰਾ ਹੋਣਾ ਹੈ ਪੂਰਾ ਉਹ ਹੋਣਾ ਹੀ ਹੋਣਾ ਉਹ ਡਿਪੈਂਡ ਕਰਦਾ ਹੈ ਤੁਹਾਡੀ ਮਿਹਨਤ ਤੇ ਕਿ ਤੁਸੀਂ ਫਿਜ਼ੀਕਲ ਕਿੰਨਾ ਕਰ ਰਹੇ ਹੋ ਤੇ ਤੁਸੀਂ ਮੈਂਟਲ ਕਿੰਨਾ ਕਰ ਰਹੇ ਹੋ ਫਿਜ਼ੀਕਲ ਤੁਸੀਂ ਆਪਣੀ ਕੰਮ ਕਰਦੇ ਜਾ ਰਹੇ ਹੋ ਮੈਂਟਲ ਤੁਸੀਂ ਥਾਟ ਕਲੀਅਰ ਕਰਦੇ ਜਾ ਰਹੇ ਹੋ ਜੀ 네ਗੇਟਿਵ ਥਾਟ ਨੂੰ ਉਸੇ ਵੇਲੇ ਡਾਇਵਰਟ ਕਰ ਰਹੇ ਹੋ ਹਨ ਪਰ ਅਸੀਂ 네ਗੇਟਿਵ ਥਾਟ ਨੂੰ ਲੈ ਕੇ ਚੱਲੀ ਜਾਂਦੇ ਆ ਐਦਾਂ ਹੋਣਾ ਨਹੀਂ ਇਹ ਕਰਤੇ ਰਹੀਆਂ ਹੋਣਾ ਨਹੀਂ ਤੇ ਆਪਾਂ ਕਹਿੰਦੇ ਨੇ ਪ੍ਰੋਬਲਮਸ ਆਉਂਦੀਆਂ ਪ੍ਰੋਬਲਮਸ ਤੇ ਆਉਣੀਆਂ ਹੀ ਆਉਣੀਆਂ ਹੈ ਲਾਈਫ ਹੈ ਨਾ ਜੀ ਲਾਈਫ ਤੇ ਚੱਲਦੀ ਰਹੇਗੀ ਨਾ ਜੀ ਪ੍ਰੋਬਲਮਸ ਤੋਂ ਮੈਂ ਡਰ ਕੇ ਘਰ ਤੋਂ ਬਾਹਰ ਹੀ ਨਾ ਨਿਕਲਾਂ ਕੋਰੋਨਾ ਚਲਾ ਗਿਆ ਜਿਸ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਕਿਵੇਂ ਆਇਆ ਕਿਵੇਂ ਮਤਲਬ ਹਜੇ ਤੱਕ ਵੀ ਔਰ ਸਾਰਿਆਂ ਨੂੰ ਹੋਇਆ ਹੋਣਾ ਹਾਂ ਦੀ ਸਾਰ ਨਹੀਂ ਹੋਇਆ ਹਣਾ ਤਾਂ ਦੇਖੋ ਉਹਦੇ ਚ ਅਸੀਂ ਸਰਵਾਈਵ ਕਰ ਗਏ ਜੀ ਹੈਨਾ ਜੀ ਤੇ ਕੋਈ ਤਾਂ ਚੀਜ਼ ਹੋਊਗੀ ਨਾ ਉਹ ਤਾਂ ਵੀ ਅਮਰੀਕਾ ਵਰਗੀ ਕੰਟਰੀ ਸੀ ਹੈਨਾ ਉਹ ਵੀ ਦੇਖੋ ਮਤਲਬ ਤੇ ਕੁਝ ਤਾਂ ਹੈ ਮਤਲਬ ਥਿੰਕਿੰਗ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਕਿ ਤੁਸੀਂ ਆਪਣੀ ਥਾਟ ਪ੍ਰੋਸੈਸ ਨੂੰ ਸਮਝ ਲਿਆ ਨਾ ਕਿ ਅਸੀਂ ਸੋਚ ਕੀ ਰਹੇ ਹਾਂ ਔਰ ਅਸੀਂ ਕਰ ਕੀ ਰਹੇ ਹਾਂ ਕਰੋਨਾ ਦਾ ਮੈਂ ਮੋਹੀ ਕਿਸੇ ਨੇ ਸੋਚਿਆ ਮੈਨੂੰ ਕੁਝ ਨਹੀਂ ਹੋਣਾ ਉਹ ਕੁਝ ਨਹੀਂ ਐਵੇਂ ਖਾਂਸੀ ਜਗਾ ਮੈਂ ਕੁਲਣ ਹੋਇਆ ਨਹੀਂ ਜਿਹੜਾ ਹਸਪੀਟਲ ਐਂਟਰ ਕੀਤਾ ਨਾ ਬੰਦਾ ਹਾਂ ਉਹ ਕਹਿੰਦੇ ਚਲੋ ਕਈ ਵਾਪਸ ਨਹੀਂ ਆ पाए ਕਈਆਂ ਨੂੰ ਬਹੁਤ ਜ਼ਿਆਦਾ ਹਾਰਟ ਪ੍ਰੋਬਲਮ ਜਾਂ ਸਾਹ ਦੀ ਪ੍ਰੋਬਲਮ ਹੋ ਗਈ ਕਿਉਂਕਿ ਉੱਥੇ ਵਾਈਬ 네ਗੇਟਿਵ ਸੋਚਣੀ ਚੀਜ਼ਾਂ ਪਰ ਉਹ ਜਿਹੜੀ ਤੁਸੀਂ ਕਹਿ ਰਹੇ ਮੈਨੂੰ ਕੁਝ ਨਹੀਂ ਹੋਣਾ ਉਹਨਾਂ ਦੀ ਬਹੁਤ ਵੱਡੀ ਵਿਲ ਪਾਵਰ ਹੈ ਹੈਨਾ ਜੀ ਵਿਲ ਪਾਵਰ ਹਰ ਇੱਕ ਚੀਜ਼ ਚ ਕੰਮ ਕਰਦੀ ਹੈ ਕੁਝ ਵੀ ਹੈ ਨਾ ਤੁਹਾਨੂੰ ਜੇ ਤੁਹਾਨੂੰ ਇਹ ਹੈ ਨਾ ਖੁਦ ਨੂੰ ਵੀ ਔਰ ਤੁਹਾਡੇ ਪਿੱਛੇ ਵੀ ਕੋਈ ਖੜਾ ਹੋਏ ਤੇ ਕੀ ਕਹਿਣਾ ਕੀ ਬਾਤ ਹੈ ਇਹ ਦੁਕਾਨ ਲੈਣਾ ਕਿਆ ਬਾਤ ਹੈ ਇੱਕ ਜਾਣਾ ਨਾ ਲਾਈਫ ਚ ਹੋਣਾ ਚਾਹੀਦਾ ਜਿਹੜਾ ਸਿਰਫ ਇੰਨਾ ਗਵੇ ਤੂੰ ਕਰ ਹੂੰ ਸਿਰਫ ਇੰਨਾ ਜੇ ਨਹੀਂ ਹੈ ਗੋਏ ਤਾਂ ਤੁਸੀਂ ਖੋਤੇ ਹੋ ਜੀ 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 ਖੋਤੇ ਹੋ ਨਾ ਤੇ ਕਰਕੇ ਦੇਖਦੇ ਹਾਂ ਕਿਆ ਜਾਂਦਾ ਹੈ ਕਿਉਂਕਿ ਵਿਲ ਪਾਵਰ ਤੋਂ ਅੱਗੇ ਉਦੋਂ ਫਿਰ ਸਾਰੀਆਂ ਚੀਜ਼ਾਂ ਨਾ ਸਾਨੂੰ ਸੋਲੂਸ਼ਨ ਦੇਣ ਲੱਗ ਪੈਂਦੀਆਂ ਵਾਹ ਮੈਮ ਮੈਮ ਬਹੁਤ ਲਰਨਿੰਗ ਸੀਗਾ ਤੁਸੀਂ ਰਿਮਾਈਂਡ ਕਰਾਇਆ ਵੀ ਅਸੀਂ ਬੇਸ਼ੁਕਰੇ ਆ ਸਾਨੂੰ ਹਮੇਸ਼ਾ ਹਰ ਪਲ ਸ਼ੁਕਰ ਮਨਾਉਣਾ ਚਾਹੀਦਾ ਵਾਹਿਗੁਰੂ ਦਾ ਅੱਲਾ ਦਾ ਨਾ ਰਾਮ ਦਾ ਜਿੱਦਾਂ ਤੁਸੀਂ ਜਿਹੜੇ ਮੋੜ 'ਚ ਮੰਨਦੇ ਹੋ ਸ਼ੁਕਰ ਕਰੋ ਬਸ ਸਾਹ ਚੱਲਦੇ ਆ ਪਖਾਬ ਆ ਰਹੇ ਆ ਹੈਨਾ ਜੀ 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 ਤੇ ਮੇ ਰਿਮਾਈਂਡ ਆ ਸਾਰਿਆਂ ਨੂੰ ਵੀ ਇਸੇ ਟਾਈਮ ਤੁਹਾਨੂੰ ਤੁਹਾਡੇ ਮੂੰਹ ਚੋਂ ਸ਼ੁਕਰ ਨਿਕਲਣਾ ਚਾਹੀਦਾ ਵੀ ਵਾਹਿਗੁਰੂ ਤੇਰਾ ਬਹੁਤ ਬਹੁਤ ਸ਼ੁਕਰ ਹੈ ਤੇ ਮੈਂ ਬਹੁਤ ਲਰਨਿੰਗ ਸੀਗਾ ਮੈਂ ਪਤਾ ਨਹੀਂ ਕਿੱਥੇ ਕਿੱਥੇ ਥਾਟ ਘੁੰਮ ਕੇ ਕਿੱਥੇ ਕਿੱਥੇ ਗਿਆ ਜਿਹੜੀ ਆਡੀਅנס ਨੇ ਇੱਥੇ ਤੱਕ ਜਿੰਨੇ ਪੌਡਕਾਸਟ ਦੇਖ ਲਿਆ ਤੁਸੀਂ ਕਾਈਂਡ ਹਾਰਟਡ ਹੋ ਤੁਸੀਂ ਚੰਗਾ ਬੰਨਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਤੁਸੀਂ ਆਪਣਾ ਸੁਧਾਰਨਾ ਚਾਹੁੰਦੇ ਹੋ ਜਿਹੜਾ ਨਹੀਂ ਸੁਧਾਰਨਾ ਚਾਹੁੰਦਾ ਉਹ ਪੌਡਕਾਸਟ ਛੱਡ ਗਿਆ ਹੋਣਾ ਵਿੱਚ ਹੀ 25 ਮਿੰਟ ਵੀ ਕੀ ਨਾ ਕੀ ਮੇਰੇ ਕੰਮ ਦਾ ਨਹੀਂ ਮੰਨਦਾ ਨੋਲੇਜ ਹੈ ਜਿਹੜਾ ਕੁਝ ਸਿੱਖਣਾ ਚਾਹੁੰਦਾ ਨਾ ਉਹਨੇ ਇੱਥੇ ਤੱਕ ਸੁਣਿਆ ਹੋਣਾ ਵੀ ਕੰਗ੍ਰੈਚੂਲੇਸ਼ਨਸ ਅਗਰ ਤੁਸੀਂ ਇੱਥੇ ਤੱਕ ਪੌਡਕਾਸਟ ਸੁਣਿਆ ਤੁਸੀਂ ਉਹ ਲਿਸਟ ਵਿੱਚ ਹੈਗੇ ਹੋ ਜਿਹੜੇ ਆਪਣੇ ਆਪ ਨੂੰ ਇੰਪਰੂਵ ਕਰਨਾ ਚਾਹੁੰਦੇ ਆ ਸਿੱਖਣਾ ਚਾਹੁੰਦੇ ਆ ਇੰਪਲੀਮੈਂਟ ਕਰਨਾ ਚਾਹੁੰਦੇ ਆ ਹੋਰ ਬਿਹਤਰ ਕਰਨਾ ਚ ਪਰ ਨਹੀਂ ਐਜੂਕੇਟਰ ਨੇ ਮੈਨੂੰ ਐਂ ਲੱਗਦਾ ਬਿਲਕੁਲ ਸਹੀ ਕਹਿ ਰਹੇ ਹੋ ਹਾਂ ਕੁਝ ਹੁੰਦੇ ਆ ਕਿ ਮੈਂ ਮੇਰੇ ਤੋਂ ਅੱਗੇ ਕੁਝ ਨਹੀਂ ਹੈਗਾ ਜੀ 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 ਹਾਂ ਤੇ ਆਪਣਾ ਆਪਣੇ ਤੋਂ ਆਪਾ ਹੀ ਕਹਿੰਨੇ ਕਿ ਆਪਾਂ ਤੇ ਖੁਦ ਲੜਨਾ ਰਾਂ ਆਪਾਂ ਵੀ ਤੇ ਸਿੱਖ ਰਹੇ ਆ ਜੀ ਥੈਟਸ ਇਟ ਤੇ ਦੱਸਿਓ ਕਿਵੇਂ ਲੱਗਿਆ ਮੇਰੇ ਚੈਨਲ ਤੇ ਆਈ ਗੈਸ ਡਿਫਰੈਂਟ ਪੋਡਕਾਸਟ ਆ ਪਹਿਲੀ ਵਾਰ ਹੋਇਆ ਦਾ ਮੈਂਟਲ ਹੈਲਥ ਦੇ ਪੋਡਕਾਸਟ ਤਾਂ opinion ਦਿਓ ਤੇ ਤੁਹਾਡੇ ਸਵਾਲ ਹੋਣਗੇ ਕੁਝ ਮੇਰੇ ਕੋਲ ਸਕਿਪ ਹੋ ਗਏ ਹੁਣ ਤੁਹਾਡੇ ਕੋਈ ਫੈਮਿਲੀ ਦੇ ਸਵਾਲ ਹੋਣਗੇ ਛੋਟੇ ਮੋਟੇ ਸਵਾਲ ਕਮੈਂਟ ਕਰਿਓ ਰੀਡ ਆਊਟ ਕਰਾਂਗੇ ਤੇ ਮੈਮ ਤੁਸੀਂ ਕਿੱਦਾਂ ਕੰਟੈਕਟ ਤੁਹਾਨੂੰ ਇੰਸਟਾਗ੍ਰam ਕੁਛ ਹੁੰਦਾ ਤੁਹਾਡੇ ਮੈਨੂੰ ਲੱਗਦਾ ਨਹੀਂ ਹਾਂ ਇੰਸਟਾ ਤੇ ਹਾਂ ਟੀਐਮ ਕਰ ਦਿੰਦੇ ਨੇ ਠੀਕ ਹੈ ਤੁਸੀਂ ਰਿਪਲਾਈ ਕਰ ਦਿੰਦੇ ਹਾਂ YouTube ਹੈਗਾ YouTube ਤੇ ਵੀ ਮੈਸੇਜ ਵਗੈਰਾ ਕਰ ਦਿੰਦੇ ਆ ਚੈਨਲ ਹੈ ਮੇਰਾ ਓਕੇ ਹਾਂਜੀ ਤੇ ਇਹੀ ਡਾਕਟਰ ਅਮਨ ਜੋਤਰੰਧਾਵਾ ਦੇ ਨਾਮ ਤੋਂ ਚੈਨਲ ਹੈ ਜੀ ਜੀ ਉਹਦੇ ਤੇ ਵੀ ਅਹੀ ਟਾਕਸ ਕਰਦੀ ਆ ਮੈਂ ਉਹ ਵੀ ਕਲਾਇੰਟਸ ਨੇ ਹੀ ਕਿਹਾ ਕਿ ਮੈਮ ਯੂ ਸ਼ੁਡ ਡੂ ਸਮਥਿੰਗ ਮੈਂ ਚਾਹੂੰਗਾ ਮੈਂ ਵੀਡੀਓਜ਼ ਦੇਖੂੰਗਾ ਐਕਸਪਲੋਰ ਕਰੂੰਗਾ ਕਿਉਂਕਿ ਅੱਜ ਮੈਂ ਤੁਹਾਨੂੰ ਮਿਲਿਆ ਜੀ ਮੈਂ ਹੁਣ ਸ਼ਾਮ ਨੂੰ ਵੀਡੀਓਜ਼ ਦੇਖੂਗਾ ਤੁਹਾਡੀਆਂ ਤੁਸੀਂ ਵੀ ਯਾਰ ਅਗਰ ਦੇਖਣੀਆਂ ਵੀਡੀਓਜ਼ ਥੱਲੇ ਸਾਰੇ ਮੈਂ ਲਿੰਕਸ ਦਿੱਤੇ ਹੋਏ YouTube ਦੇ Instagram ਦੇ ਜਿਹੜੇ ਮੋਡ ਚ ਜਾ ਕੇ ਤੁਸੀਂ Instagram ਤੇ ਰੀਲਸ ਵਗੈਰਾ ਵੀ ਹੋਣਗੇ ਥੋੜੀ ਬਹੁਤੀ ਹੈ ਹਾਂਜੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਵੀ ਸ਼ਾਰਟ ਟਾਈਮ ਚ ਮੈਨੂੰ ਕੋਈ ਨੋਲੇਜ ਮਿਲ ਜੇ ਰਾਈਟ ਤਾਂ ਜਾ ਕੇ ਦੇਖਿਓ ਯਾਰ ਬਹੁਤ ਕੁਛ ਹੈ ਲਾਈਫ ਵਿੱਚ ਨਾ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਆ ਬਹੁਤ ਵਧੀਆ ਲਾਈਫ ਆ ਯਾਰ ਮੈਨੂੰ ਇੱਥੇ ਬਹਿ ਕੇ ਇਦਾਂ ਲੱਗ ਰਿਹਾ ਵੀ ਲਾਈਫ ਕਿੰਨੀ ਘੈਂਟ ਆ ਯਾਰ ਦੇਖੋ ਆ ਦਿਮਾਗ ਦੀ ਸਫਾਈ ਹੋਈ ਨਾ ਅੱਜ ਇਹ ਬਹੁਤ ਵਧੀਆ ਲਾਈਫ ਆ ਬਹੁਤ ਬlesed ਆ ਆਪਾਂ ਬਹੁਤ ਵਧੀਆ ਆ ਵਾ ਜ਼ਿੰਦਗੀ ਮੇਰੇ ਮੂੰਚੋਂ ਹੀ ਨਿਕਲ ਲਿਆ ਬਸ ਹਾਂਜੀ ਜੇ ਆਹੀ ਨਿਕਲ ਰਹਿਣਾ ਇਸ ਤੋਂ ਅੱਗੇ ਕੁਝ ਨਹੀਂ ਗਾ ਜੀ ਜੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਐਕਸਪੀਰੀਅੰਸ ਰਿਹਾ ਪੋਡਕਾਸਟ ਦਾ ਤੇ ਬਹੁਤ ਵਧੀਆ ਰਿਹਾ ਜੀ ਮਤਲਬ ਕਾਫੀ ਡਿਫਰੈਂਟ ਸੀਗਾ ਔਰ ਤੁਹਾਡੇ ਨਾਲ ਇੰਟਰੈਕਸ਼ਨ ਕਰਕੇ ਕਾਫੀ ਉਹ ਵਾਈਬਸ ਮੈਚ ਕਰਦੀਆਂ ਰਹਿੰਦੀਆਂ ਨਾ ਜੀ ਜੀ ਕਿਉਂਕਿ ਤੁਹਾਨੂੰ ਨਾ ਉਹ ਪਿੱਛੋਂ ਕਲੀਅਰ ਉਹ ਨਹੀਂ ਕਰਨਾ ਪੈਂਦਾ ਕਿ ਹੁਣ ਆ ਕਰਨਾ ਹੈ ਹੁਣ ਉਹ ਆਪਣੇ ਆਪ ਇੱਕ ਰੋਟੇਸ਼ਨ ਚੱਲਦਾ ਰਹਿੰਦਾ ਹੈ ਕਿ ਅੱਛਾ ਆ ਮਤਲਬ ਇੱਕ ਹੁੰਦਾ ਨਾ ਕਿ ਰਿਦਮ ਬਣ ਜਾਂਦੀ ਜੀ 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 ਤੇ ਲੱਗਿਆ ਹੀ ਨਹੀਂ ਕਿ ਹਾਂ ਕਿਸੀਂ ਕੁਝ ਬੋਲਣ ਜਾ ਰਹੇ ਆ ਜਾਂ ਕੁਝ ਜਿਹੜਾ ਕਿ ਆ ਬੋਲਣਾ ਹੈ ਹੁਣਾ ਨਹੀਂ ਬੋਲਣਾ ਮੈਨੂੰ ਲੱਗਦਾ ਵੀ ਮੇਰੇ ਜਿਹੜੇ ਸਵਾਲ ਸੀ ਉਹ ਸਾਰਿਆਂ ਦੀ ਸਵਾਲ ਸੀ ਹਾਂਜੀ ਜਿੰਨੀ ਮੇਰੀ ਕ੍ਰਾਸ ਸਿਟੀ ਸੀ ਮੈਂ ਤਾਂ ਐਸੀ ਮੈਂ ਸਾਰੇ ਸਵਾਲ ਪੁੱਛ ਲਾ ਹਾਂਜੀ ਹਾਂਜੀ ਤੇ ਤਾਂ ਕਰਕੇ ਉਹ ਰਿਦਮ ਬਣੀ ਗਈ ਬਾਕੀ ਮੈਮ ਤੁਸੀਂ ਬਹੁਤ ਵਧੀਆ ਐਕਸਪਲੇਨ ਕਰਦੇ ਹੋ ਵਿੱਚ ਜੇ ਤੁਸੀਂ ਨਾ ਇੱਕ ਮੈਂ ਕੋਈ ਗੱਲ ਕੀਤੀ ਤੁਸੀਂ ਕਿਹਾ ਦਿਸ ਇਜ਼ ਵਿਲ ਪਾਵਰ ਵੀ ਤੁਸੀਂ ਸੈਗਮੈਂਟਸ ਤੁਹਾਨੂੰ ਪਤਾ ਵੀ ਜੇ ਆਹ ਥੋਟ ਚੱਲਦਾ ਇਹ ਐਂਗਜ਼ਾਇਟੀ ਆ ਇਹ ਟੈਨਸ਼ਨ ਆ ਇਹ ਸਟ्रेस ਆ ਇਹ ਵਿਲ ਪਾਵਰ ਆ ਇਹ ਤਰਾ ਗ੍ਰੈਟੀਟਿਊਡ ਆ ਹਾਂ ਤੁਹਾਨੂੰ ਪੂਰਾ ਕਲੀਅਰ ਹੈ ਹੈ ਨਾ ਹੋ ਨੱਕ ਤੇ ਕਲੀਅਰ ਹੋ ਜਾਂਦਾ ਜੀ ਜੀ ਭਈ ਮੈਂ ਜਿੱਦਾਂ ਕਿਹਾ ਨਹੀਂ ਅਮਨ ਇਹ ਤਾਂ ਵਿਲ ਪਾਵਰ ਆ ਤੇ ਇਹ ਲਗ ਸੈਗਮੈਂਟ ਆ ਹਾਂ ਮੈਂ ਕਿਹਾ ਅੱਛਾ ਵੀ ਇਹਦੇ ਵੀ ਸੈਗਮੈਂਟਸ ਨੇ ਸੈਗਮੈਂਟਸ ਵੀ ਥਿੰਕਿੰਗ ਦੇ ਕਿ ਹਰੇਕ ਜਿਹੜੀ ਇੱਕ ਛੋਟੀ ਜੀ ਤੁਸੀਂ ਇੱਕ ਸਟ੍ਰੈਸ ਟਾਈਮ ਆ ਗਿਆ ਨਾ ਇਡੇ ਵੱਡੇ ਵੱਡੇ ਵਰਡ ਯੂਜ਼ ਨਾ ਕਰਿਆ ਕਰੋ ਜੀ ਜੀ ਹਰ ਇੱਕ ਚੀਜ਼ ਦਾ ਬਹੁਤ ਇਫੈਕਟ ਹੁੰਦਾ ਹੈ ਤੇ ਸੋਚ ਕੇ ਬੋਲਿਆ ਕਰੋ ਖਾਸ ਤੌਰ ਤੇ ਜੋ ਆਪਣੇ ਆਪ ਨੂੰ ਬੋਲਦੇ ਹੋ ਹਮੇਸ਼ਾ ਕਰਸ ਕਰ ਦਿੰਨੇ ਆ ਨਾ ਕਿ ਮੈਂ ਕਿਸੇ ਕੰਮ ਦਾ ਨਹੀਂ ਮੇਰੇ ਕੋਲ ਨਹੀਂ ਹੋਣਾ ਆਪਣੇ ਆਪ ਨੂੰ ਕਰਸ ਕਰੀ ਨਾ ਕਰੋ ਵਾ ਵਾ ਸੋ ਇੱਥੇ ਸਭ ਕੁਝ ਫੀਡ ਹੋ ਰਿਹਾ ਤੇ ਉਹੀ ਕੁਝ ਹੋ ਜਾਣਾ ਹੈ। ਕੀ ਬਾਤ ਹੈ। ਸੋ ਅ ਅੱਛਾ ਫੀਡ ਕਰੋ ਆਪਣੇ ਸਬਕੌਨਸ਼ੀਅਸ ਭਾਈ ਨੂੰ। ਤੇ ਬਸ ਠੀਕ ਹੈ ਯਾਰ ਇੱਥੇ ਤੱਕ ਰੱਖਦੇ ਆ ਪੋਡਕਾਸਟ। ਕਮੈਂਟ ਜ਼ਰੂਰੀ ਹੈ ਤੁਹਾਡੇ। opinion ਪਤਾ ਲੱਗਦਾ ਨਾ ਵੀ ਤੁਸੀਂ ਪੋਡਕਾਸਟ ਦੇਖਿਆ। ਤੁਹਾਡੇ ਕੀ ਸਵਾਲ ਸੀ ਜਿਹੜੇ ਮੈਂ ਸਕਿਪ ਕਰਤੇ ਉਹ ਵੀ ਲਿਖਿਓ। ਕੋਸ਼ਿਸ਼ ਕਰਾਂਗੇ ਮੈਂ ਉਹਨੂੰ ਦੁਬਾਰਾ ਮੁਲਾਕਾਤ ਕਰਾਂਗੇ ਉਹ ਜਿਹੜੇ ਸਵਾਲ ਹੋਣਗੇ ਆਪਾਂ ਦੁਬਾਰਾ ਉਹ ਪੁੱਛ ਲਾਂਗੇ ਪਾਰਟ 2 ਕਰ ਲਾਂਗੇ ਦਾ। ਠੀਕ ਹੈ ਜੀ। ਲਈ ਮੈਂ ਮਿਜਾਜਤ। थैंक यू सो मच रियली जी। ਚਲੋ ਅਸੀਂ ਲੈਣ ਤੁਹਾਡੇ ਤੋਂ ਇਜਾਜ਼ਤ ਤੇ ਮਿਲਦੇ ਆਂ ਨੈਕਸਟ ਐਪੀਸੋਡ ਵਿੱਚ ਤਦ ਤੱਕ ਲਈ। ਕਿਦਾ ਫਿਰ ਏ?